ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਜੀ ਫਤਿਹ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੁੜਨ ਵਾਸਤੇ ਤੇ ਸਾਡੇ ਨਾਲ। ਸਭ ਤੋਂ ਪਹਿਲਾਂ ਜਿਹੜਾ ਪੋਡਕਾਸਟ ਵਨ ਬਾਰੇ ਕਿਰਪਾਣਾ ਸ਼ੁਰੂ ਕੀਤਾ ਵਾ ਉਹ ਖੁਸ਼ ਬਾਈ ਨਾਲ ਸ਼ੁਰੂ ਕੀਤਾ ਵਾ ਤੇ ਖੁਸ਼ ਬਾਈ ਸਾਡੇ ਡਾਇਰੈਕਟ ਦੇ ਵਿੱਚ ਇੰਸਟਾਗ੍ਰਾਮ ਤੋਂ ਆਏ ਸੀ। ਬਾਈ ਹੋਣਾ ਦਾ ਪੇਜ ਆ ਖੁਸ਼ਵੀਰ ਜੀ ਹੋਣਾ ਦਾ ਤੇ ਸਿਰਫ ਸਿੱਖੀ ਸਰੂਪ ਦੀ ਜਰਨੀ ਹੀ ਨਹੀਂ ਉਹ ਗਾਂ ਜਿਹੜੀਆਂ ਉਹਨਾਂ ਦੇ ਜੀਵਨ ਦੇ ਵਿੱਚ ਪ੍ਰੋਗਰੈਸ ਕਰ ਰਹੇ ਨੇ ਉਹ ਭਾਵੇਂ ਫਿਟਨੈਸ ਦੇ ਮੁਤਾਬਿਕ ਆ ਭਾਵੇਂ ਫਾਈਨੈਂਸ਼ੀਅਲ ਤੌਰ ਦੇ ਮੁਤਾਬਿਕ ਆ ਆਪਾਂ ਅੱਜ ਉਹਨਾਂ ਨਾਲ ਜੁੜੇ ਹਾਂ ਤੇ ਆਪਾਂ ਉਹਨਾਂ ਨਾਲ ਗੱਲ ਸ਼ੁਰੂ ਕਰਦੇ ਹਾਂ ਜੀ। ਖੁਸ਼ਵੀਰ ਜੀ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਧੰਨਵਾਦ ਭਾਈ ਪਹਿਲਾਂ ਤੋਂ ਸਾਰਿਆਂ ਦਾ ਤੇ ਜੀ ਮੈਂ ਆਪਣੇ ਬਾਰੇ ਦੱਸਾਂ ਭਾਈ ਮੇਰਾ ਨਾਮ ਆ ਖੁਸ਼ਪ੍ਰੀਤ ਸਿੰਘ ਅਠਵਾਲ ਤੇ ਉਦਾਂ ਪਿਛੋਕੜ ਸਾਡਾ ਗੁਰਦਾਸਪੁਰ ਤੋਂ ਮਾਝੇ ਤੋਂ ਤੇ ਦੈਨ ਪਾਪਾ ਮੇਰੇ ਜੋਬ ਕਰਦੇ ਸੀਗੇ ਸੋ ਫਿਰ ਆਪਾਂ ਜਲੰਧਰ ਮੂਵ ਹੋ ਗਏ 2011-12 ਦੇ ਵਿੱਚ ਤੇ ਫਿਰ ਮੈਂ ਉੱਥੇ ਸਪੋਰਟਸ ਸਕੂਲ ਦੇ ਵਿੱਚ ਖੇਡਿਆ ਤੇ ਪੰਜਾਬ ਵੱਲੋਂ ਵੀ ਮੈਂ ਖੇਡਿਆ 3 ਸਾਲ ਵਾਲੀਬਾਲ 2016 ਤੋਂ ਲੈ ਕੇ 2019 ਤੱਕ ਤੇ ਦੈਨ ਕਰੋਨਾ ਕਰਕੇ ਗੇਮ ਜਿੱਦਾਂ ਛੁੱਟ ਗਈ ਕਿਉਂਕਿ ਗਰਾਊਂਡਾਂ ਮੇਰਾ ਸਾਰਾ ਕੁਛ ਬੰਦ ਟੂਰਨਾਮੈਂਟ ਬੰਦ ਤੇ ਫਿਰ ਮੇਰੀ +2 ਦੇ ਪੇਪਰ ਸੀਗੇ ਫਿਰ ਮੈਂ ਜਿੰਮ ਵੱਲ ਘਰੇ ਜਿੱਦਾਂ ਥੋੜ੍ਹਾ ਬਹੁਤਾ ਜਿੰਮ ਸਟਾਰਟ ਕਰਤੀ ਤੇ ਨਾਲ ਨਾਲ ਪੇਪਰ ਡਨ ਕਰਕੇ +2 ਦੇ ਤੇ ਫਿਰ ਆਇਲਸ ਜਦੋਂ ਪੇਪਰ ਖੁੱਲ੍ਹੇ ਮੈਂ ਨਾਲ ਦੀ ਨਾਲ ਆਇਲਸ ਦੀ ਤਿਆਰੀ ਕਰਕੇ ਆਇਲਸ ਮੈਂ ਕਰ ਲਈ ਜਿੱਦਾਂ ਮੈਨੂੰ ਲੱਗਦਾ ਵੀ ਆਪਣਾ ਰਿਜ਼ਲਟ ਆਉਣ ਤੋਂ 1 ਅੱਧੇ ਮਹੀਨੇ ਬਾਅਦ ਹੀ ਤੇ ਫਿਰ ਬਾਅਦ 'ਚ ਫਾਰਮਲ ਪ੍ਰੋਟੈਸਟ ਚੱਲ ਪਿਆ ਤੇ ਉੱਧਰ ਆਪਾਂ ਮੈਂ ਦੀਪ ਸਿੱਧੂ ਬਾਈ ਨਾਲ ਜਿੱਦਾਂ 2016 ਤੋਂ ਕਨੈਕਟਡ ਆ ਫੇਸਬੁੱਕ 'ਤੇ ਤੇ ਫਿਰ ਬਾਅਦ 'ਚ ਬਾਈ ਦੀ ਜਿੱਦਾਂ ਮੂਵੀ ਵੀ ਜਦੋਂ ਆਈ ਸੀਗੀ ਜੋਰਾ ਤੇ ਉਦੋਂ ਤੋਂ ਵਧੀਆ ਸਾਂਝ ਸੀਗੀ ਬਾਈ ਦੇ ਨਾਲ ਤੇ ਗੱਲਬਾਤ ਵੀ ਬਥੇਰੇ ਵਾਰੀ ਕਹਿੰਦਾ ਫੇਸਬੁੱਕ 'ਤੇ ਹੁੰਦੀ ਰਹੀ ਤੇ ਦੈਨ ਜਦੋਂ ਫਾਰਮਲ ਪ੍ਰੋਟੈਸਟ ਆਇਆ ਫਿਰ ਬਾਈ ਵੀ ਪਹਿਲਾਂ ਤਾਂ ਬਹੁਤ ਘੱਟ ਬੋਲਦੇ ਹੁੰਦੇ ਸੀ ਫਿਰ ਉਹਨਾਂ ਨੇ ਬੋਲਣਾ ਸਟਾਰਟ ਕੀਤਾ ਲਾਈਵ ਹੈ ਨਾ ਸੋ ਫਿਰ ਹੋਰ ਕਨੈਕਟ ਵਧੀ ਗਿਆ ਫਿਰ ਉਹਨਾਂ ਨੂੰ ਵੇਖਦੇ ਵੇਖਦੇ ਆਪ ਵੀ ਹਿਸਟਰੀ ਥੋੜ੍ਹੀ ਬਹੁਤੀ ਪੜ੍ਹਨੀ ਸਟਾਰਟ ਕਰਤੀ ਤੇ ਲਾਗੇ ਚਾਗੇ ਜਿੰਨੇ ਧਰਨੇ ਹੋਣੇ ਸਾਡੇ ਤਾਂ ਪੈ ਰਹੀ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਖਾੜਕੂਵਾਦ ਦੇ ਵਿੱਚ ਥੋੜ੍ਹਾ ਕੰਮ ਔਖਾ ਹੋ ਗਿਆ ਸੀ ਵਿਕ ਬੁੱਕ ਗਿਆ ਸੀ ਸਾਰਾ ਕੁਛ ਤੇ ਪਰ ਆਪਾਂ ਤਾਂ ਵੀ ਗਏ ਉੱਥੇ ਤੇ ਫਾਰਮਲ ਪ੍ਰੋਟੈਸਟ ਵਿੱਚ ਗਿਆ ਉੱਥੇ ਉੱਥੇ ਇੱਦਾਂ ਹੀ ਮੇਰੀ ਇੱਕ ਇੰਟਰਵਿਊ ਸੀਗੀ ਅਕਤੂਬਰ ਦੀ ਗੱਲ ਆ ਉਹ ਤੇ ਅਕਤੂਬਰ 'ਚ ਇੰਟਰਵਿਊ ਸੀਗੀ 26 ਜਨਵਰੀ ਤੋਂ ਜਿੱਦਾਂ ਥੋੜ੍ਹਾ ਟਾਈਮ ਪਹਿਲਾਂ 3 ਕੁ ਮਹੀਨੇ ਪਹਿਲਾਂ ਤੇ ਇਹ ਜਿਹੜੀਆਂ ਉੱਥੇ ਗੱਲਾਂ ਕੀਤੀਆਂ ਤੇ ਬਾਬੇ ਦੀ ਮਿਹਨਤ ਉਹੀ ਸੱਚੀਆਂ ਪੈ ਗਈਆਂ ਤੇ ਜਿੱਦਣ ਸੱਚੀਆਂ ਪਈਆਂ ਉਦਣ ਆਪਣਾ ਕੰਮ ਔਖਾ ਹੋ ਗਿਆ ਉੱਥੇ ਤੇ ਫਿਰ ਆਇਲਸ ਕੀਤੀ ਹੋਈ ਸੀਗੀ ਤੇ ਪਹਿਲਾਂ ਮੈਂ ਆਸਟ੍ਰੇਲੀਆ ਵਾਸਤੇ ਕੀਤਾ ਸੀਗਾ ਯੂਨੀਵਰਸਿਟੀ ਲਈ ਅਪਲਾਈ ਕੀਤਾ ਸੀ ਮੇਰੀ ਔਫਰ ਲੈਟਰ ਵੀ ਆ ਗਈ ਤੇ ਪਰ ਆਸਟ੍ਰੇਲੀਆ ਵਾਲੇ ਕਹਿੰਦੇ ਵੀ ਜਿੰਨੀ ਦੇਰ ਕਰੋਨਾ ਹੈ ਤੁਹਾਨੂੰ ਆਨਲਾਈਨ ਪੜ੍ਹਨਾ ਪੈਣਾ ਤੇ ਘਰਦੇ ਫਿਰ ਉੱਥੇ ਤੁਹਾਨੂੰ ਪਤਾ ਲੀਡਰ ਟੂਡਰ ਸਾਰੇ ਸਾਥ ਛੱਡ ਗਏ ਤੇ ਪੈਸੇ ਤੇਲੇ ਵੱਲੋਂ ਵੀ ਕੰਮ ਔਖਾ ਸੀ ਤੇ ਫਿਰ ਘਰਦੇ ਕਰਾਉਂਦੇ ਆ ਕੈਨੇਡਾ ਵੀ ਨੀ ਕੰਮ ਗੱਲ ਬਣੀ ਉਹ ਕਹਿੰਦੇ ਹਲੇ ਟਾਈਮ ਲੱਗਣਾ ਕਰੋਨਾ ਕਰਕੇ ਤੇ ਫਿਰ ਯੂਕੇ ਗਾਂ ਮੇਰੇ ਰਿਸ਼ਤੇਦਾਰੀ ਸੀਗੀ ਤੇ ਫਿਰ ਯੂਕੇ ਮੈਂ ਇੰਟਰਵਿਊ ਕਲੀਅਰ ਕਰਕੇ ਮੈਂ ਜਿੰਨੀ ਛੇਤੀ ਹੋ ਸਕਿਆ ਮੈਂ ਉਧਰੋਂ ਨਿਕਲ ਗਿਆ ਮੈਂ ਯੂਕੇ ਚਲ ਗਿਆ ਸੀਗਾ ਤੇ ਇਹ ਗਿਆ ਮੈਂ ਉੱਥੇ ਮੈਂ ਰਿਹਾ ਪੂਰਾ ਸਾਲ ਰਿਹਾ ਯੂਕੇ ਕੰਸਟਰਕਸ਼ਨ ਦਾ ਉੱਥੇ ਮੈਂ ਕੰਮ ਕੀਤਾ ਤੇ ਨਾਲ ਨਾਲ ਯੂਨੀਵਰਸਿਟੀ ਸੀਗੀ ਮੈਂ ਸਕੋਲਰਸ਼ਿਪ ਤੇ ਗਿਆ ਸੀ ਉੱਦਾਂ ਵੀ ਤੇ ਬਿਜ਼ਨਸ ਡਿਗਰੀ ਸੀਗੀ 3 ਸਾਲ ਦੀ ਤੇ ਪਰ ਮੈਂ 1 ਸਮੈਸਟਰ ਹੀ ਕੀਤਾ ਦੈਨ ਸੈਕਿੰਡ ਸਮੈਸਟਰ ਜਿਹੜਾ ਸੀਗਾ ਉਹਦੇ ਚੱਲਦਿਆਂ ਚੱਲਦਿਆਂ ਹੀ ਯੂਕੇ ਰੈਫਰੈਂਡਮ ਸਟਾਰਟ ਹੋ ਗਈ ਤੇ ਉੱਥੇ ਵੀ ਆਪਣਾ ਵਧੀਆ ਯੋਗਦਾਨ ਦਿੱਤਾ ਜਿੰਨਾ ਵੀ ਹਨਾ ਹੋ ਸਕਿਆ ਤੇ ਪਰ ਪਤਾ ਨੀ ਕੀ ਜਿੱਦਾਂ ਤੁਹਾਨੂੰ ਪਤਾ ਹੀ ਆਪਣੇ ਵਿੱਚੋਂ ਵਿੱਚ ਬੰਦੇ ਜਿਹੜੇ ਹੁੰਦੇ ਰਲੇ ਹੁੰਦੇ ਗਾਂਹ ਅੱਗੇ ਤੇ ਉਹ ਫਿਰ ਆਪਾਂ ਨੂੰ ਗਾਂਹ ਦੀ ਗਾਂਹ ਪਤਾ ਲੱਗ ਗਿਆ ਵੀ ਜਿੱਦਣ ਵੀ ਆਪਾਂ ਵਾਪਸ ਮੁੜੇ ਤੇ ਉਦਣ ਚੱਕ ਲੈਣਾ ਦਿੱਲੀ ਵਾਲਿਆਂ ਨੇ ਹਾਂਜੀ ਤੇ ਫਿਰ ਯੂਕੇ ਦੇ ਵਿੱਚ ਮੈਂ ਟਰਾਈ ਕੀਤੀ ਹਨਾ ਕਿਸੇ ਤਰ੍ਹਾਂ ਅਸਾਈਲਮ ਵਗੈਰਾ ਜਾਂ ਕੁਛ ਵੀ ਇੱਦਾਂ ਦਾ ਹੋ ਸਕੇ ਤੇ ਪਰ ਉਹ ਗੱਲ ਜੀ ਨਹੀਂ ਬਣੀ ਤੇ ਦੈਨ ਮੈਂ ਫਿਰ ਵਧੀਆ ਗਾਂ ਸੈਟਿੰਗ ਕਰਕੇ ਜਾਂਦਾ ਫਿਰ ਮੈਂ ਗਾਂ ਮੈਕਸੀਕੋ ਬਾਰਡਰ ਦੇ ਥਰੂ ਮੈਂ US ਐਂਟਰ ਕਰ ਗਿਆ ਸੀਗਾ ਠੀਕ ਹੈ ਜੀ ਹਾਂ ਫਿਰ ਮੈਂ US ਐਂਟਰ ਕੀਤਾ ਤੇ ਇੱਥੋਂ ਆਪਣੇ ਵੱਡੇ ਭਰਾ ਨੇ ਜਮਾਨਤ ਕਰਾਤੀ ਸੀਗੀ ਤੇ ਦੈਨ ਇੱਥੇ ਅਸਾਈਲਮ ਆਈ ਲਾਈ ਆ ਕੇ ਤੇ ਫਿਰ ਇੱਥੇ ਬਾਬੇ ਦੀ ਮਿਹਨਤ ਹੌਲੀ ਹੌਲੀ ਕਰਕੇ ਪਹਿਲਾਂ ਸਟੋਰ ਵਗੈਰਾ ਦੇ ਕੰਮ ਕੀਤਾ ਸਟਾਰਟ ਤੇ ਨਾਲ ਨਾਲ ਫਿਟਨੈਸ ਦੇ ਵਿੱਚ ਜਿੱਦਾਂ ਪਹਿਲਾਂ ਗੇਮ ਕਰਦਾ ਸੀਗਾ ਪਰ ਕੁਆਲੀਫਿਕੇਸ਼ਨ ਨਹੀਂ ਸੀਗੀਆਂ ਹਨਾ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਇਹਦੀ ਇਸ ਚੀਜ਼ ਦੇ ਵਿੱਚ ਹੀ ਪੜ੍ਹਾਈ ਹੁੰਦੀ ਆ ਤੇ ਇੱਥੇ ਆ ਕੇ ਪੜ੍ਹਾਈ ਵੀ ਜੁਆਇਨ ਕਰ ਲਈ ਜਿਹ 'ਚ ਇੰਟਰਸਟ ਸੀਗਾ ਜਿੱਦਾਂ ਨਿਊਟ੍ਰੀਸ਼ਨ ਦੇ ਕੋਰਸਿਸ ਸਰਟੀਫਿਕੇਸ਼ਨ ਉਹ ਕਰਨੀਆਂ ਸਟਾਰਟ ਕਰਤੀਆਂ ਨਾਲ ਦੀ ਨਾਲ ਸਟੋਰ ਵਗੈਰਾ ਤੇ ਕੰਮ ਕਰਨਾ ਤੇ ਫਿਰ ਮੈਂ ਆਪਣਾ ਪੇਜ ਸਟਾਰਟ ਕਰਤਾ ਉਹਦਾ ਨਾਂ ਰੱਖਤਾ ਜੱਟ ਲਾਈਫ ਫਿਟਨੈਸ ਤੇ ਫਿਰ ਆਪਣੇ ਬਾਈ ਦੀ ਜਿੱਦਾਂ ਟਰੈਕਿੰਗ ਕੰਪਨੀ ਆ ਤੇ ਪਤਾ ਸੀਗਾ ਵੀ ਟਰੈਕਿੰਗ ਦੇ ਵਿੱਚ ਟਾਈਮ ਘੱਟ ਲੱਗਦਾ ਵਾ ਤੇ ਫਿਟ ਰਹਿਣਾ ਬਹੁਤ ਔਖਾ
ਤੇ ਫਿਰ ਮੈਂ ਉਸ ਹਿਸਾਬ ਦੇ ਨਾਲ ਸਾਰਾ ਸਕੇਜੂਲ ਬਣਾਇਆ ਤੇ ਪਹਿਲਾਂ 3-4 ਮਿੱਤਰ ਆਪਣੇ ਜਿਹੜੇ ਸੀਗੇ ਖਾਸ, ਪਹਿਲਾਂ ਉਹਨਾਂ ਦੀਆਂ ਟ੍ਰਾਂਸਫਰਮੇਸ਼ਨਾਂ ਕੀਤੀਆਂ ਮੈਂ ਫ੍ਰੀ ਦੇ ਵਿੱਚ ਉਦੋਂ, ਤੇ ਜੀ ਫਿਰ ਕੀਤੀਆਂ ਤੇ ਨਾਲ ਦੀ ਨਾਲ 15 ਫੈਬ ਦੀ ਗੱਲ ਆ ਮੇਰੀ, ਤਰੀਕ ਸੀਗੀ ਮੈਂ ਕੋਰਟ 'ਚ ਹੀ ਬੈਠਾ ਸੀਗਾ ਤੇ ਜਿੱਦਾਂ ਥੋੜ੍ਹਾ ਤੁਹਾਨੂੰ ਪਤਾ ਬਲੱਡ ਹੁੰਦਾ ਤੇ ਮੈਂ ਹੈਡ ਡਾਊਨ ਕਰਕੇ ਬੈਠਾ ਪਿਆ ਤੇ ਨਾਲ ਦੇ ਮੁੰਡੇ ਨੇ ਹਿਲਾਇਆ ਕਹਿੰਦਾ ਵੀ ਬਾਈ ਦੀਪ ਸਿੱਧੂ ਦੀ ਹਨਾ ਡੈਥ ਹੋ ਗਈ, ਤੇ ਉਹ ਆਪਾਂ ਨੂੰ ਬੜੀ ਗੱਲ ਹਨਾ ਚੁਬੀ ਵੀ ਐਕਸੀਡੈਂਟ ਹਨਾ, ਐਕਸੀਡੈਂਟ ਤਾਂ ਉਹ ਸੀਗਾ ਹੀ ਨਹੀਂ, ਹਾਂਜੀ ਤੇ ਉਹ ਗੱਲ ਆਪਾਂ ਨੂੰ ਬਹੁਤ ਚੁਬੀ। ਫਿਰ ਜਾਂਦੇ ਜਾਂਦੇ ਜਿੱਦਾਂ ਬਾਈ ਜਿਹੜੀਆਂ ਗੱਲਾਂ ਕਰਕੇ ਗਿਆ ਸੀ, ਇੱਕ ਹੱਥ 'ਚ ਕਿਰਪਾਨ ਫੜੀ ਇੱਕ ਹੱਥ 'ਚ ਝਾੜੂ ਫੜਿਆ, ਵੀ ਕਹਿੰਦਾ ਵੀ ਤੁਸੀਂ ਹਨਾ ਤੁਸੀਂ ਡਿਸਾਈਡ ਕਰਨਾ ਕੀ ਬਣਨਾ ਵਾ, ਤੇ ਉਦਣ ਮੈਂ ਫਿਰ ਕੋਰਟ ਤੋਂ ਜਿੱਦਣ ਵਾਪਸ ਆਉਂਦਾ ਪਿਆ ਸੀ ਘਰ ਨੂੰ, ਹਾਂਜੀ ਤੇ ਆਪਾਂ ਆਉਂਦੇ ਆਉਂਦੇ ਡਿਸਾਈਡ ਕਰ ਲਿਆ ਵੀ ਨਹੀਂ ਹੁਣ ਹਨਾ ਕੇਸ ਰੱਖਣੇ ਆ ਤੇ ਗੋਲ ਦਸਤਾਰ ਕਰਨੀ ਸਟਾਰਟ ਕਰਨੀ ਆ, ਤੇ ਫਿਰ ਨਾਲ ਦੀ ਨਾਲ ਆਪਣੀ ਉਹ ਟ੍ਰਾਂਸਫਰਮੇਸ਼ਨ ਸਟਾਰਟ ਕੀਤੀ। ਫਿਰ ਉਧਰੋਂ ਵਾਰਿਸ ਪੰਜਾਬ ਦੇ ਨਾਲ ਪਹਿਲਾਂ ਵੀ ਸੀਗੇ ਲਿੰਕਡ, ਤੇ ਠੀਕ ਹੈ ਬਾਈ ਆਪਣਾ ਟੈਲੀਗ੍ਰਾਮ ਦੇ ਉੱਤੇ ਪਹਿਲਾਂ ਹੁੰਦੇ ਸੀਗੇ ਆਪਾਂ, ਟੈਲੀਗ੍ਰਾਮ ਪੇਜ ਹੁੰਦਾ ਸੀ ਸਾਡਾ ਤੇ ਆਪਾਂ 40-45 ਜਣੇ ਹੁੰਦੇ ਸੀ ਬਸ, ਠੀਕ ਹੈ ਤੇ ਜੀ ਉਹ ਹੋਣੀਆਂ ਫਿਰ 40 ਤੋਂ 250 ਤੇ ਪਹੁੰਚੇ, 250 ਤੋਂ 2500 ਤੇ ਹੁਣ ਤਾਂ ਫਿਰ ਬਾਬੇ ਦੀ ਮਿਹਰ ਹੀ ਆ। ਫਿਰ ਉਧਰ ਤਾਂ ਕਰਕੇ ਮੈਂਟਲੀ ਤੌਰ ਦੇ ਉੱਤੇ ਤਾਂ ਫਿੱਟ ਹੋਈ ਗਏ, ਤੇ ਜਦੋਂ ਤੁਹਾਨੂੰ ਪਤਾ ਮੈਂਟਲੀ ਤੌਰ ਤੇ ਹਨਾ ਆਪਣੇ ਗੁਰੂ ਸਾਹਿਬਾਨਾਂ ਦਾ ਆਪਣਾ ਨਾਮ ਲੈਣਾ ਸਟਾਰਟ ਕਰ ਦਿੰਦੇ ਸ਼ਹੀਦਾਂ ਸਿੰਘਾਂ ਦੀ, ਵਧੀਆ ਕਿਰਪਾ ਹੋ ਜਾਂਦੀ ਹੈ ਫਿਰ ਫਾਈਨੈਂਸ਼ਲੀ ਜਾਂ ਫਿਰ ਫਿਜ਼ੀਕਲ ਤੌਰ ਤੇ, ਤਾਂ ਫਿਰ ਕਿਰਪਾ ਹੀ ਰਹਿੰਦੀ ਮਾਲਕ ਦੀ। ਸੋ ਹੌਲੀ ਹੌਲੀ ਬਿਲਕੁਲ ਭਾਈ, ਬਾਹ ਫੜੀ ਤੇ ਗਾਂ ਫਲੇ ਤੁਰੀ ਜਾਂਦੇ ਅੱਗੇ ਨੂੰ। ਜਿਹੜਾ ਇੱਕ ਜਰਨੀ ਹੁੰਦੀ ਆ ਬੰਦੇ ਦੀ ਹਨਾ, ਆਪਾਂ ਜੇਕਰ ਕਹੀਏ ਕਿ ਸਿਰਫ ਗੁਰਦੁਆਰੇ ਸਾਹਿਬਾਨ ਨਾਲ ਹੀ ਜੁੜਦਾ ਹਨਾ, ਜਾਂ ਇੱਕ ਕਥਾ ਸੁਣਨੀ ਗੁਰਬਾਣੀ ਪੜ੍ਹਨੀ ਹਨਾ, ਉਹ ਇੱਕ ਮੂਮੈਂਟ ਹੁੰਦੀ ਆ ਹਨਾ ਜਿੱਥੇ ਕਲਿੱਕ ਕਰਦੀ ਆ ਚੀਜ਼, ਹਾਂਜੀ ਉਹ ਤੁਹਾਡੀ ਕਿਹੜੀ ਮੂਮੈਂਟ ਜਦੋਂ ਕਲਿੱਕ ਕੀਤੀ ਕਿ ਯਾਰ ਠੀਕ ਹੈ ਮੈਂ ਮੰਨਦਾ ਵਾ ਕਿ ਮੈਂ ਸੰਘਰਸ਼ ਦੇ ਨਾਲ ਜੁੜਿਆ ਵੀ ਹਾਂ ਹਨਾ, ਕਿ ਮੈਂ ਸ਼ੁਰੂ ਤੋਂ ਰਿਹਾ ਵੀ ਹਾਂ ਖਾੜਕੂਵਾਦ ਦੇ ਵਿੱਚ ਵੀ, ਚਲੋ ਜਿਵੇਂ ਵੀ ਤੁਹਾਡਾ ਹਨਾ ਸਮਰਥਨ ਰਿਹਾ ਉਹ ਚੀਜ਼ ਦੇ ਵਿੱਚ, ਪਰ ਇੱਕ ਟਾਈਮ ਹੁੰਦਾ ਹਨਾ ਬੜਾ ਇੱਕ ਕੁਝ ਸਕਿੰਟ ਹੁੰਦੇ ਆ, ਜਿਸ ਤਰ੍ਹਾਂ ਕਹਿੰਦੇ ਕਿ ਪਰਮਾਤਮਾ ਨੂੰ ਪਾਉਣ ਲਈ ਵੀ ਉਹ ਇੱਕ ਸਕਿੰਟ ਹੀ ਹੁੰਦਾ ਵਾ ਹਨਾ, ਕਿ ਜਿਹੜਾ ਸਾਰੀ ਉਮਰ ਨਾਮ ਜਪਦਾ ਬੰਦਾ, ਭਾਵੇਂ ਉਹਦਾ ਜੀਵਨ ਅਖੀਰ ਤੇ ਆਵੇ ਭਾਵੇਂ ਮਿਡਲ ਚ ਹੋਵੇ, ਪਰ ਉਹ ਇੱਕ ਸਕਿੰਟ ਹੁੰਦਾ ਜਿੱਥੇ ਕਲਿੱਕ ਕਰਦੀ। ਤੁਹਾਡੇ ਲਈ ਉਹ ਕਿਹੜੀ ਮੂਮੈਂਟ ਜਿੱਥੇ ਉਹ ਕਲਿੱਕ ਕੀਤਾ ਕਿ ਯਾਰ ਹਾਂ ਯੂਕੇ ਸੀਗਾ ਉਦੋਂ ਤੇ ਦਸੰਬਰ ਦੀ ਗੱਲ ਹੈ, ਜਿੱਦਾਂ ਇੱਥੇ ਮੈਂ ਜਨਵਰੀ ਕ੍ਰੋਸ ਕੀਤਾ ਸੀ ਬਾਰਡਰ, ਦਸੰਬਰ ਮੈਂ ਉੱਥੇ ਸੀਗਾ, ਤੇ ਆ ਪਿਛਲੇ ਸਾਲ ਦੀ ਦਸੰਬਰ ਦੀ ਗੱਲ ਕਰਦਾ ਜਿਹੜੇ ਨੇ ਨੰਗ ਕੇ ਗਿਆ ਇਸ ਤੋਂ ਵੀ ਕੰਮ ਪਿਛਲੇ ਦੀ 1.5 ਸਾਲ ਪੇ, ਤੇ ਉੱਥੇ ਬਾਈ ਜਿੱਦਾਂ ਮੈਂ ਕੰਮ ਤੋਂ ਜਿੱਦਾਂ ਨਿਕਲਿਆ ਤੇ ਡਰਾਈਵ ਕਰਦਾ ਪਿਆ ਸੀਗਾ, ਤੇ ਮੈਂ ਸਟੋਪ ਪੁਆਇੰਟ ਦੇ ਉੱਤੇ ਰੁਕਿਆ, ਤੇ ਉਧਰੋਂ ਬਾਈ ਜਿੱਦਾਂ ਨਾ ਸਾਈਡ ਵਾਲੇ ਬੰਨੇ ਬਹੁਤ ਤੇਜ਼ ਗੱਡੀ ਆਈ ਸਿੱਧੀ ਆ ਕੇ ਮੇਰੇ ਵਾਲੀ ਸਾਈਡ ਵਜੀ, ਮੈਂ ਜਿੱਦਾਂ ਆਉਂਦੀ ਵੇਖ ਲਈ, ਮੈਂ ਨਾਲ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਬਾਬਾ ਅੱਜ ਨਹੀਂ ਵੱਜਦੇ, ਮੈਂ ਇੰਨੀ ਗੱਲ ਮੂੰਹੋਂ ਵੀ ਕਹੀ ਆ, ਤੇ ਉਹ ਸਿੱਧੀ ਆ ਕੇ ਵੱਜੀ ਮੇਰੀ ਗੱਡੀ ਪੂਰੀ ਉੱਥੇ ਨਾ ਘੁੰਮ ਗਈ, ਮੈਂ ਉਤਰਿਆ ਠੀਕ ਆ, ਮੈਂ ਕਿਹਾ ਹਨਾ ਵੀ ਸਹੀ ਆ, ਜਿੰਨੀ ਤੇਜ਼ ਉਹ ਗੱਡੀ ਵੱਜੀ ਉਹ ਗੱਡੀ ਦੂਜੀ ਦੇ ਤਾਂ ਸਾਰੇ ਏਅਰ ਬੈਗ ਖੁੱਲ੍ਹ ਗਏ ਸਾਰਾ ਕੁਛ ਹਨਾ, ਜਿਹੜਾ ਬੰਦਾ ਡਰਾਈਵ ਕਰਦਾ ਪਿਆ ਸੀ ਜਿੱਦਾਂ ਉਹ ਇੱਦਾਂ ਡਰਾਈਵ ਕਰਦਾ ਸੀ ਉਹਦਾ ਹੱਥ ਇੱਦਾਂ ਦਾ ਇੱਦਾਂ ਟੁੱਟ ਗਿਆ ਪਿੱਛੇ ਨੂੰ, ਤੇ ਉਹ ਹਾਂਜੀ ਉਹ ਗੋਰਾ ਸੀਗਾ, ਤੇ ਉਹਨੇ ਡਰੱਗ ਵਗੈਰਾ ਕੀਤੀ ਸੀਗੀ, ਤੇ ਉੱਥੇ ਚਲੋ ਪੁਲਿਸ ਆ ਗਈ ਨਾ, ਪੁਲਿਸ ਨੇ ਚੁੱਕ ਲਿਆ, ਤੇ ਪਰ ਉਹ ਇੱਦਾਂ ਹੀ ਵੀ ਡਿਸਕ੍ਰਿਮੀਨੇਸ਼ਨ ਬਹੁਤ ਯੂਕੇ ਦੇ ਵਿੱਚ, ਤੇ ਉੱਥੇ ਆਪਾਂ ਨੂੰ ਜਿੱਦਾਂ ਕਰ ਕਰਾ ਕੇ ਕਦੀ ਉਹਨਾਂ ਨੇ ਅੱਜ ਸੱਦ ਲਿਆ ਕਦੀ ਕੱਲ੍ਹ ਸੱਦ ਲਿਆ ਹਨਾ, ਤੇ ਫਿਰ ਉਦੋਂ ਬਾਅਦ ਮੈਂ ਆਹ ਪਰਮਾਤਮਾ ਸ਼ੁਕਰ ਕੀਤਾ ਵੀ ਜਿੱਦਾਂ ਨਾ ਉਦੋਂ ਮੈਂ ਬਾਈ ਥੋੜ੍ਹਾ ਜਿਹਾ ਨਾ ਜਿੱਦਾਂ ਆਪਾਂ ਬਾਹਰ ਜਾ ਕੇ ਮੈਂ ਥੋੜ੍ਹਾ ਜਿਹਾ ਮੈਨੂੰ ਲੱਗ ਗਿਆ ਸੀ ਪਤਾ ਮੈਂ ਨਾ ਮੈਂ ਪਿੱਛੇ ਜੇ ਹੋ ਗਿਆ, ਮੈਂ ਪਹਿਲਾਂ ਨੈਟ ਤੇ ਮੈਂ ਬੋਲਦਾ ਵੀ ਹੁੰਦਾ ਸੀ ਭਾਵੇਂ ਮੈਂ ਹਨਾ ਕੇਸ ਨਹੀਂ ਰੱਖੇ, ਮੈਂ ਸ਼ੇਅਰ ਕਰਦਾ ਨਾ ਮੈਂ ਲਿਖਦਾ ਹੁੰਦਾ ਹੈਗਾ, ਤੇ ਮੈਂ ਹਟ ਗਿਆ ਸੀਗਾ ਉਦੋਂ, ਮੈਂ ਹਟ ਗਿਆ ਸੀ, ਮੈਂ ਕੀ ਕਰਨਾ ਮੈਂ ਯੂਨੀਵਰਸਿਟੀ ਜਾਣਾ ਕੰਮ ਕਰਨਾ, ਵੀਕਐਂਡ ਦੇ ਉੱਤੇ ਸੈਂਟਰਲ ਲੰਡਨ ਆਪਣੇ ਯਾਰਾਂ ਮਿੱਤਰਾਂ ਨਾਲ ਹਨਾ ਫਨ ਵਗੈਰਾ ਕਰਨਾ ਕਲੱਬਿੰਗ ਵਗੈਰਾ ਕਰਨੀ, ਤੇ ਉਹ ਜਿੱਦਾਂ ਫਿਰ ਆਪਣੇ ਤਿਹਾਡੇ ਲਾਗੇ ਜਿੱਦਾਂ ਜਿੱਥੇ ਜਲੰਧਰ ਅਸੀਂ ਰਹਿੰਦੇ ਹਾਂ ਉੱਥੇ ਲਾਗੇ ਸ਼ਹੀਦਾਂ ਦਾ ਗੁਰਦੁਆਰਾ ਤੇ ਤਲਨਾ ਸਾਹਿਬ, ਉੱਥੇ ਆਪਾਂ ਸੇਵਾ ਕਰਦੇ ਹੁੰਦੇ ਹਰੇਕ ਸੰਡੇ, ਤੇ ਉਹ ਚੀਜ਼ ਨਾ ਜਿੱਦਣ ਮੇਰੇ ਨਾਲ ਇੱਦਾਂ ਹੋਇਆ, ਫਿਰ ਮੈਨੂੰ ਨਾਲ ਦਾ ਮੁੰਡਾ ਕਹਿੰਦਾ ਵੀ ਕਹਿੰਦਾ ਤੂੰ ਤਾਂ ਕਹਿਦਾ ਸੀ ਵੀ ਅੱਜ ਨਹੀਂ ਬਚਦੇ ਪਰ ਆਪਾਂ ਫਿਰ ਬਚ ਗਏ ਹਾਂ ਕਿਸੇ ਕਾਰਨ ਕਰਕੇ ਬਚੇ ਹਾਂ, ਫਿਰ ਉਦਣ ਤੋਂ ਚੀਜ਼ ਰੜਕਣ ਲੱਗ ਪਈ ਵੀ ਨਹੀਂ ਹਨਾ ਜੇ ਬਾਬੇ ਨੇ ਪਰਮਾਤਮਾ ਨੇ ਇੰਨੀਆਂ ਮੁਸੀਬਤਾਂ ਕੱਢ ਕੇ ਫੇਰ ਭੇਜਿਆ ਅਸੀਂ ਉਹਨੂੰ ਪੇਠ ਵਿਖਾਉਣ ਰਹੇ ਹਾਂ, ਤੇ ਫਿਰ ਉਦੋਂ ਬਾਅਦ ਬਈ ਉਦਣ ਮੈਂ ਕਿਹਾ ਵੀ ਨਹੀਂ ਹਨਾ ਜੇ ਉਹਨੇ ਪਹੁੰਚਾਇਆ ਵਾ ਤੇ ਹੁਣ ਕਾਂ ਜੇ ਜਾਵਾਂਗੇ ਤੇ ਕੌਮ ਲਈ ਜਾਵਾਂਗੇ ਉਦਾਂ ਨਹੀਂ ਜਾਣਾ। ਨਹੀਂ ਸੱਤ ਬਈ ਭਈ, ਤੁਸੀਂ ਹੁਣ ਇਹ ਗੱਲ ਕੀਤੀ ਹੋਣਾ ਕਿ ਜਿਹੜੀ ਇਹਦੇ ਨਾਲ ਹੀ ਟੈਸਟ ਪੋਸ਼ਨ ਆਉਂਦਾ ਵਾ, ਆਪਾਂ ਡਿਸਕਸ ਵੀ ਕੀਤਾ ਸੀ ਇੰਸਟਾਗ੍ਰਾਮ ਤੇ ਕਿ ਉਹ ਟੌਪਿਕ ਆਪਾਂ ਲੈ ਕੇ ਆਵਾਂਗੇ। ਜਿਹੜਾ ਭਈ ਮੇਨ ਚੀਜ਼ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜੀ ਉਹ ਬੀਬੀ ਨਾਲ ਹੁਣੇ ਤੱਕ ਆਇਆ, ਜਿਹੜੀ ਬੀਬੀ ਡਿਪਰੈਸ਼ਨ ਚ ਗਈ ਹਨਾ, ਹਾਂਜੀ ਭਈ ਇਹ ਬੜੀਆਂ ਪ੍ਰੋਬਲਮਸ ਆ ਬਾਹਰ, ਖਾਸ ਕਰਕੇ ਆਪਣੇ ਯੂਥ ਦੇ ਵਿੱਚ, ਕਿ ਜਦੋਂ ਯੂਥ ਇੱਕ ਹਿਸਾਬ ਦਾ ਇੰਡੀਆ ਤੋਂ ਆਉਂਦਾ ਹਨਾ, ਪੰਜਾਬ ਤੋਂ ਆਉਂਦਾ ਵਾ,
ਤੇ ਕਿਸੇ ਵੀ ਪਾਰਟ ਦਾ ਵੇਖ ਲਈ ਯਾਰ ਤੂੰ ਹਨਾ ਕਿ ਆਪਣਾ ਭੈਣ ਭਰਾ ਉਹ ਜਦੋਂ ਅੱਜ ਬਾਹਰ ਹੁੰਦੇ ਹਨਾ ਭਾਜੀ ਇੰਡੀਆ ਕਦੇ ਨਹੀਂ ਸੁਣਿਆ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕ ਇਹ ਚੀਜ਼ਾਂ ਦੇ ਲਾਗੇ ਤਾਂ ਗਿਉਂ ਨਹੀਂ ਲੱਗੇ ਮਾਰੇ ਕਿਰਪਾਨ ਪਰ ਜਦੋਂ ਇੱਥੇ ਆਏ ਹਨਾ ਤੇ ਇੱਥੇ ਤੇ ਮਾਹੌਲ ਹੀ ਹੋਰ ਸੀ ਕਿ ਯਾਰ ਅੱਛਾ ਇਹਨੂੰ ਡਿਪਰੈਸ਼ਨ ਹੋ ਗਿਆ ਮੈਨੂੰ ਐਂਗਜ਼ਾਇਟੀ ਹੁੰਦੀ ਆ ਮੈਨੂੰ ਪੈਨਿਕ ਅਟੈਕ ਹੁੰਦਾ ਹਨਾ ਤੇ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਕਿ ਇਹ ਚੀਜ਼ਾਂ ਕਿਵੇਂ ਆਪਣੇ ਵਿੱਚ ਆ ਗਈਆਂ ਥੋੜਾ ਜਿਹਾ ਜਿੱਦਾਂ ਇੱਦਾਂ ਹੁੰਦਾ ਵੀ ਆਪਣੇ ਕਈ ਵਾਰੀ ਨੇ ਐਕਸਪੈਕਟੇਸ਼ਨ ਆਪਣੀ ਲਾਈਫ ਤੋਂ ਵੱਧ ਲਾਈਆਂ ਹੁੰਦੀਆਂ ਪਰ ਮਿਹਨਤ ਆਪਾਂ ਉਨੀ ਨਹੀਂ ਕਰਦੇ ਹੁੰਨੇ ਤੇ ਉਦੋਂ ਥੋੜਾ ਜਿਹਾ ਪ੍ਰੋਬਲਮ ਆਉਂਦੀ ਜਿੱਦਾਂ ਹੁਣ ਜਦੋਂ ਨਵਾਂ ਬੰਦਾ ਆਉਂਦਾ ਹਨਾ ਉਹਨੇ ਐਕਸਪੈਕਟੇਸ਼ਨਾਂ ਜਿਹੜੀਆਂ ਹੁਣ ਮੈਂ ਇੱਥੇ ਬਾਹਰ ਹਾਂ ਹਨਾ ਮੇਰਾ ਲਾਈਫ ਸਟਾਈਲ ਕੋਈ ਵੇਖ ਕੇ ਜਿਹੜਾ ਬੰਦਾ ਹੁਣ ਹਨਾ ਨਵਾਂ ਆਇਆ ਵਾ ਤੇ ਉਹ ਟਰਾਈ ਕਰੂਗਾ ਪਰ ਉਹਨੂੰ ਆਹ ਨੀ ਪਤਾ ਵੀ ਪਿੱਛੇ ਆਪਾਂ ਹਨਾ ਕਿੰਨਾ ਸਟਰਗਲ ਫੇਸ ਕੀਤਾ ਵਾ ਦਿਨ ਦਿਨ ਰਾਤ ਰਾਤ ਹਨਾ ਬਿਨਾਂ ਆਪਾਂ ਸੁੱਤੇ ਕੰਮ ਕੀਤਾ ਵਾ ਤੇ ਇਹ ਚੀਜ਼ ਆਪਣੇ ਕਈ ਬੰਦੇ ਹਨਾ ਪਾਉਂਦੇ ਵੀ ਨੀ ਹੈਗੇ ਸੋ ਜੇ ਸਮਝ ਲਓ ਮਹੀਨੇ ਦੇ ਵਿੱਚ ਕੋਈ ਬੰਦਾ ਇੱਕ ਵਾਰੀ ਫੋਟੋ ਅਪਲੋਡ ਕਰਨ ਡਿਆ ਵਾ ਤੇ ਉਹ ਕਰਨੀ ਆ ਵੀ ਜਿਹੜੇ ਪਿੱਛੇ ਬੰਦੇ ਨੇ ਹਨਾ ਐਕਸਪੈਕਟੇਸ਼ਨਾਂ ਹੋਈ ਲਾ ਲਈਆਂ ਮੋਸਟਲੀ ਪੰਗਾ ਐਕਸਪੈਕਟੇਸ਼ਨਾਂ ਤੋਂ ਵੀ ਪੈ ਜਾਂਦਾ ਵਾ ਤੇ ਦੂਸਰਾ ਫੈਮਿਲੀ ਪ੍ਰੈਸ਼ਰ ਜਿਹੜਾ ਹੁੰਦਾ ਮਗਰ ਘਰਦਿਆਂ ਨੂੰ ਵੀ ਪਿੱਛੇ ਜਿਹੜੇ ਹੁੰਦੇ ਹਨਾ ਉਹਨਾਂ ਨੂੰ ਲੱਗਦਾ ਹੁੰਦਾ ਵੀ ਖਰੇ ਪਤਾ ਨੀ ਉੱਥੇ ਸੌਖਾ ਹੀ ਆ ਕੰਮ ਤੇ ਜਿੱਦਾਂ ਮੈਂ ਆਪਣੀ ਗੱਲ ਕਰਾਂ ਹਨਾ ਤੇ ਪਹਿਲਾਂ ਯੂਕੇ ਗਿਆ ਹਾਲੇ ਉਹ ਪੈਸੇ ਪੂਰੇ ਪੂਰੇ ਲੱਥੇ ਸੀਗੇ ਤੇ ਬਾਅਦ ਚ ਇੱਧਰ ਆਉਣਾ ਪੈ ਗਿਆ ਤੇ ਇੱਥੇ ਦਾ ਉੱਥੇ ਮਿੱਤਰ ਸੀਗੇ ਆਪਣੇ ਚੰਗੇ ਤੇ ਉਹਨਾਂ ਨੇ ਗਾਂ ਉਹਨਾਂ ਨੇ ਸਾਰਾ ਖਰਚਾ ਚੁੱਕਿਆ ਆਪਣਾ ਆਪਣੇ ਤੋਂ ਤਾਂ ਹੈ ਨੀ ਸੀ ਕੱਖ ਵੀ ਤੇ ਉਹ ਚੀਜ਼ ਫਿਰ ਹਨਾ ਪਿੱਛੋਂ ਜਦੋਂ ਮੈਂ ਇੱਥੇ ਆਇਆ ਇੱਥੇ ਪੇਪਰ ਤਾਂ ਹੈ ਨੀ ਸੀ ਹਨਾ ਆਉਂਦਾ ਨੂੰ ਤਾਂ ਪੇਪਰ ਕਿੰਨੇ ਦੇਣੇ ਇੱਥੇ ਤੇ ਕੰਮ ਕਰ ਵੀ ਓਨਾ ਕੁ ਮਿਲਣਾ ਤੇ ਇੱਕ ਇਹ ਆਹ ਟੈਨਸ਼ਨ ਦੂਜੀ ਆਹ ਟੈਨਸ਼ਨ ਵੀ ਯਾਰ ਉੱਥੇ ਤਾਂ ਆਉਣ ਜਾਣ ਦਾ ਸਾਧਨ ਸੀਗਾ ਹੁਣ ਆ ਜਾ ਵੀ ਨੀ ਸਕਦੇ ਦੂਜੀ ਆਹ ਟੈਨਸ਼ਨ ਬਈ ਤੀਜੀ ਪਿੱਛੋਂ ਹਨਾ ਘਰਦਿਆਂ ਨੇ ਕਹਿਣਾ ਵੀ ਕਰਜ਼ਾ ਹੋ ਗਿਆ ਆਹ ਹੋ ਗਿਆ ਹਨਾ ਤੇ ਵੀ ਮਹੀਨੇ ਦੇ ਵਿੱਚ ਬੰਦੇ ਨੇ ਓਨਾ ਕੁ ਕਰਨਾ ਉਹ ਵੀ ਗਾਂ ਜਦੋਂ ਕਰ ਦੇਣਾ ਮਗਰ ਫਿਰ ਜਦੋਂ ਬੰਦਾ ਬਾਕੀ ਵੱਲ ਵਹਿੰਦਾ ਉਹ ਬੰਦਾ ਹੌਲੀ ਹੌਲੀ ਹਨਾ ਧੱਸਦਾ ਜਾਂਦਾ ਪਿੱਛੇ ਨੂੰ ਤੇ ਪਰ ਉਹ ਚ ਦੋ ਤਰੀਕੇ ਹੁੰਦੇ ਆ ਜਾਂ ਤੇ ਹਾਰ ਮੰਨ ਕੇ ਬਹਿ ਜਾਓ ਤੇ ਜਾਂ ਤੋਂ ਇਹ ਮਿਹਨਤ ਆਪਣੀ ਦੁਗਣੀ ਕਰ ਦੋ ਵੀ ਕੋਈ ਨੀ ਲੰਘ ਜਾਣਾ ਸਮਾਂ ਪ੍ਰੋਸੈਸ ਆ ਬਈ ਇਹ ਫੇਸ ਤਾਂ ਕਰਨਾ ਹੀ ਪੈਣਾ ਹੈ ਇਹ ਤੋਂ ਦੱਬ ਕੇ ਤਾਂ ਫਿਰ ਸਾਰੀ ਉਮਰ ਉਦਾਂ ਹੀ ਰਹਿ ਜਾਣੇ ਆ ਜਿਹਨੂੰ ਆਪਾਂ ਕ੍ਰੋਸ ਕਰ ਲਿਆ ਤੇ ਗਾਂ ਆਉਣ ਵਾਲੀ ਜ਼ਿੰਦਗੀ ਸੌਖੀ ਆ ਠੀਕ ਹੈ ਬਈ ਔਰ ਮੈਂ ਜਸਕੀਰ ਸਿੰਘ ਨੂੰ ਕਹੂੰਗਾ ਕਿ ਅਗਲਾ ਸਵਾਲ ਜਸਕੀਰ ਸਿੰਘ ਕਰੇ ਹਾਂਜੀ ਭਾਈ ਸਾਹਿਬ ਮੇਰਾ ਸਵਾਲ ਇਹ ਸੀਗਾ ਕਿ ਜਿਵੇਂ ਆਪਾਂ ਵੀ ਚਲੋ ਸਾਰੇ ਜਣੇ ਬਾਹਰ ਬੈਠੇ ਹਾਂ ਔਰ ਕਾਫੀ ਲਾਰਜ ਸਕੇਲ ਤੇ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਹੋ ਰਹੀ ਕਾਫੀ ਵੱਡੇ ਪੱਧਰ ਤੇ ਉਹ ਚਾਹੇ ਸਟੂਡੈਂਟ ਵੀਜ਼ੇ ਦੇ ਬੇਸ ਉੱਤੇ ਸਟੂਡੈਂਟਸ ਆ ਰਹੇ ਆ ਚਾਹੇ ਵਰਕ ਪਰਮਿਟ ਤੇ ਆ ਰਹੇ ਆ ਜਿੱਦਾਂ ਵੀ ਆ ਰਹੇ ਔਰ ਪੰਜਾਬ ਜਿਹੜਾ ਉਹਦੇ ਵਿੱਚ ਕਾਫੀ ਖਲਾਅ ਪੈਦਾ ਹੋ ਰਿਹਾ ਉੱਥੇ ਵਸੋਂ ਜਿਹੜੀ ਆ ਉਹ ਬਈਆਂ ਦੀ ਵੀ ਆਉਣੀ ਸ਼ੁਰੂ ਹੋ ਗਈ ਉਸ ਚੀਜ਼ ਦਾ ਤੁਸੀਂ ਕੀ ਰੀਜ਼ਨ ਮੰਨਦੇ ਤੇ ਕੀ ਇੰਪੈਕਟ ਤੁਹਾਨੂੰ ਲੱਗਦਾ ਹੈ ਪੰਜਾਬ ਉੱਤੇ ਛੱਡੂਗਾ ਇੰਪੈਕਟ ਤਾਂ ਬਈ ਜਿਹੜਾ ਤਾਂ ਜਿੱਦਾਂ ਹਨਾ ਬਾਹਰਲੀਆਂ ਸਟੇਟਾਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਣ ਡਈ ਹੈ ਜੋਬ ਦੇ ਉੱਤੇ ਟੋਲ ਟੈਕਸ ਦੇਖ ਲਓ ਤੁਸੀਂ ਜਿਹੜੇ ਉੱਥੇ ਲੱਗਦੇ ਮੋਸਟਲੀ ਜਿੱਦਾਂ ਉੱਥੇ ਹਨਾ ਬਿਹਾਰ ਯੂਪੀ ਵਾਲੇ ਆ ਕੇ ਬੈਠੇ ਆ ਤੇ ਕੰਸਟਰਕਸ਼ਨ ਦੇ ਕੰਮ ਜਿਹੜੇ ਹੋ ਗਏ ਉਹਨਾਂ ਦੇ ਠੇਕੇ ਵੀ ਜਿਹੜੇ ਪਹਿਲਾਂ ਤਾਂ ਆਪਣੇ ਬੰਦੇ ਦਾ ਠੇਕੇ ਵੀ ਨੀ ਇਹਨਾਂ ਨੂੰ ਮਿਲਦੇ ਤੇ ਇੱਕ ਆਇਆ ਦੂਜੇ ਸਰਕਾਰਾਂ ਉਹਨਾਂ ਦੀ ਬਹੁ ਹਾਮੀ ਭਰਦੀਆਂ ਵਾ ਜਿੱਦਾਂ ਪਿੱਛੇ ਜੇ ਉੱਥੇ ਲੁਧਿਆਣੇ ਆਪਣੇ ਮਿੱਤਰ ਹੀ ਸੀਗੇ ਗਾਂਹ ਮੁੰਡੇ ਉਹਨਾਂ ਦੀ ਗਾਂਹ ਕਿਤੇ ਹਨਾ ਕੋਈ ਗੱਲ ਹੋ ਗਈ ਉੱਥੇ ਤੁਹਾਨੂੰ ਪਤਾ ਵੀ ਯੂਪੀ ਬਿਹਾਰ ਦੇ ਬੰਦੇ ਬਹੁਤ ਆ ਗਏ ਲੁਧਿਆਣੇ 'ਚ ਬਹੁਤ ਜ਼ਿਆਦਾ ਰਸ਼ ਆ ਕਰਾਊਡ ਆ ਤੇ ਉਹਨਾਂ ਦੀ ਕੋਈ ਗੱਲ ਹੋ ਗਈ ਤੇ ਉਹਨਾਂ ਭਈਆਂ ਨੇ ਘੱਟੋ ਘੱਟ 30-40 ਜਣਿਆਂ ਨੇ ਇਕੱਠਾ ਹੋ ਕੇ ਨਾ ਉਹਨਾਂ ਨੂੰ ਤੇ ਉਹਨਾਂ ਦੇ ਗੱਲ ਪਏ ਤੇ ਜਦੋਂ ਗਾਂਹ ਉਹ ਜਾ ਕੇ ਗੱਲ ਪਏ ਉਹਨਾਂ ਦੇ ਤੇ ਪੁਲਿਸ ਨੇ ਜਿਹੜਾ ਹਾਮੀ ਭਰੀ ਉਹਨਾਂ ਦੀ ਯੂਪੀ ਬਿਹਾਰ ਵਾਲਿਆਂ ਦੀ ਤੇ ਕਿਉਂਕਿ ਇਹਨਾਂ ਦੀਆਂ ਵੋਟਾਂ ਵੀ ਲੈਣੀਆਂ ਸੌਖੀਆਂ ਵਾ ਤਾਂ ਕਰਕੇ ਸਰਕਾਰਾਂ ਇਹਨਾਂ ਦੀਆਂ ਹਾਮੀ ਭਰਦੀਆਂ ਵਾ ਤੇ ਆਪਣੇ ਬੰਦਿਆਂ ਦੀ ਮੋਸਟਲੀ ਬਈ ਇੱਦਾਂ ਆ ਵੀ ਉਹ ਕਹਿੰਦੇ ਵੀ ਆਪ ਆਪਣਾ ਸਿਰ ਅੱਗੇ ਕਰ ਦਿੰਦੇ ਵੀ ਆਹ ਸਾਡੇ ਸਿਰ ਚ ਪਾ ਦੋ ਸਵਾ ਤੁਸੀਂ ਆਪਣੇ ਬੰਦਿਆਂ ਦਾ ਪਹਿਲਾਂ ਆਪਣੇ ਬੰਦਿਆਂ ਤੇ ਵੇਖੋ ਨਾ ਕੋਈ ਗੱਲਬਾਤ ਹੁੰਦੀ ਆ ਆਪਾਂ ਆਪ ਹੀ ਕਹਿ ਦਈਦਾ ਹਨਾ ਵੀ ਹਾਂ ਠੀਕ ਆ ਸਾਡੀ ਗਲਤੀ ਆ ਉਹ ਚੀਜ਼ ਮਾੜੀ ਆ ਉਹਨਾਂ ਨੂੰ ਕੋਈ ਕੁਛ ਕਹਿੰਦਾ ਨੀ ਸੋ ਉਹ ਤਾਂ ਕਰਕੇ ਵੀ ਥੋੜੀ ਇੱਕ ਆਹ ਚੀਜ਼ ਆ ਤੇ ਦੂਜਾ ਆ ਸਰਕਾਰਾਂ ਆਪਣੀਆਂ ਵੋਟਾਂ ਕਰਕੇ ਤੇ ਉਹਨਾਂ ਦੀਆਂ ਹਾਮੀ ਭਰਦੀਆਂ ਵਾ ਜੀ ਜੀ ਇਹ ਚੀਜ਼ ਜਿਹੜੀ ਤਾਂ ਬਈ ਕਰਨੀ ਕਰਨੀ ਬਹੁਤ ਜ਼ਿਆਦਾ ਇੰਪੈਕਟ ਕਰਨੀ ਆ ਪਿੱਛੇ ਜੇ ਹੁਣ ਨਿਊਜ਼ ਆਈ ਆ ਉਹਦਾ ਪ੍ਰੋਪਰ ਕੰਫਰਮੇਸ਼ਨ ਨਹੀਂ ਹੋਈ ਮੈਂ ਤਾਂ ਕਰਕੇ ਉੱਤੇ ਵੀਡੀਓ ਨਹੀਂ ਪਾਈ ਵੀ ਜਿਹੜਾ ਰੇਪ ਕੀਤਾ ਵਾ ਬਈਆਂ ਨੇ ਪੰਜਾਬੀ ਕੁੜੀ ਦੇ ਨਾਲ ਅੱਛਾ ਹਾਂਜੀ ਸੋ ਇਸ ਪੱਧਰ ਤੱਕ ਬਿਲਕੁਲ ਕ੍ਰਾਈਮ ਮੈਨੂੰ ਲੱਗਦਾ ਜਿਹੜਾ ਵੱਧ ਰਿਹਾ ਪੰਜਾਬ ਦੇ ਵਿੱਚ ਉਹੀ ਆ ਕਿਉਂਕਿ ਡੈਮੋਗ੍ਰਾਫਿਕਸ ਚੇਂਜ ਹੋ ਰਹੇ ਆ ਬਈਆਂ ਦੀ ਮਾਈਗ੍ਰੇਸ਼ਨ ਹੋ ਰਹੀ ਸੋ ਇਸ ਗੱਲ 'ਤੇ ਚਲੋ ਆਪਾਂ ਫਿਰ ਵਾਪਸ ਆਵਾਂਗੇ ਮਨਕੀਰਤ ਸਿੰਘ ਦਾ ਅਗਲਾ ਸਵਾਲ ਹੋਊਗਾ ਹਾਂਜੀ ਭਾਈ ਤੁਸੀਂ ਗੱਲ ਕੀਤੀ ਵੀ ਤੁਸੀਂ ਦੇਵ ਸਿੱਧੂ ਭਾਈ ਨਾਲ ਗੱਲਬਾਤ ਕਰਦੇ ਰਹੇ ਫੇਸਬੁੱਕ ਦੇ ਜ਼ਰੀਏ ਹੁਣ ਮੈਨੂੰ ਪਤਾ ਨਹੀਂ ਤੁਸੀਂ ਉਹਨਾਂ ਨਾਲ ਪਰਸਨਲੀ ਮੁਲਾਕਾਤ ਕੀਤੀ ਹੈ ਕਿ ਨਹੀਂ ਤੇ ਉਹਨਾਂ ਦੀ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਯਾਦ ਭਾਈ ਇੱਦਾਂ ਸੀਗਾ ਜਿੱਦਾਂ ਉਹਨਾਂ ਦੇ ਨਾ ਇੱਕ ਜਦੋਂ ਜੋਰਾ ਜੋਰਾ ਰਿਲੀਜ਼ ਹੋ ਗਈ ਸੀਗੀ ਨਾ ਤੇ ਜੋਰਾ ਰਿਲੀਜ਼ ਹੋਣ ਤੋਂ ਬਾਅਦ ਮੈਂ ਉੱਦਾਂ ਦਾ ਮੈਂ ਹਨਾ ਦੀਪ ਬਾਈ ਕਹਿ ਕੇ ਗੱਲ ਕਰਦਾ ਨਹੀਂ ਤੇ ਮੈਂ ਇੱਦਾਂ ਹੀ ਹਨਾ ਮੈਸੇਜ ਕੀਤਾ ਮੈਂ ਹਾਂ ਵੀ ਜੋਰਿਆ
ਤੇ ਉਹ ਕਹਿੰਦਾ ਵੀ ਹਨਾ ਸਾਰਾ ਕੁਛ ਹੈਗਾ ਆ, ਬਾਬੇ ਦੀ ਮਿਹਰ ਨਾਲ ਲੋੜ ਨਹੀਂ ਹੈਗੀ ਵੀ ਮੈਂ ਇੱਥੇ ਆ ਕੇ ਕੋਈ ਪੰਜਾਬੀ ਜਿੱਦਾਂ ਮੂਵੀ ਕਰਾਂ। ਕਹਿੰਦਾ ਇੱਕ ਤਾਂ ਪਹਿਲੇ ਨੰਬਰ ਤੇ ਕਹਿੰਦਾ ਮੈਂ ਸਾਰਾ ਪੈਸਾ ਆਪਣਾ ਸਪੈਂਡ ਕਰਦਾ ਆਪਣੇ ਸ਼ੌਂਕ ਵਾਸਤੇ, ਤੇ ਦੂਜੇ ਠੀਕ ਨੰਬਰ ਤੇ ਕਹਿੰਦਾ ਆਇਆ ਵੀ ਜਦੋਂ ਕਹਿੰਦਾ ਮੈਂ ਉਦੋਂ ਪਹਿਲੇ ਇੱਕ ਦੋ ਲਾਈਵ ਭਾਈ ਦੇ ਆ ਗਏ ਸੀਗੇ ਜਦੋਂ ਉਹਨਾਂ ਨੇ ਬੋਲਣਾ ਸਟਾਰਟ ਕਰਤਾ ਸੀਗਾ, ਤੇ ਕਹਿੰਦਾ ਵੀ ਮੈਨੂੰ ਕਹਿੰਦਾ ਪਤਾ ਨਹੀਂ ਸੀਗਾ ਵੀ ਮੈਂ ਕਹਿੰਦਾ ਐਕਸਪੈਕਟ ਤਾਂ ਕੀਤਾ ਸੀ ਵੀ ਜਿਹੜੇ ਐਂਟੀ ਪਾਰਟੀ ਵਾਲੇ ਆ ਜਾਂ ਜਿਹੜੇ ਹਾਮੀ ਭਰਦੇ ਆ ਰਾਸ਼ਟਰਵਾਦ ਦੀ ਉਹ ਮੇਰਾ ਵਿਰੋਧ ਕਰਨਗੇ, ਪਰ ਕਹਿੰਦਾ ਮੇਰਾ ਵਿਰੋਧ ਕੀਤਾ ਸਾਰੇ ਆਪਣੇ ਬੰਦਿਆਂ ਨੇ ਜਿਨ੍ਹਾਂ ਨਾਮ ਪਿੱਛੇ ਸਿੰਘ ਲਾਇਆ ਸੀ, ਕੋਈ ਮੈਨੂੰ ਕਹਿਣ ਡਿਆ ਸੀ ਵੀ ਤੂੰ ਕੌਣ ਨਵਾਂ ਉੱਠ ਕੇ ਆ ਗਿਆ, ਤੇ ਕੋਈ ਮੈਨੂੰ ਕਹਿਣ ਡਿਆ ਸੀਗਾ ਵੀ ਇਹ ਕੱਲ ਦੇ ਜੰਮੇ ਆ ਹੁਣ ਇਹ ਮੱਤ ਦੇਣਗੇ, ਤੇ ਕੋਈ ਕਹਿੰਦਾ ਜੀ ਜਾ ਜਾ ਕੇ ਫਿਲਮ ਕਰ। ਸੋ ਆਇਆ ਕਹਿੰਦਾ ਵੀ ਹੁਣ ਜਾਂ ਤਾਂ ਮਗਰ ਮੁੜ ਜਾਓ ਇਹਨਾਂ ਦੀ ਮੰਨ ਕੇ ਤੇ ਜਾਂ ਕਹਿੰਦਾ ਗਾਂ ਨੂੰ ਹੋ ਜਾਓ। ਸੋ ਉਹ ਚੀਜ਼ ਅੱਜ ਵੀ ਆਪਾਂ ਹਨਾ ਮੈਂ ਪਿੱਛੇ ਜੇ ਇੱਕ ਵੀਡੀਓ ਪਾਈ ਸੀਗੀ ਤੇ ਹੁਣ ਜਿਹੜੇ ਬੰਦੇ ਨੇ ਹਨਾ ਵੇਖਿਆ ਹੀ ਪਹਿਲੇ 10 ਸਕਿੰਟ ਤੇ ਉਹ ਇਦਾਂ ਹੀ ਵੀਰ ਕਹਿੰਦਾ ਕਹਿੰਦਾ ਤੈਨੂੰ ਤੇ ਕਹਿੰਦਾ ਘਿਓ ਦਾ ਆਪ ਨੂੰ ਚਮਚਾ ਨੀ ਭੱਜਦਾ ਹੋਣਾ, ਮੈਂ ਹੁਣ ਆਹ ਸੋਚਣ ਡਿਆ ਸੀਗਾ ਮੈਂ ਕਿਹਾ ਵੀ ਤੈਨੂੰ ਹਨਾ ਨਾ ਕੋਈ ਪਤਾ ਨਾ ਜਾਚ ਨਾ ਪਛਾਣ, ਤੇ ਉਹ ਕਹਿੰਦਾ ਆਹੀ ਚੀਜ਼ ਵੀ ਉਹ ਵਧੀਆ ਸੀਗੀ ਵੀ ਆਪਾਂ ਕੁਛ ਵੀ ਕੰਮ ਕਰਨ ਡਏ ਆ ਨਾ ਤੇ ਆਪਾਂ ਨੂੰ ਆਪਣੇ ਬੰਦਿਆਂ ਨੇ ਸਭ ਤੋਂ ਵੱਧ ਘੇਰਨਾ ਆ ਕੇ, ਪਰ ਜਿਹੜਾ ਹੁਣ ਇਹ ਇੱਕ ਵਾਰੀ ਸੋਚ ਲਿਆ ਨਾ ਕਹਿੰਦਾ ਆਪਾਂ, ਉਹ ਕਹਿੰਦਾ ਵੀ ਗਾਂ ਨੂੰ ਫਤਿਹ ਕਰਕੇ ਮੁੜਨਾ ਆਪਾਂ। ਚੜ੍ਹਦੀ ਕਲਾ ਬਾਬਾ ਜੀ ਹਾਂਜੀ ਖੁਸ਼ ਵੀਰੇ, ਆਪਾਂ ਜਦੋਂ ਅਸੀਂ ਪੰਜਾਬ ਜਾਈਦਾ ਵਾ, ਹਾਂਜੀ ਮਤਲਬ ਕਿ ਹੁਣ ਸਾਡਾ ਹੁਣ ਇਹ ਗੇੜਾ ਬੱਚਾ ਸੀ ਪੰਜਾਬ, ਹਾਂਜੀ ਤੇ ਤੁਸੀਂ ਲਓ ਕਿ ਠੀਕ ਆ ਅਫੀਸ਼ੀਅਲਸ ਦੇ ਨਾਲ ਵੀ ਬਈਦਾ ਉੱਥੇ ਪੰਜਾਬ ਦੇ ਵਿੱਚ ਹਨਾ, ਬੜੇ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਵਧੀਆ ਵਧੀਆ ਡਿਊਟੀਆਂ ਸਾਂਭੀਆਂ ਹੋਈਆਂ, ਤੇ ਚਲੋ ਉਹਨਾਂ ਦੀ ਡਿਊਟੀ ਉਹ ਨਿਭਾਈ ਜਾਂਦੇ ਆਪਣੇ ਤਰਫੋਂ ਹਨਾ, ਜਿੰਨਾ ਕੁ ਉਹਨਾਂ ਦਾ ਸਰਦਾ ਉਹ ਆਪਣੇ ਹਿਸਾਬ ਨਾਲ ਚੱਲੀ ਜਾਂਦੇ, ਕਿਉਂਕਿ ਇਹ ਨੀ ਕਿ ਸਾਡੇ ਵੀ ਹੁਣ ਜੇ ਅਸੀਂ 4 ਜਣੇ ਬੈਠੇ ਹਾਂ ਨਾ ਆਪਣੇ ਚਾਰਾਂ ਦੇ ਵੀ ਕਿਤੇ ਨਾ ਕਿਤੇ ਉਹ ਚੀਜ਼ਾਂ 'ਚ ਕਨੈਕਸ਼ਨ ਹੋਣਗੇ, ਆਪਾਂ ਨੂੰ ਪਤਾ ਵਾ ਕਿ ਵਿੱਚ ਬੰਦੇ ਕਿਵੇਂ ਸੇਵਾ ਨਿਭਾਉਂਦੇ ਆ ਹਨਾ, ਬਾਹਰ ਵਾਲੀ ਰੂਪ ਰੇਖਾ ਮੇਰੀ ਨਹੀਂ ਮੈਚ ਕਰਦੀ, ਪਰ ਅੰਦਰ ਜਿਹੜਾ ਯੂਥ ਦੇ ਵਿੱਚ ਦਰਦ ਵਾ ਉਹ ਹੈਗਾ ਵਾ, ਹਾਂਜੀ ਉਹ ਚੀਜ਼ ਨੂੰ ਪਰਾਂ ਰੱਖ ਕੇ ਜਦੋਂ ਅਸੀਂ ਆਪਣੇ ਪਰਿਵਾਰਾਂ 'ਚ ਬਹਿਦਾ ਜਾਂ ਆਪਣੇ ਰਿਸ਼ਤੇਦਾਰਾਂ 'ਚ ਬਹਿਦਾ, ਪੰਜਾਬ ਦੇ ਯੂਥ ਨੂੰ ਬੜਾ ਡੀਗ੍ਰੇਡ ਕੀਤਾ ਜਾਂਦਾ, ਡੀਗ੍ਰੇਡ ਇੱਦਾਂ ਕੀਤਾ ਜਾਂਦਾ ਕਿ ਉਹ ਕਹਿੰਦੇ ਆ ਕਿ ਇੱਥੇ ਨਸ਼ਾ ਵਾ, ਹਾਂਜੀ ਠੀਕ ਹੈ ਇਹ ਜੀ ਵਿਹਲੇ ਬੈਠੇ ਆ, ਇਹਨਾਂ ਨੂੰ ਕੋਈ ਕੰਮ ਕਾਰ ਨਹੀਂ ਆ, ਹਾਂਜੀ ਜੇਕਰ ਬੰਦਾ ਹੁਣ ਖੇਤੀ ਵੀ ਕਰ ਰਿਹਾ ਨਾ ਪੰਜਾਬ ਦੇ ਵਿੱਚ ਉਹਨੂੰ ਵਿਹਲਾ ਹੀ ਮੰਨਿਆ ਜਾਂਦਾ, ਹਾਂਜੀ ਉਹ ਸੋਚਦੇ ਆ ਕਿ ਜਿੰਨਾ ਚਿਰ ਇਹ ਬੰਦੇ ਦੀ 9 ਤੋਂ 4 ਵਾਲੀ ਡਿਊਟੀ ਨਹੀਂ ਲੱਗਦੀ ਇਹਦਾ ਮਤਲਬ ਇਹ ਕੰਮ ਹੀ ਨਹੀਂ ਕਰਨ ਦਿਆ, ਹਾਂਜੀ ਭਾਵੇਂ ਉਹਨੇ ਸਵੇਰੇ 5 ਵਜੇ ਤੋਂ ਉੱਠ ਕੇ ਆਪਣਾ ਸਾਰਾ ਖੇਤਾਂ ਦਾ ਕੰਮ ਸਾਂਭਿਆ ਹੋਵੇ ਤੇ ਹਾਂਜੀ ਉਹਦੇ 12 ਵਜੇ ਦੀ ਉੱਠ ਤੇ ਵਿਹਲਾ ਹੋ ਗਿਆ ਉਸ ਤੋਂ ਬਾਅਦ, ਪਰ ਉਹ ਫਿਰ ਵੀ ਵਿਹਲਾ ਵੱਜਦਾ, ਹਾਂਜੀ ਉਹੀ ਚੀਜ਼ ਨੂੰ ਕਿੰਨੀ ਕੁ ਸੱਚਾਈ 'ਚ ਮੰਨਦੇ ਜੇ ਕਿ ਜਿਹੜਾ ਪੰਜਾਬ ਦਾ ਯੂਥ ਦੀ ਇੰਡਸਟਰੀਆਂ ਨੂੰ ਡੀਗ੍ਰੇਡ ਕੀਤਾ ਜਾਂਦਾ ਮੇਨ ਕਰਕੇ ਕਿ ਪੰਜਾਬ ਦਾ ਯੂਥ ਧਸਿਆ ਪਿਆ ਵਾ ਹਨਾ, ਉਹਦੇ ਵਿੱਚ ਕਿੰਨੀ ਕੁ ਸੱਚਾਈ ਆ, ਇੱਕ ਤਾਂ ਨਾ ਜਿੱਦਾਂ ਵੀ ਜਿਹੜਾ ਮੀਡੀਆ ਵਾ ਸਾਰਾ ਜਿੱਦਾਂ ਰਾਸ਼ਟਰਵਾਦ ਦਾ ਜਿਹੜਾ ਹਨਾ ਪੱਖ ਪੂਲਦਾ ਵਾ ਤੇ ਸਾਰਾ ਵਿਗਿਆ ਸਾਰੇ ਉਹਨਾਂ ਦੀ ਹਨਾ ਜਿੱਦਾਂ ਪਿੱਛੇ ਜਿਹੜੇ ਸਰਵੇ ਹੋਏ ਆ ਸਰਵੇ ਦੇ ਅਕੋਰਡਿੰਗ ਬਾਈ ਗਨ ਕਲਚਰ ਵੀ ਜਿਹੜਾ ਵਾ ਉਹ ਵੀ ਪੰਜਾਬ ਜਿਹੜਾ ਵਾ ਪਹਿਲੇ ਤੀਜੇ 'ਚ ਨਹੀਂ ਆਉਂਦਾ, ਡਰੱਗ ਦੇ ਵਿੱਚ ਵੀ ਪੰਜਾਬ ਪਹਿਲੇ ਤੀਜੇ 'ਚ ਨਹੀਂ ਆਉਂਦਾ, ਮਰਡਰ ਦੇ ਵਿੱਚ ਵੀ ਪੰਜਾਬ ਪਹਿਲੇ ਤੀਜੇ 'ਚ ਨਹੀਂ ਆਉਂਦਾ। ਸੋ ਗੱਲ ਇਹ ਆ ਦੱਸਿਆ ਸਿਰਫ ਪੰਜਾਬ ਦਾ ਜਾਂਦਾ, ਹੁਣ ਜਿਹੜੀ ਗੋਲੀ ਚੱਲਦੀ ਆ ਹਨਾ ਯੂਪੀ ਬਿਹਾਰ 'ਚ ਸਾਡੇ ਨਾਲ ਵੱਧ ਚੱਲਦੀ ਆ, ਠੀਕ ਹੈ ਨਿੱਤ ਗੋਲੀ ਚੱਲਦੀ ਆ ਹਰੇਕ ਗਲੀ 'ਚ, ਉੱਥੇ ਉਹ ਮੁੰਡੇ ਦੱਸਦੇ ਵੀ ਹਰੇਕ ਗਲੀ ਦੇ ਵਿੱਚ ਜਿਹੜਾ ਨਸ਼ਾ ਵਾ ਜਿੱਦਾਂ ਪੰਜਾਬ ਦੇ ਵਿੱਚ ਜਿੱਦਾਂ ਕਿਹਾ ਜਾਂਦਾ ਵਾ ਨਾ ਇਹਦੇ ਤੋਂ ਟ੍ਰਿਪਲ ਮੰਨ ਲਓ ਤੁਸੀਂ, ਪਰ ਆਪਾਂ ਕਦੀ ਨਿਊਜ਼ ਚੈਨਲਾਂ 'ਚ ਨਹੀਂ ਵੇਖਿਆ ਤੇ ਦੱਸੀ ਕਿਹੜੀ ਗੱਲ ਜਾਂਦੀ ਆ ਪੰਜਾਬ ਦੀ। ਤੇ ਦੂਜੇ ਨੰਬਰ ਤੇ ਆਹ ਆ ਪੰਜਾਬੀ ਮੀਡੀਆ ਜਿਹੜਾ ਵਾ ਉਹਨੂੰ ਵੀ ਹੁਣ ਪਿੱਛੇ ਤੁਸੀਂ ਕਿੰਨੀਆਂ ਵੀਡੀਓ ਦੇਖੀਆਂ ਹੋਣਗੀਆਂ ਉਹ ਜਾ ਕੇ ਬੰਦਿਆਂ ਨੂੰ ਹਨਾ ਜਿਹੜਾ ਨਿਊਜ਼ ਚੈਨਲ ਦਾ ਬਈ ਕੰਮ ਹੁੰਦਾ ਵਾ ਵੀ ਆਪਾਂ ਹਨਾ ਕੋਈ ਜਿਹੜੇ ਆਥੋਰਾਈਜ਼ਡ ਬੰਦੇ ਹੈਗੇ ਆਪਾਂ ਉਹਨਾਂ ਨੂੰ ਜਾ ਕੇ ਸਵਾਲ ਪੁੱਛੀਏ, ਐ ਸੜਕ ਤੇ ਖਲੋਤੇ ਮੁੰਡਿਆਂ ਨੂੰ ਤੁਸੀਂ ਸਵਾਲ ਪੁੱਛਣ ਡਏ ਆ ਵੀ ਤੈਨੂੰ ਇਹਦੇ ਬਾਰੇ ਪਤਾ ਤੈਨੂੰ ਉਹਦੇ ਬਾਰੇ ਪਤਾ, ਇਹਦੇ ਨਾਲ ਵੱਧ ਚੰਗਾ ਆ ਨਹੀਂ ਆ ਵੀ ਮੀਡੀਆ ਜਾ ਕੇ ਕਿਸੇ ਲੀਡਰ ਨੂੰ ਪੁੱਛੇ ਵੀ ਬਾਈ ਉੱਥੇ ਆਹ ਚੀਜ਼ ਹੋਈ ਸੀਗੀ ਤੁਹਾਨੂੰ ਉਹਦੇ ਬਾਰੇ ਕਿਉਂ ਨਹੀਂ ਪਤਾ ਵੀ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਬੋਲਦੇ। ਹੁਣ ਇਸੇ ਇਹੀ ਜੇ ਚੰਡੀਗੜ੍ਹ ਦੇ ਵਿੱਚ ਵੇਖੀਏ ਉੱਥੇ ਬਜ਼ੁਰਗ ਬੀਬੀਆਂ ਦੇ ਤੇ ਡਾਂਗਾ ਵੱਜੀਆਂ ਉਹ ਵੀਡੀਓ ਕਿਸੇ ਚੈਨਲ ਨੇ ਨਹੀਂ ਵਿਖਾਈ, ਜੇ ਆਪਣੇ ਬੰਦਿਆਂ ਨੇ ਵੱਧ ਕੇ ਗਾਹ ਕਰਤਾ ਕੋ ਉਹ ਸਾਰੇ ਚੈਨਲ ਵਿਖਾਉਣ ਡਏ। ਸੋ ਗੱਲ ਇਹ ਗੱਲ ਆ ਵੀ ਆਪਣਾ ਚੀਜ਼ ਜਿਹੜੀ ਆ ਨਾ ਜਿਹੜੀ ਉਹ ਪਹੁੰਚਾਉਣਾ ਚਾਹੁੰਦੇ ਆ ਉਹ ਪਹੁੰਚਦੀ ਪਈ ਆ, ਤੇ ਜਿਹੜੀ ਉਹ ਚਾਹੁੰਦੇ ਵੀ ਅਸੀਂ ਮੰਨੀਏ ਉਹੀ ਆਪਣੇ ਬੰਦੇ ਗਾਹ ਮੰਨਣ ਡਏ ਆ। ਗਰਾਊਂਡ ਲੈਵਲ ਦੇ ਉੱਤੇ ਹਰੇਕ ਦਾ ਪਰਿਵਾਰ ਪਿੱਛੇ ਨਾ ਪਿੱਛੇ ਕਨੈਕਟਡ ਆ, ਆਪਾਂ ਨੂੰ ਉਹਨਾਂ ਦੇ ਨਾਲ ਪਹਿਲਾਂ ਗੱਲ ਬਹਿ ਕੇ ਕਰਨੀ ਚਾਹੀਦੀ ਆ। ਆ ਪਿੱਛੇ ਜੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਹੀ ਸ਼ਾਇਦ ਕਿਸੇ ਮੰਦਿਰ ਤੇ ਗਾਹ ਅੱਗੇ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਲਿਖਤਾ ਹਨਾ, ਤੇ ਹੁਣ ਕੀ ਪਤਾ ਬਈ ਉਹ ਕੋਈ ਕਨਫਰਮ ਤਾਂ ਹੈ ਨਹੀਂ ਕਿੰਨੇ ਲਿਖਿਆ ਵਾ,
ਤੇ ਕੈਨੇਡਾ ਦੇ ਵਿੱਚ ਕੋਈ ਸਰਦਾਰ ਮੁੰਡਾ ਲਾਈਵ ਹੋ ਕੇ ਕਹਿਣ ਦਾ ਵੀ ਮੈਂ ਮਾਫੀ ਮੰਗਦਾ। ਬਈ ਕਿਉਂ, ਕਾਹਦੀ ਮਾਫੀ? ਆਪਣੇ ਕਿਸੇ ਬੰਦੇ ਨੇ ਕੋਈ ਕ੍ਰਾਈਮ ਤਾਂ ਕੀਤਾ ਹੀ ਨਹੀਂ ਵੀ ਹਾਂ ਮੈਂ ਕੀਤਾ, ਜਾਂ ਕੋਈ ਬੰਦਾ ਪੁਲਿਸ ਨੇ ਤਾਂ ਮੋਹਰੇ ਕੀਤਾ ਹੀ ਨਹੀਂ ਹੈ, ਕੀਤਾ ਕਿੰਨੇ ਜ਼ਿਆਦਾ। ਸੋ ਇਹ ਆ ਵੀ ਆਪਣੇ ਸਿਰ ਬੰਦੇ ਆਪ ਅੱਗੇ ਕਰ ਦਿੰਦੇ ਆ, ਜਿੱਦਾਂ ਦਿੱਲੀ ਦੇ ਵਿੱਚ ਹੋਇਆ। ਹੁਣ ਦੇਖੋ ਜਦੋਂ ਹੁਣ 1984 ਦੇ ਵਿੱਚ ਅਟੈਕ ਕਰਨ ਤੋਂ ਬਾਅਦ ਉਹਨਾਂ ਦਾ ਜੇ ਜੇ ਉਹ ਕਹਿੰਦੇ ਆ ਵੀ ਆਪਾਂ ਸੰਤਾਂ ਨੂੰ ਫੜਨ ਆਏ ਹਾਂ, ਤੇ ਫਿਰ ਉੱਥੇ ਤਿਰੰਗਾ ਲਾਉਣ ਦਾ ਕੀ ਮਤਲਬ ਸੀ? ਇਹਦਾ ਮਤਲਬ ਉਹ ਅਟੈਕ ਕਰਨ ਆਏ ਸੀ ਆਪਣਾ, ਜਦੋਂ ਕਹਿ ਗਿਆ ਵੀ ਹਾਂ ਆਪਾਂ ਜਿੱਤ ਗਏ ਹਾਂ, ਆਪਾਂ ਫਤਿਹ ਕਰ ਗਏ ਹਾਂ, ਠੀਕ ਆ। ਤੇ ਜੇ ਦੂਜੇ ਬੰਨੇ ਤੁਸੀਂ ਸਾਨੂੰ ਕਹਿੰਦੇ ਆ ਵੀ ਅਸੀਂ ਵੀ ਹਨਾ ਤੁਹਾਡੇ ਬਰਾਬਰ ਦੇ ਆ, ਫਿਰ ਸਾਡਾ ਨਿਸ਼ਾਨ ਸਾਹਿਬ ਲੱਗ ਗਿਆ, ਕੀ ਪ੍ਰੋਬਲਮ ਹੈ? ਬਿਲਕੁਲ ਬਿਲਕੁਲ ਭਾਈ, ਉਹ ਚੀਜ਼ ਹੈ ਕਿ ਜੇ ਉਹਨਾਂ ਦੇ ਮੋਟਿਵ ਜਿਹੜੇ ਆ ਉਹ ਬੜੇ ਕੱਟ ਐਂਡ ਕਲੀਅਰ ਆ, ਹਾਂਜੀ, ਤੇ ਜਿਹੜੇ ਸਾਡੇ ਵਾਲਿਆਂ ਦੇ ਮੋਟਿਵ ਆ ਉਹ ਬੜੇ ਟੈਂਗਲਡ ਅਪ ਹੋਏ ਪਏ ਆ। ਹਾਂਜੀ, ਅਸਲ 'ਚ ਸਭ ਤੋਂ ਪਹਿਲਾਂ ਹੀ ਹੁਣ ਮੈਂ ਗਿਆਨੀ ਸ਼ੇਰ ਸਿੰਘ ਜੀ ਦੀ ਕਥਾ ਸੁਣਨ ਦਿਆਂ ਜੀ। ਹਾਂਜੀ, ਹੁਣ ਉਹਨਾਂ ਨੇ ਕੀ ਕੀਤਾ ਕਿ ਕਹਿੰਦੇ ਕਿ ਸਿੰਧੀ ਪਰਿਵਾਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲੈ ਲਿੱਤੇ ਗਏ, 40 ਪਰਿਵਾਰ ਹੀ ਉਹਨਾਂ ਕੋਲ ਸਰੂਪ ਲੈ ਲਿੱਤੇ ਗਏ। ਹੁਣ ਗਿਆਨੀ ਸ਼ੇਰ ਸਿੰਘ ਜੀ ਕਹਿੰਦੇ ਕਿ ਜਿਹੜਾ ਇੱਕ ਯੂਨੀਵਰਸਲ ਅਟੈਚਮੈਂਟ ਆ ਸਿੱਖੀ ਦੀ ਉਹ ਸਾਰੇ ਪਾਸੇ ਆ, ਸਰਬੱਤ ਦੇ ਭਲੇ ਵੀ ਆ, ਹਨਾ। ਉਹ ਕਹਿੰਦੇ ਕਿ ਤੁਸੀਂ ਇਹ ਸੋਚ ਕੇ ਚੱਲੋ ਕਿ ਤੁਸੀਂ ਇਹ ਕਹਿੰਦੇ ਜੇ ਕਿ ਉਹ ਕਹਿੰਦੇ ਕਿ ਅਦਬ ਨਹੀਂ ਕਰ ਰਹੇ ਰੂਪਾਂ ਦਾ, ਮਹਾਰਾਜ ਦਾ। ਉਹ ਕਹਿੰਦੇ ਕਿ ਜਿਹੜਾ ਸ੍ਰਿਸ਼ਟੀ ਦਾ ਮਾਲਕ ਆ, ਜਿਹੜਾ ਲੋਕ ਪਰਲੋਕ ਦਾ ਮਾਲਕ ਆ, ਕੀ ਗੱਲ ਉਹਨੂੰ ਪਤਾ ਹੀ ਨਹੀਂ ਕਿ ਮੈਂ ਆਪਣਾ ਅਦਬ ਸਤਿਕਾਰ ਕਿਵੇਂ ਰੱਖਣਾ। ਅਸੀਂ ਉਹ ਵੇਖੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਆ ਕਿ ਜਿਹਨਾਂ ਨੇ ਜੰਗਲਾਂ ਦੇ ਵਿੱਚ ਵੀ ਰਾਤਾਂ ਕੱਟੀਆਂ, ਜਿਹਨਾਂ ਨੇ ਮਹਿਲਾਂ ਦੇ ਵਿੱਚ ਵੀ ਕੱਟੀਆਂ, ਸਾਡੇ ਲਈ ਜਾਗਦੀ ਜੋਗ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਾ, ਹਾਂਜੀ, ਜਦੋਂ ਅਸੀਂ ਗੱਲ ਕਰਦੇ ਹਾਂ। ਤੇ ਅਸੀਂ ਇਹ ਵੇਖੀ ਕਿ ਉਹੀ ਸਰੂਪ ਨੂੰ ਜੇਕਰ ਪਿਛਲੇ ਸਮੇਂ ਦੇ ਵੇਖਿਆ ਜਾਵੇ ਤੇ ਮਹਾਰਾਜ ਨੇ ਇਹੀ ਐਗਜ਼ਾਮਪਲ ਸੈੱਟ ਕੀਤੀ ਕਿ ਭਾਈ ਜਿੱਥੇ ਤੁਸੀਂ ਝੁੱਗੀਆਂ ਝੌਂਪੜੀਆਂ 'ਚ ਵੀ ਰਹਿ ਸਕਦੇ ਜੇ, ਤੁਸੀਂ ਵੱਡੀਆਂ ਕਾਰਾਂ 'ਚ ਵੀ ਘੁੰਮ ਸਕਦੇ ਜੇ, ਠੀਕ ਹੈ, ਤੁਸੀਂ ਵੱਡੇ ਮਹਿਲਾਂ 'ਚ ਵੀ ਰਹਿ ਸਕਦੇ ਜੇ, ਪਰ ਗੱਲ ਇੱਕ ਆ ਕਿ ਜਿਹੜੀ ਪ੍ਰੀਤਮ ਦੀ ਪਿਆਰ ਦੀ ਭੁੱਖ ਵਾ ਉਹ ਨਹੀਂ ਮਿਟਣੀ ਚਾਹੀਦੀ, ਹਾਂਜੀ, ਤੁਹਾਨੂੰ ਪ੍ਰੀਤਮ ਯਾਦ ਰਹਿਣਾ ਚਾਹੀਦਾ, ਹਨਾ, ਉਹ ਚੀਜ਼ਾਂ ਦੇ ਵਿੱਚ। ਸੋ ਇੱਥੇ ਆ ਕੇ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਨੂੰ ਅੱਗੇ ਕਰਨ ਦੀ, ਜੇ ਇੰਨਾ ਚਿਰ ਅਸੀਂ ਇਹ ਨਹੀਂ ਨਾ ਮੰਨਦੇ ਕਿ ਸਾਡਾ ਪਿਓ ਇੱਕ ਵਾ, ਹਾਂਜੀ, ਸਾਡੇ ਮਾਤਾ ਮਾਤਾ ਸਾਹਿਬ ਦੇਵਾ ਜੀ ਇੱਕ ਵਾ, ਹਨਾ, ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਰਾਜ਼ੀ ਹਾਂ ਬਸ। ਹਾਂਜੀ, ਹੁਣ ਇੱਥੇ ਤੁਸੀਂ ਲਓ ਕਿ ਜਿਹੜਾ ਤੁਸੀਂ ਕਹਿੰਦੇ ਪਏ ਆ ਇਹਨਾਂ ਨੇ ਸਾਇਨ ਲਾਇਆ ਖਾਲਿਸਤਾਨ ਦਾ, ਹਨਾ, ਤੁਸੀਂ ਸੋਚੋ ਕਿ ਇੱਥੇ ਕਿਹੜਾ ਸੀਸੀਟੀਵੀ ਕੈਮਰੇ ਨਹੀਂ ਹੈਗੇ ਮੰਦਿਰ ਦੇ ਬਾਹਰ, ਹਾਂਜੀ, ਪਰ ਉਹ ਚੀਜ਼ ਆ ਕਿ ਉਹਨਾਂ ਨੇ ਸਾਨੂੰ ਹੀ ਡੀਮੋਰਲਾਈਜ਼ ਕਰਨਾ, ਇੱਕ ਵਰਡ ਨੂੰ ਇੰਨਾ ਕੁ ਡੀਮੋਰਲਾਈਜ਼ ਕਰ ਦਿੱਤਾ ਗਿਆ ਵਾ, ਇਹਨਾਂ ਨੂੰ ਅਸਲ 'ਚ ਉਹਦਾ ਅਰਥ ਹੀ ਨਹੀਂ ਪਤਾ। ਹੁਣ ਤੁਸੀਂ ਇਹ ਲਾਓ ਕਿ ਜਦੋਂ ਕੇਸਰੀ ਨਿਸ਼ਾਨ ਵਾਲਾ ਮੁੱਦਾ ਚੱਲਿਆ 26 ਜਨਵਰੀ ਵਾਲਾ, ਹਨਾ, ਕਿਸ ਤਰ੍ਹਾਂ ਡੀਮੋਰਲਾਈਜ਼ ਕੀਤਾ ਗਿਆ, ਇਹਨਾਂ ਨੇ ਕੇਸਰੀ ਝੰਡਾ ਲਾਤਾ, ਕਿੱਥੇ ਕੇਸਰੀ ਝੰਡਾ, ਉਹਦੇ 'ਚ ਗਲਤ ਕੀ ਹੈ? ਉਹ ਵੀ ਤੇ ਗੱਲ ਹੈ ਵੀ ਜਦੋਂ ਜਦੋਂ ਰੋਟੀ ਮੁੱਕਦੀ ਨਾ ਘਰਾਂ ਦੇ ਵਿੱਚ ਉਦੋਂ ਕੇਸਰੀ ਨਿਸ਼ਾਨ ਸਾਹਿਬ ਹੀ ਲੱਭਦੇ ਆ ਸਾਰੇ, ਹਾਂ, ਉਦੋਂ ਸਾਰਿਆਂ ਨੂੰ ਚੰਗਾ ਲੱਗਦਾ ਵਾ। ਤੇ ਜੇ ਓਦਾਂ ਕਿਤੇ ਫਿਰ ਉੱਥੋਂ ਨਾਲੇ ਆ ਵੀ ਉਹ ਨਿਸ਼ਾਨ ਸਾਹਿਬ ਆ, ਹਨਾ, ਖਾਲਿਸਤਾਨ ਦਾ ਝੰਡਾ ਤੇ ਨਿਸ਼ਾਨ ਸਾਹਿਬ 'ਚ ਬੜਾ ਫਰਕ ਆ, ਪਰ ਦਿਮਾਗ ਦੇ ਵਿੱਚ ਇਹ ਚੀਜ਼ ਵਾੜਤੀ। ਦੂਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਤੇ 350 ਪਤਾ ਨੀ ਕਿੰਨੇ ਸਰੂਪ, ਮੈਂ ਉਦੋਂ ਉੱਥੇ ਸੀਗਾ ਜਦੋਂ ਧਰਨਾ ਲੱਗਾ ਸੀਗਾ ਦਰਬਾਰ ਸਾਹਿਬ ਦੇ ਬਾਰੇ, ਲੰਗਰ ਹਾਲ ਆ ਉਹਦੇ ਲਾਗੇ ਧਰਨਾ ਲੱਗਾ ਸੀਗਾ, ਜਦੋਂ SGPC ਦਾ ਨਾਟਕ ਰਾਤ ਵੀ ਹੋਇਆ ਸੀ ਸਿੰਘਾਂ ਦਾ, ਤੇ ਮੈਂ ਉਦੋਂ ਉੱਥੇ ਹਾਂ। ਤੇ ਉੱਥੇ ਬਾਬਾ ਬਖਸ਼ੀਸ਼ ਸਿੰਘ ਜੀ ਦਾ ਤੁਹਾਨੂੰ ਪਤਾ ਵਾ ਸਾਰਿਆਂ ਨੂੰ, ਜਿਹੜੇ ਖਾੜਕੂ ਸੀਗੇ, ਤੇ ਉਹ ਬੈਠੇ। ਉਸ ਤੋਂ ਜਦੋਂ ਟਕਰਾਅ ਹੋਣ ਤੋਂ 2 ਦਿਨਾਂ ਬਾਅਦ ਆਪਾਂ ਫਿਰ ਤੋਂ ਉੱਥੇ ਟੈਂਟ ਦੇ ਥੱਲੇ ਬੈਠੇ ਪਏ ਸੀਗੇ, ਤੇ ਉੱਥੇ ਮੇਰੇ ਹਿਸਾਬ ਦੇ ਨਾਲ ਅਸੀਂ ਸੀਗੇ ਘੱਟੋ ਘੱਟ ਬਈ 25 ਜਣੇ ਸਿੰਘ, ਹਨਾ। ਤੇ ਹੁਣ ਗੁਰੂ ਗ੍ਰੰਥ ਸਾਹਿਬ ਹਰੇਕ ਪਿੰਡ ਦੇ ਵਿੱਚ 4-4, ਪਰ ਜਿੱਥੇ ਇੰਨੇ ਗੁਰੂ ਗ੍ਰੰਥ ਸਾਹਿਬ, ਹਨਾ, ਪਤਾ ਹੀ ਨੀ ਹੈਗਾ ਕਿੱਥੇ ਗਏ ਕਿੱਥੇ ਨਹੀਂ, ਉੱਥੇ ਫਿਰ ਕਿਉਂ ਲੋਕ ਘੱਟ ਪਹੁੰਚੇ? ਉੱਥੇ ਲੀਡਰ ਕਿਉਂ ਨੀ ਪਹੁੰਚੇ? ਉੱਥੇ ਤਾਂ ਨੀ ਪਹੁੰਚੇ, ਉੱਥੇ ਮੀਡੀਆ ਨੀ ਸੀਗਾ, ਹੈ, ਉੱਥੋਂ ਕੁਛ ਮਿਲਣਾ ਨੀ ਸੀਗਾ, ਉੱਥੇ ਡਾਂਗਾ ਪੈਣੀਆਂ ਹੈਗੀਆਂ। ਉੱਥੇ ਅਸੀਂ ਜੇ 25 ਜਣੇ ਆ ਤਾਂ ਘੱਟੋ ਘੱਟ 250 SGPC ਵਾਲਾ ਜਿਹੜਾ ਘੇਰਾ ਖੜੀ ਬਣਾਈ ਖੜਾ ਸੀਗਾ, ਤੇ SGPC ਵਾਲਿਆਂ ਨੇ ਬੰਦੇ ਜਿਹੜੇ ਤਾਂ ਉਹਨਾਂ ਦੇ ਹੱਥ ਆਏ ਸੀਗੇ ਨਾ, 2-3 ਦਿਨ ਪਹਿਲਾਂ ਦੀ ਗੱਲ ਹੋਣੀ ਜਦੋਂ ਆਪਾਂ ਉੱਥੇ ਸੀਗੇ, ਉਹਨਾਂ ਨੇ ਪਤਾ ਹੀ ਨੀ ਆ ਵੀ 10-10 ਮਿੰਟ ਲਾਏ ਉਹਨੇ ਇਕੱਲੇ ਇਕੱਲੇ ਨੇ ਕੁੱਟਣ ਦੇ ਅੰਦਰ ਵੜ ਕੇ, ਕਿਸੇ ਨੇ ਸਵਾਲ ਨੀ ਪੁੱਛਿਆ। ਤੇ ਹੁਣ ਜੇ ਕੋਈ ਉੱਠ ਕੇ ਮੁੰਡਾ ਕਹਿ ਦਿੰਦਾ ਵਾ ਵੀ SGPC ਦੀਆਂ ਵੋਟਾਂ ਹੋਣੀਆਂ ਚਾਹੀਦੀਆਂ ਵਾ, ਸਾਡੇ ਬੰਦੇ ਕਹਿਣ ਲੱਗ ਪੈਂਦੇ ਉੱਠ ਕੇ ਵੀ SGPC ਨੇ ਆਹ ਕੀਤਾ ਉਹ ਕੀਤਾ, ਜਿਹੜੀਆਂ ਚੀਜ਼ਾਂ। ਹੁਣ ਉਹੀ ਚੀਜ਼ ਆ ਵੀ ਇੱਕ ਚੰਗੀ ਚੀਜ਼ ਪਿੱਛੇ ਜਿਹੜੀਆਂ 50 ਹੋਰ ਕ੍ਰਾਈਮ ਹੁੰਦੇ ਪਏ ਆ, ਆਪਾਂ ਉਹਨਾਂ ਨੂੰ ਕਿਉਂ ਹਨਾ ਪਿੱਛੇ ਕਰਨ ਡਏ ਆ? ਹੁਣ ਅੱਜ ਜੇ ਮੈਂ ਕਹਿਦਾ ਵੀ ਮੈਂ ਮਗਰ ਇੰਨਾ ਕੁਛ ਕੀਤਾ ਵਾ, ਤੇ ਇੱਕ ਕੋਈ ਚੰਗੀ ਚੀਜ਼ ਕਰਕੇ ਮੈਂ ਕਹਿਦਾ ਵੀ ਹਾਂ ਮੈਂ ਬਹੁਤ ਚੰਗਾ ਹੀ ਆ, ਪਰ ਉਹ ਵੀ ਚੀਜ਼ ਰੋਂਗ ਆ। ਬਿਲਕੁਲ ਭਾਜੀ, ਏਦਾਂ ਗੱਲ ਹੋ ਜਾਂਦੀ ਹੈ ਕਿ
ਉਹੀ ਨਹੀਂ ਕਹਿੰਦੇ, ਕਹਿੰਦੇ ਕਿਤੇ ਨਾ ਕਿਤੇ ਸਫਾਈ ਦੇਣੀ ਪੈ ਜਾਂਦੀ ਆ ਜਦੋਂ ਤੁਸੀਂ ਹਾਂਜੀ ਮੂਹਰੇ ਬੰਦੇ ਹੋਵੋ। ਤੇ ਉਹੀ ਗੱਲ ਹੈ ਕਿ ਜੇਕਰ ਐਸਜੀਪੀਸੀ ਨੂੰ ਮੋੜ ਦਾ ਤੁਸੀਂ ਮੰਨਦੇ ਜੇ ਹਨਾ, ਉਹਨਾਂ ਨੇ ਜੇਕਰ ਪੰਜਾਬ ਉਹੋ ਜਿਹੇ ਵਿਗਾੜ ਕੇ ਕਰ ਦੇਣੇ ਤੇ ਉਹਨਾਂ ਨੇ ਇੱਕ ਤਾਂ ਚੰਗਾ ਕਰਨਾ ਹੀ ਪੈਣਾ, ਮਜਬੂਰੀ ਨੂੰ ਕਰਨਾ ਪੈਣਾ ਕਿ ਹਾਂ ਅਸੀਂ ਕੁਝ ਨਾ ਕੁਝ ਵਿਖਾ ਦਈਏ ਕਿ ਯਾਰ ਅਸੀਂ ਕੀਤਾ ਵੀ ਆ। ਪਰ ਅਸੀਂ ਹਾਂਜੀ ਉਹ ਪੁਰਾਣਾ ਕਿਵੇਂ ਚੇਤਾ ਭੁੱਲ ਜਾਈਏ ਹਾਂਜੀ ਕਰਦੇ ਹਨਾ। ਉਹ ਸਾਨੂੰ ਹਮੇਸ਼ਾ ਹੀ ਕਿਹਾ ਜਾਂਦਾ ਵਾ ਕਿ 84 ਭੁੱਲ ਜਾਓ 84 ਭੁੱਲ ਜਾਓ, ਉਹ ਬੜੇ ਸੋਹਣੇ ਸ਼ਬਦ ਕਹਿੰਦੇ ਨਾ ਭੁੱਲਣ ਯੋਗ ਨਾ ਮੰਨਣ ਯੋਗ ਨਾ ਬਖਸ਼ਣ ਯੋਗ, ਹਾਂਜੀ ਅਸੀਂ ਇਹ ਤਿੰਨ ਚੀਜ਼ਾਂ ਵਧਾ ਕੇ ਚੱਲਦੇ ਹਨਾ। ਅਸੀਂ ਕਿਉਂ ਸਾਰੀਆਂ ਚੀਜ਼ਾਂ ਭੁੱਲੀ ਜਾਈਏ ਜਦੋਂ ਸਾਡੇ ਨਾਲ ਅਸੀਂ ਉਹੀ ਦੀਪ ਸਿੱਧੂ ਭਾਈ ਵਾਲੀ ਗੱਲ ਕੀ ਹੁਣ ਅਸੀਂ ਧਰਨੇ ਲਾਉਣ ਨੂੰ ਹੀ ਰਹਿ ਗਏ ਹਾਂ, ਅਸੀਂ ਧਰਨੇ ਲਾਉਣ ਨੂੰ ਅਸੀਂ ਆਪਣੀਆਂ ਜਾਨਾਂ ਗਵਾਲੀਏ। ਭਾਈ ਸੱਚ ਗੱਲ ਆ ਕਿ ਮੈਂ ਕਈ ਵਾਰੀ ਜਸਕੀਰ ਸਿੰਘ ਨਾਲ ਗੱਲ ਕਰਦਾ ਹੁੰਦਾ, ਮੈਂ ਕਿਹਾ ਕਿ ਸਾਡੀ ਕੌਮ ਦੇ ਵਿੱਚ ਦੂਰ ਅੰਦੇਸ਼ੀ ਵਾਲੀ ਗੱਲ ਨਾ ਚੱਲਦੀ ਜ਼ਰੂਰ ਆ ਪਰ ਨਿਭਦੀ ਨਹੀਂ, ਕਿ ਬੜੇ ਸ਼ਾਰਟ ਟਰਮ ਦੇ ਲਈ ਉਹ ਜਾਗਰਤਾ ਆਉਂਦੀ ਆ ਤੇ ਫਿਰ ਉਹ ਲਹਿਰ ਬਹਿ ਜਾਂਦੀ ਆ। ਹਾਂਜੀ ਜਿਹੜੀ ਲਹਿਰ ਦੀ ਕੰਟੀਨਿਊਟੀ ਆ ਨਾ ਉਹ ਇੱਕ ਸੱਚਾ ਸੁੱਚਾ ਲੀਡਰ ਹੀ ਚਲਾ ਸਕਦਾ। ਹਾਂਜੀ ਸੰਤਾਂ ਦੀ ਗੱਲ ਕਰਨੀ ਬੜੀ ਸੌਖੀ ਆ, ਮੈਂ ਕਈ ਵਾਰੀ ਕਹਿੰਦਾ ਹੁੰਦਾ ਮੈਂ ਕਿਹਾ ਅਸੀਂ ਜਦੋਂ ਉਹ ਸ਼ੁਰੂਆਤ ਹੋਈ ਨਾ ਇਹ ਚੀਜ਼ ਦੇ ਵਿੱਚ, ਕਿਉਂਕਿ ਮੇਰੀ ਬੈਕਗ੍ਰਾਉਂਡ ਵੀ ਉਹ ਨਹੀਂ ਹੈਗੀ ਤੇ ਬਲਕਿ ਤੁਸੀਂ ਤੇ ਕਿਸੇ ਪਾਸੇ ਕਨੈਕਟਡ ਹੋ ਗਏ ਨਾ ਤੇ ਅਸੀਂ ਤੇ ਕਨੈਕਟਡ ਹੀ ਨਹੀਂ ਆ। ਹਾਂਜੀ ਹਜੇ ਕਿ ਮਨਕੀਰ ਸਿੰਘ ਥੋੜੇ ਬਹੁਤੇ ਕਨੈਕਟਡ ਆ ਪਰ ਅਸੀਂ ਦੋਵੇਂ ਮੈਂ ਤੇ ਜਸਕੀਰਤ ਕਹੀਏ ਕਿ ਅਸੀਂ ਬੜੇ ਲਿਮਿਟਡ ਜੇ ਆ, ਸਾਨੂੰ ਇੰਨਾ ਜ਼ਿਆਦਾ ਗਿਆਨ ਵੀ ਨਹੀਂ ਹੁੰਦਾ ਸੀ। ਹਾਂਜੀ ਸਾਨੂੰ ਹਜੇ ਤੱਕ ਜਿੱਦਾਂ ਅਸੀਂ ਇੰਟਰਨੈਸ਼ਨਲ ਫਤਿਹ ਅਕੈਡਮੀ ਪੜ੍ਹਦੇ ਹੁੰਦੇ ਸੀ ਤੇ ਬੱਸ ਦੇ ਨਾ ਰਾਈਟ ਹੈਂਡ ਸਾਈਡ ਤੇ ਉਹ ਸਕੰਜਾ ਜਿਹਾ ਬਣਿਆ ਸੀ ਜਿਹਦੇ ਉੱਤੇ ਸੰਤਾਂ ਦੀ ਫੋਟੋ ਲੱਗੀ ਹੁੰਦੀ, ਭਾਜੀ ਕਦੇ ਇੱਕ ਦਿਨ ਹੋਇਆ ਹੋਵੇ ਕਿਤੇ ਅਸੀਂ ਗੱਲ ਕੀਤੀ ਹੋਵੇ, ਸਾਨੂੰ ਲੈਣਾ ਦੇਣਾ ਹੀ ਨਹੀਂ ਸੀ ਇਹ ਬੰਦਾ ਕੌਣ ਆ। ਹਾਂਜੀ ਸਾਡੇ ਸਾਡੇ ਨੋਰਮਲ ਤੌਰ ਤੇ ਕਿ ਹਾਂ ਠੀਕ ਆ ਫੋਟੋ ਲੱਗੀ ਫੋਟੋ ਲੱਗੀ ਆ, ਪਰ ਜਦੋਂ ਅਸੀਂ ਬਾਹਰ ਆਏ ਹਨਾ ਉਹ ਚੀਜ਼ ਦੀ ਸਟੱਡੀ ਕੀਤੀ ਫਿਰ ਬੰਦਾ ਕਹਿੰਦਾ ਅੱਛਾ ਯਾਰ ਜਿਹੜੀ ਤੁਹਾਡੀ ਅਸਲ ਹੋਊਗਾ ਉਹ ਤੁਹਾਨੂੰ ਪਤਾ ਹੀ ਨਹੀਂ ਆ, ਹਾਂਜੀ ਉਹਦੇ ਬਾਰੇ ਤੁਸੀਂ ਉਜਾਗਰ ਹੀ ਨਹੀਂ ਜੇ। ਤੇ ਜਿਹੜੀਆਂ ਉਹ ਚੀਜ਼ਾਂ ਚੱਲਦੀਆਂ ਵਾ ਨਾ ਉਹ ਚੀਜ਼ਾਂ ਉਦੋਂ ਹੀ ਚੱਲਦੀਆਂ ਵਾ ਕਿ ਜਦੋਂ ਤੁਸੀਂ ਇੱਕ ਸੰਪੂਰਨ ਮਹਾਰਾਜ ਅੱਗੇ ਅਧੀਨ ਹੋ ਜਾਓ ਕਿ ਮਹਾਰਾਜ ਅਸੀਂ ਹੋਰ ਕਿਸੇ ਬੰਦੇ ਨੂੰ ਨਹੀਂ ਜਾਣਦੇ, ਠੀਕ ਆ ਅਸੀਂ ਹੋਰ ਕਿਸੇ ਨੂੰ ਨਹੀਂ ਨੀਵਾਂ ਪਾਉਂਦੇ, ਅਸੀਂ ਜੇਕਰ ਝੁਕਣਾ ਅਸੀਂ ਸਿਰਫ ਤੁਹਾਡੇ ਸਾਹਮਣੇ ਝੁਕਣਾ। ਹਾਂਜੀ ਫਿਰ ਜੇਕਰ ਤੁਸੀਂ ਗੁਰੂ ਮਹਾਰਾਜ ਅੱਗੇ ਝੁੱਕ ਜਾਂਦੇ ਫਿਰ ਮਹਾਰਾਜ ਤੁਹਾਨੂੰ ਹੋਰ ਕਿਸੇ ਪਾਸੇ ਨਹੀਂ ਝੁਕਣ ਦਿੰਦੇ, ਤੇ ਇਹ ਚੱਲਦੀ ਫਿਰਦੀ ਐਗਜ਼ਾਮਪਲ ਆਪਾਂ ਨੂੰ ਸੰਤਾਂ ਨੇ ਦੇ ਕੇ ਗਏ ਆ ਹਾਂਜੀ ਕਿ ਉਹ ਸਮਾਂ ਵੇਖ ਕੇ ਚੱਲੀਏ ਤੇ ਕੋਈ ਸੌਖੀ ਗੱਲ ਨਹੀਂ ਸੀ। ਕਹਿਣਾ ਸੌਖਾ ਵਾ ਕਿ ਤੁਸੀਂ ਆਡਾ ਲਾ ਲਿਆ ਸਰਕਾਰ ਦੇ ਨਾਲ, ਤੁਸੀਂ ਆਪ ਵੇਖੋ ਕਿ ਤੁਸੀਂ ਕਿੰਨਾ ਤੁਸੀਂ ਅਜੇ ਕਿੰਨੇ ਸ਼ਾਰਟ ਟਰਮ ਪੀਰੀਅਡ ਦੇ ਵਿੱਚ ਚੀਜ਼ ਹਟਾਈ ਆ ਤੇ ਇੱਕ ਵੀ ਬਾਗਾ ਕਢਾ ਦਿੱਤੀ ਸੀ। ਹਾਂਜੀ ਹਾਂਜੀ ਯਾਰ ਕਿਵੇਂ ਕਰਨਾ ਵਾ ਕਿੱਥੇ ਜਾਣਾ ਵਾ, ਪਿੱਛੋਂ ਮਾਂ ਪਿਓ ਵੀ ਕਈ ਵਾਰੀ ਏਦਾਂ ਹੋ ਜਾਂਦਾ ਕਿ ਯਾਰ ਪੁੱਤਰ ਫਿਊਚਰ ਦਾ ਵੇਖੋ ਆਪਣੇ, ਹਾਂਜੀ ਹਾਂਜੀ ਤੁਹਾਡਾ ਤੁਹਾਡਾ ਕੀ ਸਿਸਟਮ ਕੌਮ ਨਾਲ ਹਨਾ, ਹਾਂਜੀ ਤੁਸੀਂ ਆਪਣਾ ਵੇਖੋ ਬਾਕੀ ਸਾਰੇ ਵੇਖ ਲੈਣਗੇ ਆਪਣਾ ਆਪਣਾ ਹੌਲੀ ਹੌਲੀ ਚੱਲ ਜੂ। ਹਾਂਜੀ ਉਹ ਚ ਏਦਾਂ ਹੈ ਨਾ ਵੀ ਹੁਣ ਜਦੋਂ ਸੰਤ ਲੀਡਰ ਸੀਗੇ ਨਾ ਉਦੋਂ ਕੋਈ ਜੇ ਸਿੰਘ ਚੁੱਕਿਆ ਜਾਂਦਾ ਸੀ ਤੇ ਪਹਿਲੀਆਂ ਦੇ ਵਿੱਚ ਆ ਜਾਂਦੇ ਸੀ ਜਾਂਦੇ ਸੀ ਸਹੀ ਗੱਲ ਹਨਾ, ਹੁਣ ਜਿਹੜੇ ਲੀਡਰ ਹੈਗੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਵੀ ਆਪਣੇ ਚਾਰ ਬੰਦੇ ਚੁੱਕੇ ਗਏ ਆ ਤੇ ਉਹ ਪਹਿਲਾਂ ਹੀ ਮਾਈਨਸ ਕਰ ਦਿੰਦੇ, 40 ਵਿੱਚੋਂ ਵੀ ਆ 36 ਰਹਿ ਗਏ ਜੇ। ਬਿਲਕੁਲ ਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਵੀ ਜਿੱਦਾਂ ਫੋਰ ਐਗਜ਼ਾਮਪਲ ਹਨਾ ਜੇ ਆਪਾਂ ਨੂੰ ਜਿਹੜੇ ਲੀਡਰ ਪਹਿਲਾਂ ਕਹਿੰਦੇ ਵੀ ਹਾਂ ਠੀਕ ਹੈ ਚਲੋ ਗਾਹ ਨੂੰ ਹਨਾ, ਉਹ ਲੀ ਜੇ ਆਪਾਂ ਗਾਹ ਨੂੰ ਜਾਣ ਡੇ ਆ ਉਹ ਚੱਪਲਾਂ ਛੱਡ ਕੇ ਪਛਾਣ ਭੱਜਣ ਡੇ ਤੇ ਉਹੀ ਆ ਫਿਰ ਲੀਡਰ। ਫਿਰ ਹੁਣ ਜੇ ਹੁਣ ਹੁਣ ਜੇ ਭਾਈ ਅੰਮ੍ਰਿਤਪਾਲ ਦੀ ਗੱਲ ਕਰੀਏ ਉਹਨਾਂ ਦੇ ਨਾਲ ਦਾ ਸਿੰਘ ਜਿਹੜਾ ਫੌਜੀ ਸੀਗਾ ਜੇ ਉਹ ਚੁੱਕਿਆ ਗਿਆ ਸੀਗਾ ਜੇ ਅੰਮ੍ਰਿਤਪਾਲ ਭਾਈ ਨੂੰ ਕਿਸੇ ਚੀਜ਼ ਦਾ ਡਰ ਹੁੰਦਾ ਉਹਨਾਂ ਨਹੀਂ ਬੋਲਣਾ, ਉਹਨਾਂ ਪਹਿਲ ਦੇ ਆਧਾਰ ਤੇ ਕਿਹਾ ਵੀ ਕੱਲ ਤੱਕ ਛੱਡ ਦੋ ਨਹੀਂ ਤੇ ਵੇਖੀ ਜਾਊਗੀ ਹਨਾ। ਫਿਰ ਬੰਦੇ ਬਈ ਮੱਲੋ ਮੱਲੀ ਉੱਠਦੇ ਆ ਹਨਾ, ਸਾਰੇ ਮਨ ਦੇ ਵਿੱਚ ਹਰੇਕ ਬੰਦਾ ਰੱਖੀ ਬੈਠਾ ਵਾ ਪਰ ਆਹ ਆ ਵੀ ਫਾਈਨੈਂਸ਼ੀਅਲ ਤੌਰ ਤੇ ਜਦੋਂ ਬੰਦਾ ਨਹੀਂ ਸਟਰੋਂਗ ਹੈਗਾ ਹਨਾ ਉੱਦਾਂ ਜਾਣ ਪਛਾਣ ਚ ਨਹੀਂ ਸਟਰੋਂਗ ਹੈਗਾ ਉੱਤੋਂ ਜਿਹੜੇ ਬੰਦੇ ਵਾਲੀ ਤੁਸੀਂ ਆ ਜਿਹੜੇ ਲੀਡਰ ਹੈਗੇ ਆ ਤੁਹਾਡੇ ਉਹ ਵੀ ਬਾਹ ਨਾ ਫੜਨ ਫਿਰ ਬੰਦੇ ਨੂੰ ਸੱਟ ਵੱਜਦੀ ਆ। ਤੇ ਜੇ ਲੀਡਰ ਬਈ ਉਹੀ ਆ ਵੀ ਜੇ ਜਥੇਦਾਰ ਹੀ ਕਵੇ ਵੀ ਹਾਂ ਤੁਹਾਡੇ ਨਾਲ ਪਹਿਲਾਂ ਮੈਂ ਕਿ ਜਾਣਾ ਵਾ ਫਿਰ ਤੇ ਬਈ ਪਤਾ ਹੀ ਆ ਕੰਮ ਬਈ। ਉਹੀ ਗੱਲ ਆ ਕਿ ਜਿਹੜੀ ਤੁਸੀਂ ਗੱਲ ਕਹੀ ਆ ਕਿ ਸਾਰਿਆਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਕੁਝ ਹੈਗਾ। ਹਾਂਜੀ ਮੇਰਾ ਅਗਲਾ ਕੁਸ਼ਚਨ ਆ ਵਾ ਜਦੋਂ ਵੀ ਗੱਲ ਕਰੀ ਦੀ ਆ, ਹੁਣ ਇਹ ਸਾਡਾ ਇੱਕ ਮਿੱਤਰ ਹੈਗਾ ਵਾ ਮਨਕੀਰਤ ਸਿੰਘ ਹੁਣਾਂ ਦਾ, ਉਹ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਮਿਲ ਕੇ ਆਏ ਹਨਾ ਤੇ ਉਹ ਕਹਿੰਦੇ ਵਾਪਸ ਆਉਣਾ ਭਾਈ ਅਮਰਪਾਲ ਸਿੰਘ ਪੱਕੇ ਵਾਪਸ ਕਰਾਉਣਾ ਪੱਕੇ ਵਾਪਸ ਕਰਾਉਣਾ। ਹਾਂਜੀ ਹਾਂਜੀ ਹੁਣ ਕੁਸ਼ਚਨ ਮੇਰਾ ਇਹੀ ਆ ਕੀ ਲੱਗਦਾ ਪੰਜਾਬ ਦਾ ਜਿਹੜਾ ਯੂਥ ਆ ਮੋੜਾ ਪਾਊਗਾ ਵਾਪਸ ਆਪਣੀ ਧਰਤੀ ਵੱਲ ਨੂੰ, ਜ਼ਰੂਰੀ ਹੈਗਾ ਵਾ। ਹਾਂਜੀ ਨਹੀਂ ਭਾਈ ਜਿੱਦਾਂ ਆਪਾਂ ਇੱਥੇ ਬਹਿੰਦੇ ਨਾ ਹਰੇਕ ਬੰਦਾ ਦਿਲ ਚ ਸਮ ਬੈਠਾ, ਪਰ ਇੱਕ ਚੀਜ਼ ਆਇਆ ਮੈਂ ਪਿੱਛੇ ਵੀ ਹਨਾ ਲਾਈਵ ਚ ਮੈਨੂੰ ਕਿਸੇ ਨੇ ਕਿਹਾ ਸੀਗਾ, ਮੈਂ ਉਹਨੂੰ ਆਹ ਗੱਲ ਕਹੀ ਵੀ ਮੈਂ ਕਿਹਾ ਵੀ ਜਦੋਂ ਬਈ ਆਪਾਂ ਵੇਖੀਦਾ ਵਾ ਨਾ ਵੀ ਪੁਰਾਣੇ ਜਿਹੜੇ ਆਪਣੇ ਖਾੜਕੂ ਸਿੰਘ ਸੀਗੇ ਉਹਨਾਂ ਦੇ ਪਰਿਵਾਰ ਦੇ ਹੱਥ ਜੜਾ ਦਿੰਦੇ ਆ ਬੰਦੇ 5,000 ਦੇਣ ਲੱਗਿਆ ਵੀ ਹਨਾ, ਜਾਂ ਉਹ ਰੈਂਟ ਦੇ ਉੱਤੇ ਰਹਿਣ ਡਏ ਆ, ਉਹ ਚੀਜ਼ਾਂ ਬਾਈ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਕਰਦੀਆਂ ਵਾ ਵੀ ਕੋਈ ਨੀ ਫਿਰ ਮਨ ਚ ਤਾਂ ਹੈਗੀ ਆ
ਪਰ ਇੱਕ ਵਾਰੀ ਹੈ ਨਾ ਇੰਨਾ ਕੁ ਕਰ ਜਾਓ ਵੀ ਗਾਂਹ ਪਰਿਵਾਰ ਨੂੰ ਨਾ ਕਿਸੇ ਨੂੰ ਹਨਾ ਕਰਨਾ ਪਵੇ, ਕਿਉਂਕਿ ਓਦਾਂ ਜੇ ਆਪਾਂ ਸੋਚੀਏ ਨਾ ਆਪਾਂ ਕਹਿ ਦਈਏ ਵੀ ਇੱਕ ਬੰਨਿਓ ਗੱਲ ਠੀਕ ਵੀ ਲੱਗਦੀ ਆ ਵੀ ਜਦੋਂ ਆਪਾਂ ਸਮਰਪਿਤ ਹੀ ਹੋਵੇ ਹਨਾ ਕੌਮ ਨੂੰ ਫਿਰ ਪਰਿਵਾਰ ਆਪੇ ਚਲੋ ਅਕਾਲ ਪੁਰਖ ਦੀ ਜ਼ਿੰਮੇਵਾਰੀ ਆ, ਪਰ ਜਦੋਂ ਦੁਨਿਆਵੀ ਤੌਰ ਤੇ ਭਾਈ ਦੇਖੀਦਾ ਵਾ ਨਾ ਉਦੋਂ ਥੋੜਾ ਜਿਹਾ ਫਿਰ ਹੋ ਜਾਂਦਾ ਵੀ ਕੋਈ ਨਾ ਪਹਿਲਾਂ ਮਾੜਾ ਜਿਹਾ ਫਾਈਨੈਂਸ਼ੀਅਲ ਤੌਰ ਤੇ ਹਨਾ ਗੁੱਡ ਹੋਈਏ, ਬਾਕੀ ਚੜ੍ਹਦੀ ਕਲਾ ਹੋਊਗੀ ਬਾਈ ਇੱਕ ਵਾਰੀ ਜਦੋਂ ਇਹਨਾਂ ਨੂੰ ਪਤਾ ਲੱਗ ਜਾਏਗਾ, ਹਲੇ ਤਾਂ ਵੀ ਰਿਕ ਗਿਆ ਵਾ ਨਾ ਪਤਾ ਹੀ ਨੀ ਲੱਗਣਾ ਫਿਰ ਬੰਦ ਹੈਗੀ ਆ। ਉਹੀ ਗੱਲ, ਮੈਂ ਇਹ ਗੱਲ ਵੀ ਤੁਹਾਡੇ ਨਾਲ ਬੜਾ ਸਹਿਮਤ ਹਾਂ ਕਿਉਂਕਿ ਸੰਗੀਤ ਨਾਲ ਗੱਲ ਕਰਦਾ ਹੁੰਦਾ ਮੈਂ ਕਿ ਮਾਝੇ ਨੇ ਜਿੰਨਾ ਸੰਤਾਪ ਹੰਢਾਇਆ, ਹਾਂਜੀ, ਖਾਸ ਕਰਕੇ ਆਪਣੇ ਏਰੀਏ ਨੇ, ਉਹ ਅਸੀਂ ਰਿਕਵਰ ਦੇ ਪ੍ਰੋਸੈਸ ਚ ਹਜੇ ਵੀ। ਹਾਂਜੀ, ਬੜੇ ਪਰਿਵਾਰ ਵਾ ਜਿਨ੍ਹਾਂ ਦਾ ਹਜੇ ਤੱਕ ਸਾਨੂੰ ਪਤਾ ਹੀ ਨਹੀਂ ਹੈ। ਤੁਸੀਂ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਗੱਲ ਕਰ ਲਓ। ਮੈਂ ਇੱਥੇ ਮੈਂ ਨਾ ਜਦੋਂ ਇੱਥੇ ਪੜ੍ਹਦਾ ਹੁੰਦਾ ਸੀ, ਆਪਣਾ ਕੈਥੋਲਿਕ ਕਾਲਜ ਸੀ ਮੇਰਾ, ਤੇ ਉਦੋਂ ਮੈਂ ਸਾਡਾ ਲਿਟਰੇਚਰ ਦਾ ਹੁੰਦਾ ਸੀ ਐਸੇ ਲਿਖਣਾ, ਭਾਈ ਐਸੇ ਦਾ ਜਿਹੜਾ ਮਰਜ਼ੀ ਕੋਈ ਸੈਂਟੈਂਸ ਆ ਜਾਏ, ਇੱਕ ਸਟੇਟਮੈਂਟ ਮਿਲਦੀ ਹੁੰਦੀ, ਤੇ ਮੈਂ ਭਾਈ ਜਸਵੰਤ ਸਿੰਘ ਦੀ ਗੱਲ ਵਾੜ ਹੀ ਲੈ ਲਈ ਵਿੱਚ ਕਿਤੇ ਨਾ ਕਿਤੇ। ਉਹ ਇੱਕ ਦਿਨ ਮੇਰੀ ਟੀਚਰ ਨੇ ਫੜ ਲਿਆ ਮੈਨੂੰ, ਕਹਿੰਦੀ ਕਿ ਯਾਦ ਤੇਰਾ ਬਹੁਤ ਹੀ ਪ੍ਰੇਮ ਆ, ਕਹਿੰਦੀ ਤੂੰ ਤੇ ਜ਼ਿਆਦਾ ਹੀ ਲਿਖ ਦਿੰਦਾ, ਕਹਿੰਦੀ ਕਈ ਵਾਰੀ ਤੇ ਗੱਲ ਮੈਚ ਵੀ ਨੀ ਕਰਦੀ ਹੁੰਦੀ, ਤੂੰ ਹਮੇਸ਼ਾ ਹੀ ਕੋਟ ਮਾਰ ਦਿੰਦਾ ਉਹਨਾਂ ਦਾ ਹਨਾ। ਉਹਨਾਂ ਦਾ ਕੋਟ ਹੈਗਾ ਕਿ ਦੀਪਕ ਦੀ ਨਿਆਈ ਵਾਲਾ, ਕਿ ਪੰਜਾਬ ਇੱਕ ਦੀਪਕ ਦੀ ਨਿਆਈ ਆ, ਇਹ ਉਹ ਦੀਪਕ ਆ ਜਿਹੜਾ ਘਰੇ ਇਕੱਲੇ ਇਕੱਲੇ ਘਰ ਦੇ ਵਿੱਚ ਜਾਊਗਾ ਤੇ ਇੰਨਾ ਕੁ ਰੋਸ਼ਨ ਕਰ ਦੂਗਾ ਕਿ ਹਨੇਰੇ ਤੋਂ ਡਰ ਨੀ ਲੱਗੂਗਾ ਲੋਕਾਂ ਨੂੰ। ਤੇ ਉਹ ਮੈਨੂੰ ਕਹਿੰਦੀ ਕਹਿੰਦੀ ਕਿ ਇਹ ਹੈ ਕੌਣ ਸੀ ਹਨਾ ਜਿਹਦੀ ਤੂੰ ਗੱਲ ਕਰਦਾ ਹਮੇਸ਼ਾ, ਕੀ ਕਹਿੰਦੀ ਕਿ ਕਈ ਵਾਰੀ ਤੇ ਮੈਂ ਸਟੇਟਮੈਂਟ ਪੜ੍ਹ ਦਿੰਦੀ ਨਾ ਕੋਈ ਮੈਚ ਕਰਦੀ ਨਾ ਕੁਝ ਹੋਰ, ਤੂੰ ਵਿੱਚ ਚ ਲਾਈਨ ਵਾਲੀ ਹੁੰਦੀ ਇਹਨਾਂ ਦੀ ਕੋਈ ਨਾ ਕੋਈ ਹਨਾ। ਤੇ ਮੈਂ ਕਿਹਾ ਕਿ ਉਹ ਹੀ ਕਿ ਜਿਹਨਾਂ ਨੇ ਅਣਪਛਾਤਿਆਂ ਦੀ ਪਛਾਣ ਕਰਾਈ, ਹਾਂਜੀ, ਉਹ ਵੀ ਹਜੇ ਸਟੇਜ 1 ਤੇ ਵੀ ਹੀ ਭਾਈ ਜਸਵੰਤ ਸਿੰਘ ਹੋਣੀ, ਉਹ ਕਹਿੰਦੇ ਹਜੇ ਤੇ ਸ਼ੁਰੂਆਤ ਆ ਬਾਤ ਹੈ, ਹਾਂਜੀ, ਤੇ ਉਹ ਸੋਚ ਕੇ ਚੱਲੋ ਕਿ ਉਹ ਜੇਕਰ ਸ਼ੁਰੂਆਤ ਹੀ ਤੇ ਇਹਦਾ ਅੰਤ ਕੀ ਉਹ ਹੱਦਾ ਹੈ। ਮਾਝੇ ਦੇ ਵਿੱਚ ਇੰਨੇ ਕਿੰਨੇ ਪਿੰਡਾਂ ਦੇ ਵਿੱਚ ਘਰ ਹੋਣਗੇ ਜਿਹੜੇ ਉਜਾੜ ਹੀ ਪਏ ਹੋਣਗੇ, ਜਿਨ੍ਹਾਂ ਦੇ ਪਰਿਵਾਰ ਦੇ ਪਰਿਵਾਰ ਹੀ ਖਤਮ ਹੋ ਗਏ ਤੇ ਹਾਲੇ ਤੱਕ ਗੱਲ ਹੀ ਨਹੀਂ ਪਹੁੰਚੀ, ਹਾਂਜੀ, ਤੇ ਜਿੱਥੇ ਜਿਹੜੇ ਰਹਿ ਵੀ ਗਏ ਉਹਨਾਂ ਪ੍ਰਤੀ ਜਿਹੜਾ ਸਾਡਾ ਫਰਜ਼ ਸੀ ਉਹ ਨਿਭਾ ਹੀ ਨਹੀਂ ਪਾਏ। ਮੈਂ ਤੈਨੂੰ ਕੋਈ ਗੱਲ ਦੱਸਦਾ ਛੋਟੀ ਜੀ, ਮੇਰੇ ਤਾਇਆ ਜੀ ਨੂੰ ਨਾ 19 ਸਾਲ ਹੋ ਗਏ ਆ UK 'ਚ, ਤੇ ਉਹ ਉਹਨਾਂ ਟਾਈਮਾਂ ਦੇ ਵਿੱਚ ਹਨਾ ਨਿਕਲ ਗਏ ਜਦੋਂ ਥੋੜਾ ਜ਼ਿਆਦਾ ਪ੍ਰੈਸ਼ਰਾਈਜ਼ ਹੋਣ ਲੱਗ ਪਿਆ ਸੀਗਾ ਪੁਲਿਸ ਵੱਲੋਂ, ਤੇ ਫਿਰ ਉਦੋਂ ਭਾਈ ਹਨਾ ਉਦੋਂ ਵਰਲਡ ਬੁੱਕ ਦੇ ਵਿੱਚ ਜਿਹੜਾ ਰੈਕਡ ਵੀ ਹੈਗਾ ਵਾ ਜਿਹੜੀ ਬੈਂਕ ਹੋਈ ਸੀਗੀ, ਤੇ ਉਦੋਂ 4 ਪੈਸੇ ਚੰਗੇ ਸੀਗੇ ਖਾੜਕੂ ਸਿੰਘਾਂ ਦੇ ਕੋਲ ਵੀ, ਤੇ ਉਹਨਾਂ ਨੇ ਜਿਹੜੇ ਸਿੰਘ ਪਿੱਛੋਂ ਬਾਹਲਾ ਹੀ ਜ਼ਿਆਦਾ ਵੀਕ ਹੀ ਕੰਮ ਉਹਨਾਂ ਨੇ ਗਾਂਹ ਬਹੁਤ ਕੰਟਰੀਆਂ ਦੇ ਵਿੱਚ ਭੇਜੇ ਸੀ ਅੱਗੇ ਅੱਗੇ, ਤੇ ਉੱਥੇ ਵੇਖੀਏ ਵੀ ਉਹ ਹੁਣ ਜਦੋਂ ਮੈਂ ਆਪਣੇ ਤਾਇਆ ਜੀ ਨੂੰ ਮਿਲਿਆ, ਮੈਂ 19 ਸਾਲਾਂ ਦਾ ਹੋ ਕੇ ਮਿਲਿਆ ਹਨਾ ਉਹਨਾਂ ਨੂੰ, ਪਰਿਵਾਰ ਉਹਨਾਂ ਦਾ ਸਾਰਾ ਮਗਰ ਹੀ, ਸੋ ਮੈਂ ਪਹਿਲਾ ਜੀ ਸੀਗਾ ਜਿਹਨੂੰ ਉਹ ਮਿਲੇ ਸੀਗੇ ਆਪਣੇ ਪਰਿਵਾਰ ਦੇ ਵਿੱਚ ਹਨਾ। 19 ਸਾਲਾਂ ਬਾਅਦ ਜੀ ਮੈਂ ਉਹਨਾਂ ਨੂੰ ਮਿਲ ਲਿਆ, ਤੇ ਮੈਂ ਆਹ ਚੀਜ਼ ਵੇਖਣ ਡਿਆ ਵੀ ਕਿੰਨੀ ਉਹ ਬੰਦੇ ਦੀ ਪੇਸ਼ੈਂਸ ਆ, ਤੇ ਇੱਕ ਦਿਨ ਇੱਦਾਂ ਹੀ ਮੈਂ ਤੇ ਤਾਇਆ ਜੀ ਬੈਠੀ, ਮੈਂ ਉਹਨਾਂ ਨਾਲ ਗੱਲ ਕਰਦਾ ਵੀ ਮੈਂ ਕਿਹਾ ਵੀ ਇੱਥੇ ਆਪਣਾ ਕੋਈ ਵਧੀਆ ਚੰਗਾ ਖਾਸ ਯਾਰ ਮਿੱਤਰ ਵੀ ਹੋਵੇ ਨਾ, ਅਸੀਂ ਉਹਨੂੰ ਮਾੜੀ ਜਿਹੀ ਗੱਲ ਕਹਿ ਦਈਏ, ਉਹ ਬੰਦਾ ਪਾਸਾ ਵੱਟ ਕੇ ਉਹ ਜਾਂਦਾ, ਤੇ ਮੈਂ ਕਿਹਾ ਮਨ ਚ ਨੀ ਕਦੀ ਆਈ ਵੀ ਜਿੰਨਾ ਖਾਤਰ ਕੀਤਾ ਸੀ ਉਹ ਬੰਦੇ ਨੂੰ ਪਤਾ ਵੀ ਨੀ ਹੈਗਾ, ਜਾਂ ਉਹ ਬੰਦਿਆਂ ਨੇ ਬਾਅਦ ਚ ਵੇਖਿਆ ਵੇਖਿਆ ਵੀ ਨੀ ਕੁਛ, ਤੇ ਉਹ ਕਹਿੰਦੇ ਵੀ ਆਉਂਦੀ ਆ ਮਨ ਦੇ ਵਿੱਚ ਪਰ ਇੱਕ ਵਾਰੀ ਹਨਾ ਵੀ ਆਹ ਕਹਿ ਦਈਦਾ ਵੀ ਚਲੋ ਪਰਮਾਤਮਾ ਵਹਿੰਦਾ ਪਿਆ ਵਾ ਹਨਾ, ਤੇ ਉਹਦੇ ਕਰਕੇ ਹੀ ਆ ਸਾਰਾ ਕੁਛ, ਤੇ ਕੀ ਪਤਾ ਕਹਿੰਦੇ ਵੀ ਜੇ ਮੈਂ ਉਸ ਸਮੇਂ ਦੇ ਵਿੱਚ ਮੈਨੂੰ ਗਾਂਹ ਘੱਲਿਆ ਸੀ, ਤੇ ਗਾਂਹ ਉੱਥੇ ਤਾਏ ਨੇ ਪਤਾ ਹੀ ਨੀ ਹੈਗਾ ਵੀ ਗਾਂਹ ਕਿੰਨੇ ਮੁੰਡੇ ਜਿਹੜੇ ਸੀਗੇ ਪੁੱਠੇ ਰਾਹ ਪਏ ਹੋਏ ਸੀਗੇ, ਕਿਉਂਕਿ ਸਭ ਤੋਂ ਪਹਿਲਾਂ ਬੰਦੇ ਹਨਾ UK ਵਾਲੀ ਜਾਂਦੇ ਹੁੰਦੇ ਸੀਗੇ, ਤੇ ਬਾਅਦ ਚ ਬਾਕੀ ਕੰਟਰੀਆਂ ਦਾ ਕੰਮ ਚੱਲਿਆ, ਤੇ ਪਤਾ ਹੀ ਨੀ ਹੈਗਾ ਵੀ ਕਿੰਨੇ ਮੁੰਡੇ ਹਨਾ ਵਧੀਆ ਟਰੈਕ ਤੇ ਗਏ, ਤੇ ਕਹਿੰਦਾ ਇੱਕ ਬੰਦਾ ਜੇ ਵਧੀਆ ਟਰੈਕ ਤੇ ਜਾਂਦਾ ਗਾਂਹ ਦਾ ਸਾਰਾ ਜਿਹੜੀ ਪੀੜ੍ਹੀ ਆ ਉਹ ਵਧੀਆ ਟਰੈਕ ਤੇ ਹੋ ਜਾਂਦੀ ਆ, ਹੁਣ ਜੇ ਮੈਂ ਸਾਰਾ ਕੁਛ ਛੱਡ ਛੁੱਟ ਕੇ ਹਨਾ ਮੈਂ ਪਹਿਲਾਂ ਦਾਰੂ ਵੀ ਪੀ ਲੈਂਦਾ ਹੁੰਦਾ ਹਾਂ ਹਨਾ, ਤੇ ਓਦਾਂ ਵੀ ਖਾ ਪੀ ਲੈਣਾ, ਤੇ ਜੇ ਛੱਡ ਛੁੱਟ ਕੇ ਹੁਣ ਮੈਂ ਆਇਆ ਵਾ ਤੇ ਗਾਂਹ ਨੂੰ ਮੈਂ ਥੋੜੀ ਕਹੂੰਗਾ ਵੀ ਹਾਂ ਮੇਰੀ ਵਾਈਫ ਏਦਾਂ ਕੁਛ ਕਰੇ ਜਾਂ ਮੇਰੇ ਜਵਾਕ ਏਦਾਂ ਕੁਛ ਕਰਨ, ਕਿਉਂਕਿ ਆਪਾਂ ਅਟੈਚ ਹੀ ਉਹ ਬੰਦੇ ਉਸ ਹਿਸਾਬ ਨਾਲ ਹੋਵਾਂਗੇ ਜਾਂ ਫਿਰ ਉਹ ਲਰਨ ਹੀ ਉਸ ਹਿਸਾਬ ਨਾਲ ਚੀਜ਼ਾਂ ਕਰਨਗੇ ਵੀ ਗਾਂਹ ਪਰਿਵਾਰ ਜਿਹੜਾ ਸਹੀ ਹੋਊਗਾ। ਸੋ ਆਹੀ ਆ ਇੱਕ ਬੰਦਾ ਉਹਨੇ ਇੰਨਾ ਸੰਤਾਪ ਏਦਾਂ ਦੇ ਇੱਕ ਨੀ ਕਈ ਜਾਣੇ ਆ, ਤੇ ਦੂਜੇ ਨੰਬਰ ਤੇ ਇੱਕ ਐਸਾ ਵੀ ਉੱਥੇ ਬੰਦਾ ਸੀਗਾ ਉਹਨੇ ਪਹਿਲਾਂ ਉਹ ਟੌਂਟ ਸੀਗਾ ਪੁਲਿਸ ਦਾ ਖਾੜਕੂਵਾਦ ਦੇ ਵਿੱਚ, ਉਹਨੂੰ UK ਦੇ ਵਿੱਚ ਇੰਡੀਆ ਗੌਰਮੈਂਟ ਨੇ ਤੇ UK ਗੌਰਮੈਂਟ ਨੇ ਬਹੁਤ ਵਧੀਆ ਘਰ ਲਿਆ ਕੇ ਦਿੱਤਾ, ਫਿਰ ਜਦੋਂ ਰਿਫਰੈਂਡਮ ਦੀ ਆਉਂਦਾ ਉਹਦਾ ਨਾਮ ਮੈਨੂੰ ਮੈਂ ਤੁਹਾਨੂੰ ਦੱਸ ਦੂੰਗਾ, ਉਹਦੀ ਫੋਟੋ ਵਗੈਰਾ ਸਾਰਾ ਕੁਛ ਹੈਗਾ ਆਪਣੇ ਤੋਂ, ਤੇ ਉਹ ਬੰਦੇ ਨੇ
ਟੋਟ ਪੁਣਾ ਛੱਡਿਆ ਨਹੀਂ। ਆ 20-25 ਸਾਲਾਂ ਬਾਅਦ ਹੁਣ ਯੂਕੇ ਦੇ ਵਿੱਚ ਜਦੋਂ ਪਿਛਲੇ ਥੋੜੇ ਟਾਈਮ ਪਹਿਲਾਂ ਰੈਫਰੈਂਡਮ ਹੋਈ ਸੀ, ਤੇ ਜਿਹੜੇ ਜਦੋਂ ਰੈਫਰੈਂਡਮ ਹੁੰਦੀ ਆ ਤੇ ਉਹ ਕਹਿੰਦੇ ਨਹੀਂ ਵੀ ਆਈਡੀ ਵਿਖਾਓ, ਤੇ ਆਪਣੀ ਅੱਖੀ ਵੇਖੀ ਗੱਲ ਆ, ਤੇ ਉਹ ਬੰਦਾ ਐ ਬੁੱਕ ਭਰ ਫੜਾਣ ਗਿਆ ਸੀਗਾ। ਆ ਸੀਗੇ ਸਾਰੇ ਤੇ ਆਪਣੇ, ਹਾਂਜੀ ਆਪਣੇ ਗਾਂ ਜਿਹੜੇ ਮੁੰਡੇ ਸੀਗੇ ਜਿਹੜੇ ਵਿਚਾਰੇ ਸਟੂਡੈਂਟ ਸੀਗੇ ਹਨਾ, ਤੇ ਉਹ ਇੱਕ ਮੁੰਡਾ ਸੀਗਾ ਬਈ, ਉਹਨੇ ਉਹਨਾਂ ਦੇ ਪੈਲੀ ਪੁਲੀ ਜਮਾ ਨਹੀਂ ਸੀ, ਉਹ ਸਾਰਾ ਕਰਜ਼ਾ ਚੁੱਕ ਕੇ ਆਇਆ ਸੀਗਾ ਯੂਕੇ, ਤੇ ਉਹਦੀ ਭੈਣ ਦਾ ਵਿਆਹ ਸੀਗਾ, ਉਹ ਮੁੜਿਆ ਵਾਪਸ। ਉਹ ਅੱਜ ਤੱਕ ਬਾਈ UAPA ਲਾ ਕੇ ਅੰਦਰ ਠੋਕਿਆ ਹੋਇਆ, ਤੇ ਨਾ ਪਿੱਛੇ ਉਹਦੀ ਮਾਤਾ ਦਾ ਕੋਈ ਵੇਖੇ ਹਨਾ। ਭੈਣ ਦਾ ਵਿਆਹ ਜਿਹੜਾ ਸੀਗਾ ਉਹ ਵੀ ਚਲੋ ਉਹ ਤੇ ਹੋਣਾ ਸੀਗਾ ਜੋ ਬਾਬੇ ਨੇ ਚਾਹਿਆ ਹਨਾ, ਪਰ ਆਹ ਚੀਜ਼ ਆ ਵੀ ਤੁਸੀਂ ਯਾਰ ਚਾਰ ਪੈਸੇ ਕਮਾਉਣ ਦੀ ਖਾਤਰ ਕਿੰਨੇ ਬੰਦਿਆਂ ਦਾ ਫਿਊਚਰ ਖਰਾਬ ਕਰਤਾ ਤੁਸੀਂ। ਤੇ ਫਿਰ ਆਪਾਂ ਨੂੰ ਉਹੀ ਆ ਵੀ ਕਹਿੰਦੇ ਤਿਆਰ ਪਰ ਤਿਆਰ ਰਹਿਣਾ ਚਾਹੀਦਾ, ਜਦੋਂ ਆਪਾਂ ਨੂੰ ਪਤਾ ਲੱਗੀ ਵੀ ਗਾਂ ਬਈ ਮੁੰਡੇ ਨੇ ਦਿਨ ਅਗਲਿਆਂ ਨੇ, ਫਿਰ ਅਸੀਂ ਪੇਪਰ ਕੀ ਜੱਟਨੇ ਆ, ਮੈਂ ਚਲੋ ਗਾਂ ਇੱਥੇ ਨਹੀਂ ਰਹਿਣਾ ਹੈਗਾ UK ਵੀ ਗਾਂ ਇੱਧਰ ਆ ਗਏ ਅਮੈਰੀਕਾ। ਸਹੀ ਬਈ, ਆਪਣੇ ਕੋਲ ਸਮਾਂ ਥੋੜਾ ਜਿਹਾ ਘੱਟ ਆ ਤੇ ਮੈਂ ਉਹ ਰੈਪ ਅਪ ਕਰਨ ਦੀ ਕੋਸ਼ਿਸ਼ ਕਰੂੰਗਾ। ਇੱਕ ਕੁਐਸਚਨ ਅਖੀਰ ਦਾ ਕਿ ਜਿਹੜੇ ਸਟੂਡੈਂਟ ਆ ਰਹੇ ਨੇ ਜਿਸ ਤਰ੍ਹਾਂ ਪੰਜਾਬ ਤੋਂ ਆ ਰਹੇ ਨੇ ਹਨਾ, ਕੋਈ ਰੋਕ ਟੋਕ ਨਹੀਂ ਆ GI ਨੂੰ, ਆ ਸਾਰਿਆਂ ਨੂੰ ਹਨਾ, ਅਸੀਂ ਸਪੋਰਟ ਹੀ ਕਰਦੇ ਹਾਂ। ਮਨਵੀਰ ਸਿੰਘ ਹੋਣੀ ਵਰਗੇ ਆ, ਮੈਨੂੰ ਪਤਾ ਵਾ ਕਿ ਇਹ ਉਸ ਤਰ੍ਹਾਂ ਦੇ ਬੰਦੇ ਆ ਕਿ ਕਦੇ ਕੋਈ ਪਤਾ ਲੱਗੇ ਨਾ ਕਿ ਯਾਰ ਕੋਈ ਆਪਣਾ ਆ ਰਿਹਾ, ਭੈਣ ਭਰਾ ਆ ਰਿਹਾ ਹਨਾ, ਕਿ ਫੁੱਲ ਸਪੋਰਟ ਕਰਦੇ ਆ ਕਿ ਚਲੋ ਯਾਰ ਜੋ ਸਾਨੂੰ ਦਿੱਕਤਾਂ ਹੋਈਆਂ ਗਾਹ ਨਾ ਹੋਵੇ ਹਨਾ, ਕਿ ਚਲੋ ਅਸੀਂ 0 ਤੋਂ ਸ਼ੁਰੂ ਕੀਤਾ, ਜੇਕਰ ਅਸੀਂ ਇਹਨਾਂ ਨੂੰ 5 ਤੋਂ ਵੀ ਸ਼ੁਰੂ ਕਰਾ ਦਿੰਦੇ ਆ ਕਿ ਥੋੜਾ ਇੱਕ ਫਾਸਟ ਫਾਰਵਰਡ ਸਟੈਪ ਹੋ ਜਾਂਦਾ ਹਨਾ। ਹਾਂਜੀ, ਤੁਹਾਡਾ ਕੀ ਮੈਸੇਜ ਆ ਜਿਹੜੇ ਯੂਥ ਆਪਣੇ ਪੰਜਾਬ ਤੋਂ ਆ ਰਿਹਾ ਵਾ, ਹਾਂਜੀ ਬਾਹਰ ਪੜ੍ਹਨ ਆ ਰਹੇ ਆ, ਉਹਨਾਂ ਲਈ ਕੋਈ ਇੱਕ ਸੰਕੇਤ ਜਾਂ ਮੈਸੇਜ ਦੱਸੋ। ਹਾਂਜੀ ਬਈ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਹਨਾ ਵੀ ਆਪਣਾ ਡੋਂਟ ਵੇਸਟ ਯੂਅਰ 20s, ਵੀ ਆਪਣਾ ਵਧੀਆ ਏਮ ਲੈ ਕੇ ਆਈਏ ਆਪਾਂ, ਵੀ ਹਾਂ ਆਪਾਂ ਜਾ ਕੇ ਫਾਈਨੈਂਸ਼ੀਅਲ ਤੌਰ ਤੇ, ਮੈਂਟਲ ਤੌਰ ਤੇ, ਫਿਜ਼ੀਕਲ ਤੌਰ ਤੇ ਤਿੰਨੇ ਤੌਰ ਤੇ ਫਿੱਟ ਰਹਿਣਾ ਵਾ। ਆਪਾਂ ਇੱਥੇ ਜੇ ਵਧੀਆ ਪ੍ਰੋਪਰ ਤਰੀਕੇ ਨਾਲ ਫਾਈਨੈਂਸ਼ੀਅਲ ਤੌਰ ਤੇ ਫਿੱਟ ਹੁੰਦੇ ਹਾਂ, ਤੇ ਇਹਦਾ ਮਤਲਬ ਆਹ ਨਹੀਂ ਹੈਗਾ ਵੀ ਤੁਸੀਂ ਸਾਰਾ ਦਾ ਸਾਰਾ ਟੱਬਰ ਹੀ ਗਾਂਹ ਕਹੋ, ਵੀ ਤੁਸੀਂ ਵੀ ਇੱਥੇ ਹੀ ਆ ਜਾਓ ਤੇ ਪਿੱਛੇ ਜੋ ਹੈਗਾ ਵੇਚ ਵੱਟ ਦਿਓ। ਇਹਦੇ ਨਾਲ ਚੰਗਾ ਆ ਜਿੱਥੇ ਬਾਹਰਲੀਆਂ ਸਟੇਟਾਂ ਦੇ ਬੰਦੇ ਆ ਕੇ ਪੈਲੀਆਂ ਖਰੀਦਣ ਦੇ ਜਾਂ ਪ੍ਰੋਪਰਟੀਆਂ ਖਰੀਦਣ ਦੇ ਆ, ਆਪਾਂ ਇੱਥੇ ਕਰਨ ਡਏ ਆ, ਆਪਾਂ 10% 20% ਕੱਢ ਕੇ ਪਿੱਛੇ ਵੀ ਕੋਈ ਨਾ ਕੋਈ ਕੰਮ ਚਲਾਈਏ ਤੇ ਕੋਈ ਨਾ ਕੋਈ ਬਿਜ਼ਨਸ ਰੱਖੀਏ, ਜਾਂ ਜਿੱਥੋਂ ਪੈਲੀ ਹੈਗੀ ਆ ਉਹ ਪੈਲੀ ਵਧਾਵੇ ਉੱਥੇ ਹਨਾ, ਤੇ ਜਿੱਥੋਂ ਨਹੀਂ ਹੈਗੀ ਆ ਡਰ ਗਿਆ ਤੋਂ ਉਹ ਪੈਲੀ ਖਰੀਦੇ। ਸੋ ਇਹ ਚੀਜ਼ ਏਦਾਂ ਦੇ ਏਮ ਲੈ ਕੇ ਆਈਏ ਆਪਾਂ, ਆਪਾਂ ਆਹ ਸੋਚ ਕੇ ਨਾ ਆਈਏ ਵੀ ਬਸ ਹੁਣ ਮੈਂ ਤੁਰ ਗਿਆ ਵਾ, ਮੈਂ ਸਾਰਾ ਸਾਰਾ ਟੱਬਰ ਹੀ ਉੱਥੇ ਸਾਧ ਲੈਣਾ, ਉੱਥੇ ਅਸੀਂ ਨੁਕਸਾਨ ਕਰਨ ਡਏ ਹਾਂ। ਤੇ ਜੇ ਆਪਾਂ ਆਪ ਆਏ ਹਾਂ ਪਰਿਵਾਰ ਵਿੱਚੋਂ, ਪਿੱਛੇ ਪਰਿਵਾਰ ਉੱਥੇ ਆ, ਉਹਨਾਂ ਨੂੰ ਵਧੀਆ ਉੱਥੇ ਸਟਰੋਂਗ ਕਰੋ, ਉਹਨਾਂ ਨੂੰ ਕੋਈ ਕੰਮ ਕਾਰ ਵਧੀਆ ਚਲਾ ਕੇ ਦਿਓ ਹਨਾ, ਜਿੱਥੇ ਬਾਕੀ ਲੋਕ ਚਲਾਉਂਦੇ ਪਏ ਆ, ਫਿਰ ਉਹ ਕਿਤੇ ਨਾ ਕਿਤੇ ਪੰਜਾਬ ਦੀ ਹੈਲਪ ਆ, ਪੰਜਾਬ ਵੀ ਫਾਈਨੈਂਸ਼ੀਅਲ ਤੌਰ ਤੇ ਤਗੜਾ ਹੋਊਗਾ। ਤੇ ਦੂਜੀ ਜਿਹੜੀ ਮਦਦ ਕਰਦੇ ਆ ਆਪਾਂ ਆਪਣੇ, ਮੋਸਟਲੀ ਬਹੁਤ ਬੰਦੇ ਹਨਾ ਹੁਣ ਵੀ ਪਿੱਛੇ ਜਿਹੜੀ ਭੈਣ ਦਾ ਪਾਇਆ ਹੈਗਾ, ਤੇ ਦੋਵਾਂ ਦਿਨਾਂ ਦੇ ਵਿੱਚ $1,000 ਹਨਾ ਆ ਗਏ। ਉਹਦੀ ਭੈਣ ਦਾ ਜਿਹੜਾ ਮਾਮੇ ਦਾ ਘਰੇ ਮੁੰਡਾ ਹੈਗਾ, ਉਹਨੇ ਆਪਾਂ ਨਾਲ ਕਨੈਕਟ ਕੀਤਾ ਸੀ, ਤੇ ਉਹ ਭੈਣ ਪਹਿਲਾਂ ਵੀ ਥੋੜਾ ਠੀਕ ਨਹੀਂ ਸੀਗੀ, ਥੋੜਾ ਦਿਮਾਗੀ ਤੌਰ ਤੇ। ਤੇ ਉਹ ਮੁੰਡਾ ਕਹਿੰਦਾ ਸੀ ਵੀ ਜਦੋਂ ਉਹਨੇ ਏਅਰਪੋਰਟ ਤੇ ਸੀਗੀ ਜਿੱਦਣ ਆਉਣਾ ਸੀਗਾ, ਉਦਣ ਵੀ ਉਹ ਏਅਰਪੋਰਟ ਤੇ ਬੇਹੋਸ਼ ਹੋ ਗਈ ਸੀਗੀ। ਸੋ ਕਿਤੇ ਨਾ ਆਪਾਂ ਜੇ ਕਹੀਏ ਹਨਾ ਵੀ ਘਰਦਿਆਂ ਨੂੰ ਵੀ ਬਹੁਤਾ ਨੀ ਏਦਾਂ ਅਣਗਹਿਲ ਨੀ ਚਾਹੀਦੀ, ਨਿੱਕੀ ਮੋਟੀ ਗੱਲ। ਕਈ ਵਾਰੀ ਆਪਣਾ ਕੋਈ ਸਾਡਾ ਛੋਟਾ ਭਾਈ ਕਹਿੰਦਾ ਹੁੰਦਾ ਵੀ ਯਾਰ ਮੈਂ ਠੀਕ ਨਹੀਂ ਆ ਜਾਂ ਮੈਂ ਕੁਛ ਨਹੀਂ ਆ, ਸੋ ਐਂ ਨੀ ਇੰਨਾ ਵੀ ਨੀ ਕਰਨਾ ਚਾਹੀਦਾ ਵੀ ਨਹੀਂ ਨਹੀਂ ਕੋਈ ਨੀ ਚੱਲ ਚੱਲ, ਥੋੜਾ ਬਹੁਤਾ ਗੱਲ ਚਾਹੀਦੀ ਆ। ਸੋ ਜੇ ਉਹ ਨਾ ਉੱਥੇ ਵਿਚਾਰੀ ਉਹ ਕਹਿੰਦਾ ਵੀ ਉੱਥੇ ਵੀ ਹੋਸ਼ ਹੋਈ ਆ, ਅਗਲੇ ਦਿਨ ਫਲਾਈਟ ਕੈਂਸਲ ਕਰਾ ਕੇ ਉਹਦੀ ਇੱਕ ਦਿਨ ਬਾਅਦ ਦੀ ਕਰਾਤੀ, ਉਹ ਫਿਰ ਵਿਚਾਰੀ 12 ਮਹੀਨੇ ਬਾਅਦ ਉਹਨੇ ਹਨਾ ਆਹ ਕੰਮ ਹੋ ਗਿਆ। ਸੋ ਆਹ ਚੀਜ਼ ਆ, ਆਪਾਂ ਥੋੜਾ ਜਿਹਾ ਜਿੱਥੇ 10 ਦਿਨ ਲੱਗਣ ਦੇ ਉੱਥੇ ਭਾਵੇਂ 20 ਦਿਨ ਬਾਅਦ ਆ ਜਾਈਏ, ਪਰ ਆਪਣੇ ਆਪ ਨੂੰ ਮੈਂਟਲੀ ਪੂਰਾ ਸਟਰੋਂਗ ਕਰਕੇ ਆਈਏ। ਭਾਈ ਆਪਣਾ ਥੋੜਾ ਜਿਹਾ ਦੱਸਿਓ ਹੁਣ, ਆਪਣੇ ਕੋਲ ਅਖੀਰ ਤੇ ਰਹਿ ਗਏ 10 ਮਿੰਟ ਰਹਿ ਗਏ ਆ, ਆਪਣਾ ਤੁਸੀਂ ਉਹ ਜਿਹੜੀ ਚਾਰਟਰ ਲਾਈਫ ਯੂਨੀਵਰਸਿਟੀ ਆ ਜਾਂ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਆ, ਤੁਹਾਡੇ ਫਿਊਚਰ ਪਲਾਨਸ ਕੀ ਆ, ਜੇਕਰ ਤੁਸੀਂ ਸ਼ੇਅਰ ਕਰ ਸਕੋ, ਤੇ ਜੇਕਰ ਕੋਈ ਤੁਹਾਡੇ ਨਾਲ ਅਟੈਚ ਹੋਣਾ ਚਾਹੁੰਦਾ ਹਨਾ ਉਹ ਚੀਜ਼ ਦੇ ਥਰੂ, ਤੇ ਉਹਦੇ ਬਾਰੇ ਉਹ ਕੀ ਪ੍ਰੋਸੈਸ ਆ। ਹਾਂਜੀ, ਸੋ ਪਹਿਲਾਂ ਮੈਂ ਜਿੱਦਾਂ ਕੱਲਾ ਚਾਰਟਰ ਲਾਈਫ ਫਿਟਨੈਸ ਚਲਾਇਆ ਸੀਗਾ, ਤੇ ਫਿਰ ਮੈਂ ਜਦੋਂ ਵੇਖਿਆ ਵੀ ਹਨਾ ਫਿਟਨੈਸ ਦੇ ਵਿੱਚ ਵੀ ਇੱਦਾਂ ਹੈ ਵੀ ਫਿਟਨੈਸ ਜੇ ਤੁਸੀਂ ਹਨਾ ਫਿੱਟ ਵੀ ਰਹਿਣਾ ਵਾ, ਤੇ ਉਹਦੇ ਲਈ ਤੁਸੀਂ ਦਿਮਾਗੀ ਤੌਰ ਤੇ ਵੀ ਸਹੀ ਹੋਣੇ ਚਾਹੀਦੇ ਆ। ਜਿਹੜੇ ਬੰਦੇ ਦੇ ਘਰ ਦੇ ਵਿੱਚ ਕੋਈ ਸਟ੍ਰੈਸ ਹੈ ਨਾ, ਜਾਂ ਜਿਹਦੇ ਘਰ 'ਚ ਕੋਈ ਪ੍ਰੋਬਲਮ ਚੱਲਣ ਡਈ ਆ, ਜਾਂ ਜਿਹਦੀ ਲਾਈਫ 'ਚ ਕੋਈ ਪ੍ਰੋਬਲਮ ਚੱਲਣ ਡਈ ਆ, ਉਹ ਬੰਦਾ ਫਿੱਟ ਨਹੀਂ ਹੋ ਸਕਦਾ। ਕਿਉਂਕਿ ਕਈ ਆਪਣੇ ਵੀਰ ਹੁਣ ਪਿੱਛੇ ਨਾ ਟਰੈਕਿੰਗ ਬਹੁਤ ਜ਼ਿਆਦਾ ਸਲੋ ਹੋਈ ਜਦੋਂ USA ਦੇ ਵਿੱਚ, ਤੇ ਆਪ ਮੈਨੂੰ ਲੱਗਦਾ ਵੀ ਮੈਨੂੰ 30-40 ਬਾਈਆਂ ਨੇ ਕਿਹਾ ਵੀ ਬਾਈ ਯਾਰ ਜਮਾ ਹੀ ਔਖਾ ਹੋਇਆ ਪਿਆ, ਕੰਮ ਚੱਲੇ ਨੀ, ਕਹਿੰਦਾ ਪਹਿਲਾਂ ਵਧੀਆ ਮਨ ਕਰਦਾ ਹੁੰਦਾ ਹੁਣ ਮਨ ਹੀ ਨਹੀਂ ਕਰਨ ਡਿਆ, ਕਿਉਂਕਿ ਆਪਾਂ ਦਿਮਾਗੀ ਤੌਰ ਤੇ ਨੀ ਸਹੀ। ਸੋ ਇਹ ਚਾਰਟਰ ਲਾਈਫ ਯੂਨੀਵਰਸਿਟੀ ਮੈਂ ਇੱਥੇ ਕੰਮ ਕਰਨ ਡਿਆ ਵੀ ਇੱਕ ਹਿਸਾਬ ਦੀ ਆਨਲਾਈਨ ਯੂਨੀਵਰਸਿਟੀ ਵਾਂਗੂ ਆਪਾਂ ਰੈਡੀ ਕਰਾਂਗੇ, ਤੇ ਜਿਹਦੇ ਵਿੱਚ ਆਪਾਂ ਜਿੱਦਾਂ ਅਣਗਿਣਤ ਬੰਦੇ ਹਨਾ ਐਡ ਹੋ ਸਕੀਏ, ਇਕੱਠੇ ਆਪਾਂ ਸਟਿਚ ਸੈਸ਼ਨ ਚਲਾਇਆ ਕਰਾਂਗੇ ਵੀ ਕਿੱਦਾਂ ਆਪਾਂ ਫਾਈਨੈਂਸ਼ੀਅਲ ਤੌਰ ਤੇ ਸਾਈਡ ਬਾਈ ਸਾਈਡ ਕਿਹੜੀਆਂ ਚੀਜ਼ਾਂ ਕਰ ਸਕਦੇ ਹਾਂ, ਘਰੋਂ ਉੱਠ ਕੇ ਕੰਮ ਤੇ ਗਏ
ਕੰਮ ਤੇ ਜੇ ਬ੍ਰੇਕ ਹੋਈ ਹੈ ਘੰਟੇ ਦੀ, ਉੱਥੇ ਟਾਈਮ ਪਾਸ ਕਰਕੇ ਕੰਮ ਕਰਕੇ ਵਾਪਸ ਆ ਗਏ ਤੇ ਫਿਰ ਆ ਕੇ ਸੋ ਗਏ ਆ, ਏਦਾਂ ਨਹੀਂ ਗੱਲ ਬਣਨੀ ਹੈਗੀ, ਹਨਾ, ਇਹ ਆਪਣਾ ਟਾਈਮ ਵੇਸਟ ਆ। ਸੋ ਇਹੀ ਜੇ ਆਪਾਂ ਉਹ ਘੰਟੇ ਦੇ ਵਿੱਚ ਬਹੁਤ ਇਹੋ ਜਿਹੀਆਂ ਆਨਲਾਈਨ ਚੀਜ਼ਾਂ ਹੈਗੀਆਂ ਵਾ ਜਿਹੜੀਆਂ ਆਪਾਂ ਸਾਈਡ ਬਾਈ ਸਾਈਡ ਫਾਈਨੈਂਸ਼ੀਅਲ ਤੌਰ ਤੇ ਹਨਾ ਫਿੱਟ ਹੋਣ ਵਾਸਤੇ ਕਰ ਸਕਦੇ ਹਾਂ, ਗਰੋ ਕਰਨ ਵਾਸਤੇ ਕਰ ਸਕਦੇ ਹਾਂ। ਕਈ ਜਿੱਦਾਂ ਹੁਣ ਮੈਂ ਪਿੱਛੇ ਨਾ ਮੈਨੂੰ ਲਿਖਣ ਦਾ ਪਹਿਲਾਂ ਸੀਗਾ, ਪਰ ਮੈਂ ਕਦੀ ਵੀ ਅਪਲੋਡ ਨਹੀਂ ਕੀਤੀ ਵੀਡੀਓ, ਤੇ ਮੈਂ ਕਿਹਾ ਵੀ ਹਨਾ ਵੀ ਚਲੋ ਜੇ ਪਾਉਂਦੇ ਆ ਵੀਡੀਓ, ਉਹ ਐਸੀ ਮੈਂ ਵੀਡੀਓ ਪਾਈ, ਉਹ ਗਾਹ ਮੈਨੂੰ ਲੱਗਦਾ ਵੀ ਉਹ 1 ਮਿਲੀਅਨ ਤੱਕ ਵਿਊ ਹੋ ਗਿਆ ਉਹਦਾ, ਹਨਾ, ਤੇ ਹੁਣ ਗਾਹ ਮੈਂ ਉਹੀ ਉਹਨੂੰ ਉਹ ਇੱਕ ਹਿਸਾਬ ਦਾ ਮੋਟੀਵੇਸ਼ਨਲ ਸਟਰੋਂਗ ਸੀਗਾ, ਤੇ ਉਹ ਮੈਂ ਇੱਦਾਂ ਲਿਖਿਆ ਹੈਗਾ ਵੀ ਜਵਾਨੀ ਮਿਹਨਤ ਚਲਾਈ ਜੱਟ ਕਰਦੇ ਕਮਾਈ, ਗਰੀਬੀ ਸੀਗੀ ਪਹਿਲਾਂ ਉਹ ਵੀ ਹੱਸ ਕੇ ਹੰਢਾਈ, ਬਾਪੂ ਕਰਦਾ ਪ੍ਰਾਊਡ ਕਦੇ ਪਿੱਠ ਨੀ ਵਿਖਾਈ, ਤੇ ਨੱਡੀਆਂ ਦੇ ਪਿੱਛੇ ਨੀ ਉਹ ਕਰਦੇ ਲੜਾਈ, ਭੈਣ ਯਾਰ ਦੀ ਜੀ ਹੋਵੇ ਕਦੀ ਅੱਖ ਨੀ ਮਿਲਾਈ, ਉਹ ਇੱਦਾਂ ਦੀਆਂ ਲਾਈਨਾਂ ਹੈਗੀਆਂ। ਤੇ ਗਾਂ ਹੁਣ ਆਇਆ ਪਤਾ ਲੱਗਾ ਵੀ ਮੇਰੇ ਨਾਲ ਹੋਰਾਂ ਨੂੰ ਵੀ ਪਸੰਦ ਆਈ ਆ, ਤੇ ਠੀਕ ਆ ਮੈਂ ਉਹ ਐਜ਼ ਅ ਸੌਂਗ ਵੀ ਕਰ ਦੂੰਗਾ ਕਿਤੇ ਨਾ ਕਿਤੇ, ਆ ਉਹਦੇ ਨਾਲ ਆਪਾਂ ਨੂੰ ਮੈਂਟਲੀ ਤੌਰ ਤੇ ਵੀ ਵਧੀਆ, ਆਪਾਂ ਸੈਟੀਸਫਾਈ ਹੋਵਾਂਗੇ, ਫਾਈਨੈਂਸ਼ੀਅਲ ਤੌਰ ਤੇ ਵੀ ਉਹ ਚੀਜ਼ ਗੁੱਡ ਆ। ਕਈ ਬੰਦਿਆਂ ਨੂੰ ਹਨਾ ਆਰਟ ਕਰਨੀ ਵੀ ਪਸੰਦ ਆ, ਸਕੈਚ ਬਣਾਉਣੇ ਪਸੰਦ ਆ, ਤੁਸੀਂ ਯਾਰ ਜੇ ਤੁਸੀਂ ਘੰਟਾ ਟਾਈਮ ਹੈਗਾ ਤੁਸੀਂ ਆਨਲਾਈਨ ਸਕੈਚ ਬਣਾ ਕੇ ਅਪਲੋਡ ਕਰਨੇ ਸਟਾਰਟ ਕਰੋ, ਠੀਕ ਆ, ਜਿਹਨੂੰ ਪਸੰਦ ਆਊਗਾ ਕਿਸੇ ਬੰਦੇ ਨੂੰ, ਤੁਸੀਂ ਕਿਸੇ ਤੋਂ ਸਕੈਚ ਬਣਾਉਣਾ ਵਾ, ਠੀਕ ਹੈ, ਤੁਸੀਂ ਉਹਨੂੰ ਕਹਿ ਦੋ ਮੇਰਾ ਸਕੈਚ ਬਣਾ ਦਿਓ, ਤੁਸੀਂ ਕਹੋ ਵੀ ਆਓ, ਕਹਿ ਦੇ ਵੀ ਹਾਂ ਮੈਂ ਬਾਈ ਮੇਰਾ 1 ਘੰਟਾ ਲੱਗਣਾ ਵਾ, ਲੈ ਮੈਂ $100 ਲਊਂਗਾ ਤੇਰੇ ਤੋਂ, ਓਦਾਂ ਤਾਂ $20 ਵੀ ਨੀ ਮਿਲਦੇ। ਬਿਲਕੁਲ ਜੀ, ਹੁਣ ਦੀ ਜੇ ਮੈਨੂੰ ਸੀਗੀ ਨੌਲੇਜ ਤੇ ਮੈਂ ਨਾਲ ਨਾਲ ਪਿੱਛੇ ਸਪੋਰਟਸ ਬੈਕਗਰਾਉਂਡ ਸੀਗਾ, ਨਾਲ ਨਾਲ ਮੈਂ ਸਰਟੀਫਿਕੇਸ਼ਨਾਂ ਕੀਤੀਆਂ, ਜੇ ਮੈਂ ਉਹ ਚੀਜ਼ ਹੈਨਾ ਜਿਹੜੀ ਚੀਜ਼ ਹੁਣ ਮੇਰੀ ਜੇ ਦੱਸਣ ਦੇ ਨਾਲ ਕਿਸੇ ਨੂੰ ਹੈਲਪ ਹੋਣ ਰਹੀ ਆ, ਹੋਰ ਬੰਦਿਆਂ ਨੂੰ ਹੈਲਪ ਹੋਣ ਰਹੀ, ਜੇ ਮੈਂ ਆਪਣਾ 1/2 ਘੰਟਾ 40 ਮਿੰਟ 1 ਘੰਟਾ ਲਾ ਕੇ ਕਿਸੇ ਦਾ ਸਕੈਜੂਲ ਰੈਡੀ ਕਰਨ ਡਿਆ ਵਾ, ਤੇ ਉਹ ਬੰਦਾ ਮੈਨੂੰ ਪੇ ਕਰਨ ਡਿਆ ਵਾ, ਹਨਾ। ਸੋ ਇਹ ਚੀਜ਼ਾਂ ਹਰੇਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੈਗਾ ਵਾ, ਕੋਈ ਬੰਦੇ ਨੂੰ ਬੋਲਣ ਦਾ ਵਧੀਆ ਸ਼ੌਂਕ ਆ, ਤੁਸੀਂ ਆਪਣਾ ਕੋਈ ਚੈਨਲ ਸਟਾਰਟ ਕਰ ਦਿਓ ਆਨਲਾਈਨ, ਹਨਾ, ਕਿਸੇ ਹੋਰ ਚੈਨਲ ਦੇ ਵਿੱਚ, ਕਈ ਇੱਥੇ ਆਨਲਾਈਨ ਨਿਊਜ਼ ਚੈਨਲ ਹੈਗੇ ਆ ਜਿਹੜੇ ਤੁਹਾਨੂੰ ਥੋੜੇ ਟਾਈਮ ਲਈ ਬਸ ਹਾਇਰ ਕਰਦੇ ਆ, ਜਿੱਦਾਂ ਮੇਰੀ ਪਿੱਛੇ ਇੱਕ ਵੀਰ ਨਾਲ ਇੰਟਰਵਿਊ ਹੋਈ ਆ, ਉਹ ਕੰਮ ਕੋਈ ਹੋਰ ਕਰਦਾ ਵਾ, ਪਰ ਉਹਨੇ ਇੰਟਰਵਿਊ ਮੇਰੀ ਹਨਾ ਕੀਤੀ, ਉਸ ਤੋਂ ਬਾਅਦ ਮੇਰੇ ਨਾਲ ਉਹਦੀ ਗੱਲ ਹੋਈ, ਉਹ ਕਹਿੰਦਾ ਵੀ ਮੈਨੂੰ ਚੈਨਲ ਨੇ ਕਿਹਾ ਵਾ ਜਿੰਨੇ ਟਾਈਮ ਦੀ ਇੰਟਰਵਿਊ ਹੋਊਗੀ ਉਨੇ ਟਾਈਮ ਦੇ ਹਿਸਾਬ ਨਾਲ ਤੈਨੂੰ 12 ਵਾਰ ਇੰਨੇ ਪੈਸੇ ਦੇ ਦਾਂਗੇ ਆਪਾਂ। ਸੋ ਸਾਈਡ ਬਾਏ ਸਾਈਡ ਬਹੁਤ ਚੀਜ਼ਾਂ ਹੈ, ਬਸ ਆਇਆ ਵੀ ਆਪਾਂ ਨੂੰ ਧਿਆਨ ਦੇਣਾ ਪੈਣਾ ਥੋੜ੍ਹਾ ਜਿਹਾ ਆਪਣਾ, ਜੇ ਹੁੰਦਾ ਨਾ ਆਪਾਂ ਬੋਡੀ ਦੇ ਵਿੱਚ ਆਪਣੇ ਡੋਪਾਮਾਈਨ ਲੈਵਲ ਜਿਹੜਾ ਵਾ ਉਹਨੂੰ ਸੈੱਟ ਗਲਤ ਕੀਤਾ ਹੋਇਆ ਵਾ, ਹੁਣ ਕਈ ਆਪਣੇ ਯੂਥ ਹੈਗਾ ਵਾ ਡੋਪਾਮਾਈਨ ਲੈਵਲ ਹੀ ਆਪਾਂ ਸੈੱਟ ਕਰ ਲਿਆ ਵੀ ਲਿਆ ਮੈਂ ਕਿਸੇ ਨੂੰ ਨੈੱਟ ਤੇ ਗਾਲ ਕੱਢਣੀ ਹੈ, ਹਾਂਜੀ ਡੋਪਾਮਾਈਨ ਲੈਵਲ ਯਾਰ ਆਪਣਾ ਸੈੱਟ ਕਰੀਏ ਆਪਾਂ ਵੀ, ਮੈਂ ਵਧੀਆ ਕੋਈ ਹੈ ਨਾ ਆਪਣਾ ਵਰਕਆਊਟ ਲਾ ਲਾ, ਕੋਈ ਵਧੀਆ ਚੀਜ਼ ਲਿਖ ਲਾ, ਕੋਈ ਵਧੀਆ ਚੀਜ਼ ਸੁਣ ਲਾ, ਕੋਈ ਵਧੀਆ ਚੀਜ਼ ਪੜ੍ਹ ਲਾ, ਜਿੱਦਾਂ ਜਿੱਦਾਂ ਬਈ ਥੋੜੇ ਦਿਮਾਗ ਆਪਣਾ ਆਪਾਂ ਡਿਵੈਲਪ ਕਰੀਏ ਨਾ ਓਦਾਂ ਓਦਾਂ ਚੀਜ਼ ਗੁੱਡ ਹੋਈ ਜਾਣੀ ਆ। ਮੈਨੂੰ ਕਈ ਜਣੇ ਹਨਾ ਕਹਿੰਦੇ ਵੀ ਤੂੰ ਝੂਠ ਬੋਲਦਾ ਵੀ ਹਨਾ 21 ਸਾਲ ਉਮਰ ਨੀ ਹੈਗੀ ਤੂੰ ਵੀ ਹਨਾ ਵੀ ਇੱਥੇ ਕਰਨ ਵਾਸਤੇ ਸਾਇਨਮ ਵਗੈਰਾ, ਕਿਉਂਕਿ ਛੋਟੀ ਉਮਰ ਚ ਵਧੀਆ ਹੋ ਜਾਂਦਾ ਸਿਸਟਮ ਹਨਾ, ਵੀ ਤੂੰ ਤਾਂ ਕਰਕੇ ਉਮਰ ਘੱਟ ਸ਼ੋ ਕੀਤੀ ਆ। ਸੋ ਇਹ ਤਾਂ ਮੈਂ ਉਹਨੂੰ ਆਹ ਚੀਜ਼ ਕਹਿੰਦਾ ਹੁੰਦਾ ਵੀ ਯਾਰ ਮੈਨੂੰ ਆਹ ਨਾ ਕਹਿ ਵੀ ਤੂੰ 21 ਦੇ ਵਿੱਚ ਇੱਦਾਂ ਨਹੀਂ ਸੋਚ ਸਕਦਾ, ਤੂੰ ਆਪਣੇ ਆਪ ਨੂੰ ਕੁਐਸਚਨ ਕਰ ਵੀ ਤੂੰ ਕਿਉਂ ਨੀ ਸੋਚਣ ਡਿਆ। ਬਿਲਕੁਲ ਹਾਂ ਬਿਲਕੁਲ, ਜ਼ਿਆਦਾਤਰ ਇਹੀ ਹੁੰਦਾ ਕੁਛ ਵੀ ਜਦੋਂ ਇੰਡੀਆ ਜਾਈਦਾ ਨਾ ਤੇ ਉਹ ਕਹਿਣਗੇ ਉਹ ਯਾਰ ਤੁਹਾਡੀ ਅੰਗਲ ਆ ਜਿਹੜੀ ਮੈਚ ਕਰਦੀ ਆ ਹਨਾ, ਤੁਸੀਂ ਤੁਹਾਡੀ ਸੋਚ ਨੀ ਬੜੀ ਦੂਰ ਅੰਦੇਸ਼ੀ ਜੀ ਰੱਖਦੇ, ਤੁਸੀਂ ਆਪਣਾ ਜ਼ਿੰਦਗੀ ਚਿੱਲ ਕਰੋ ਹਨਾ, ਆਪਣਾ ਖਾਓ ਪੀਓ ਜਾਂ ਕੁੱਝ ਵੀ ਆ। ਤੇ ਮੈਂ ਕਈ ਵਾਰੀ ਆਪਣੇ ਜੀਵਨ ਤੇ ਗੱਲ ਕਰਦਾ ਹੁੰਦਾ, ਮੈਂ ਕਿਹਾ ਕਿ ਯਾਰ ਇਹ ਗੱਲ ਨੀ ਕਿ ਅਸੀਂ ਖਾਧਾ ਪੀਤਾ ਨੀ ਹੈ, ਠੀਕ ਹੈ, ਪਰ ਮੈਂ ਕਿਹਾ ਉਹ ਰਾਹ ਹੀ ਨੀ ਆ, ਜਿਹੜੇ ਰਾਹ ਤੁਸੀਂ ਗੱਲ ਕਰਦੇ ਹੋ ਰਾਹ ਹੀ ਨੀ ਹੈਗੇ, ਉਹ ਤਾਂ ਸਿਰਫ ਇੱਕ ਗ੍ਰੈਵਲ ਜੀ ਆ ਕਿ ਤੁਸੀਂ ਸੋਚਦੇ ਕਿ ਹਾਂ ਕੋਈ ਨੀ ਆ ਗ੍ਰੈਵਲ ਤੋਂ ਬਾਅਦ ਚੰਗੀ ਰੋਡ ਆਉਣੀ ਆ। ਮੈਂ ਕਿਹਾ ਉਹੀ ਇੱਕ ਮੈਂਟਲੀ ਲੈਵਲ ਤੇ ਤੁਹਾਡਾ ਚੀਜ਼ ਹੈਗੀ ਆ ਕਿ ਹਾਂ ਫੋਰ ਦੀ ਟਾਈਮਿੰਗ ਮੈਂ ਡਰਿੰਕ ਕਰ ਲਈ ਆ, ਫੋਰ ਦੀ ਟਾਈਮਿੰਗ ਮੈਂ ਸਮੋਕ ਕਰ ਲਈ ਆ ਹਨਾ। ਮੇਰਾ ਬੜੀ ਵਾਰੀ ਵਾਹ ਪੈਂਦਾ ਵਾ ਪਰਸਨਲ ਲਾਈਫ ਦੇ ਵਿੱਚ ਵੀ ਆ ਹਨਾ, ਜਿਹਨੂੰ ਹੁੰਦਾ ਕਿ ਜਿਹੜੇ ਬੰਦੇ ਨਾਲ ਮੇਰੀ ਅਟੈਚਮੈਂਟ ਹੋ ਜਾਏ ਨਾ, ਭਾਵੇਂ ਤੁਹਾਡੀ ਰਿਲੇਸ਼ਨਸ਼ਿਪ ਤੌਰ ਤੇ ਆ ਹਨਾ, ਭਾਵੇਂ ਤੁਹਾਡੇ ਪਰਿਵਾਰਕ ਤੌਰ ਤੇ ਆ, ਜੇਕਰ ਉਹ ਕਿਸੇ ਗਲਤ ਰਾਹ ਚੱਲਦਾ ਨਾ, ਮੇਰਾ ਕਹਿਣ ਦਾ ਮਕਸਦ ਹੁੰਦਾ ਕਿ ਵੇਖੋ ਤੁਸੀਂ ਆਪਣੇ ਕਰਮ ਲੈ ਕੇ ਆਏ, ਜੇ ਚੜ੍ਹਦੀ ਕਲਾ ਵਾ ਮਹਾਰਾਜ ਨੇ ਤੁਹਾਨੂੰ ਸੋਝੀ ਬਖਸ਼ੀ, ਤੁਸੀਂ ਉਹ ਸੋਝੀ ਉਹਨੂੰ ਕੰਪੈਕਟ ਕਰਕੇ ਆਪਣੇ ਤੱਕ ਰੱਖ ਲਈ, ਠੀਕ ਆ, ਤੁਸੀਂ ਗਾਂ ਤੱਕ ਮੈਸੇਜ ਨੇ ਡਿਲੀਵਰ ਕੀਤਾ, ਹਾਂਜੀ, ਫਿਰ ਗੁਰੂ ਨਾਨਕ ਦੇ ਪਾਸ਼ਾ ਨਾਲ ਅੱਖਾਂ ਮਿਲਾ ਲਾਂਗੇ ਆਪਾਂ ਕਿਤੇ, ਹਾਂਜੀ ਹਾਂਜੀ ਹਾਂਜੀ, ਅਸੀਂ ਇਹੀ ਸੋਚ ਕੇ ਚੱਲ ਜਾਂਦੇ ਯਾਰ ਉਹ ਬੰਦਾ ਸਮੋਕ ਕਰਦਾ, ਉਹ ਬੰਦਾ ਡਰਿੰਕ ਕਰਦਾ, ਭਾਈ ਸਾਡਾ ਕਿੰਨਿਆਂ ਦਾ ਵਾਹ ਪਿਆ ਹੋਊਗਾ ਜਿਹੜੀਆਂ ਚੀਜ਼ਾਂ ਕਰਦੇ ਹੋਣਗੇ, ਕਿੰਨਿਆਂ ਦੇ ਜੀਵਨ ਚ ਪਲਟੀ ਵੱਜੀ ਹੋਊਗੀ, ਉਹ ਭਾਵੇਂ ਬੰਦੇ ਭਾਵੇਂ ਬੀਬੀਆਂ ਹਨਾ। ਜੇਕਰ ਤਾਂ ਮੈਂ ਇਹ ਸੋਚ ਕੇ ਚੱਲਾਂ ਹਾਂ ਯਾਰ ਫੋਰ ਦੀ ਟਾਈਮ ਬੀਂਗ ਹਨਾ, ਉਹ ਪਰਸਨ ਦੇ ਨਾਲ ਮੇਰਾ ਕਨੈਕਸ਼ਨ ਹੈਗਾ ਸੀ, ਉਹ ਕਾਫੀ ਮਹੀਨੇ ਦਾ ਕਨੈਕਸ਼ਨ ਬੜਾ ਸੋਹਣਾ ਨਿਕਲਿਆ, ਪਰ ਉਹ 3 ਮਹੀਨੇ ਜਾ ਕੇ ਉਹ ਪਰਸਨ ਗਲਤ ਕੰਮਾਂ ਚ ਪੈ ਗਿਆ ਤੇ ਮੈਂ ਉਹਨੂੰ ਹੁਣ ਛੱਡਦਾ। ਮੈਂ ਇਹ ਕਿਉਂ ਨੀ ਸੋਚਦਾ ਕਿ ਮੈਂ ਆਪਣੀ ਬਾਣੀ ਹੋਰ ਵਧਾ ਲਾ, ਕਿ ਜਿਹੜੀ ਬਾਣੀ ਮੈਨੂੰ ਤਾਕਤ ਦੇਵੇ ਉਹ ਚੀਜ਼ ਨੀ ਲੜਨ ਵਾਸਤੇ, ਇਹਦਾ ਮਤਲਬ ਕਿ ਮੈਨੂੰ ਭਰੋਸਾ ਨੀ ਨਾ ਫਿਰ ਆਪਣੇ ਗੁਰੂ ਤੇ। ਜੇਕਰ ਤੁਹਾਡਾ ਭਰੋਸਾ ਤੁਹਾਡੇ ਗੁਰੂ ਤੇ ਹੈ, ਮੈਂ ਲਿਖ ਕੇ ਦੇਖਦਾ
ਕਿ ਜਿੱਥੇ ਤੁਹਾਡੇ ਜੀਵਨ ਦੇ ਵਿੱਚ ਪਲਟੀ ਵੱਜੀ ਹੈ ਨਾ, ਤੁਸੀਂ ਬਾਹਰੀ ਜੀਵਨ ਦੇ ਵਿੱਚ ਪਲਟੀਆਂ ਮਰਵਾ ਸਕਦੇ ਜੇ ਤੁਸੀਂ ਨਹੀਂ, ਪਰਮਾਤਮਾ ਚਾਹੇ ਤਾਂ। ਹਾਂਜੀ ਪਰਮਾਤਮਾ ਤੁਹਾਨੂੰ ਜੋੜਦਾ ਹੀ ਉਹਨਾਂ ਲੋਕਾਂ ਨਾਲ ਆ ਕਿ ਜਿੱਥੇ ਕਿ ਤੁਹਾਡਾ ਇੱਕ ਨਾ ਕੰਮ ਕਰਨ ਦਾ ਨਜ਼ਰੀਆ ਬਣ ਜਾਂਦਾ, ਸੇਵਾ ਬਣ ਜਾਂਦੀ ਹੈ। ਹੁਣ ਆਪਾਂ ਇੱਥੇ ਡਿਊਟੀਆਂ ਨਿਭਾਉਂਦੇ, ਤੁਸੀਂ ਟਰੈਕਿੰਗ ਚਲਾਉਂਦੇ ਜੇ ਜਾਂ ਕੁੱਝ ਵੀ ਕਹਿ ਲਈਏ, ਮੈਂ ਕਹਿੰਦਾ ਹੁੰਦਾ ਕਿ ਇਹਨੂੰ ਡਿਊਟੀ ਨਾ ਸਮਝਿਆ ਕਰੋ, ਇਹਨੂੰ ਸੇਵਾ ਸਮਝਿਆ ਕਰੋ। ਹਾਂਜੀ ਸੇਵਾ ਕਿਵੇਂ ਹੋਊਗੀ ਜੇਕਰ ਤੁਸੀਂ ਟਰੱਕ ਚਲਾ ਰਹੇ ਹੋ, ਟਰੱਕ ਦੇ ਵਿੱਚ ਤੁਸੀਂ ਗੁਰਬਾਣੀ ਲਾਈ ਹੈ, ਉਹ ਤੁਹਾਡੀ ਸੇਵਾ ਦੇ ਵਿੱਚ ਤਬਦੀਲ ਹੋ ਜਾਂਦੀ। ਹਾਂਜੀ ਜੀ ਹੁਣ ਤੁਸੀਂ ਇਹ ਸੋਚ ਕੇ ਚਲੋ ਕਿ ਯਾਰ ਤੁਸੀਂ ਆਪਣੇ, ਹੁਣ ਆਪਾਂ ਬੈਠੇ ਹਾਂ, ਮੈਂ ਇਹ ਚੀਜ਼ ਨੂੰ ਸੰਗਤ ਹੀ ਮੰਨਦਾ, ਮੈਂ ਇਹ ਚੀਜ਼ ਨੂੰ ਹੋਰ ਕੋਈ ਨਹੀਂ ਮੰਨਦਾ, ਕਿਉਂਕਿ ਇੱਥੇ ਆਪਾਂ ਕਦੇ ਗੱਡੀਆਂ ਦੀਆਂ ਗੱਲਾਂ ਨਹੀਂ ਕੀਤੀਆਂ, ਇੱਥੇ ਆਪਾਂ ਕੁੜੀਆਂ ਦੀਆਂ ਗੱਲਾਂ ਨਹੀਂ ਕੀਤੀਆਂ, ਇੱਥੇ ਆਪਾਂ ਇੱਕ ਅੰਦਰੂਨੀ ਗੱਲ ਕੀਤੀ ਹੈ ਜਿਹੜੀ ਰੂਹਾਨੀਅਤ ਦੀ ਗੱਲ ਆ, ਹਾਂਜੀ ਜਿਹੜਾ ਸਾਨੂੰ ਮੈਸੇਜ ਦਿੰਦੀ ਹੈ। ਸਾਡੀ ਸਰੀਰਕ ਭੁੱਖ ਸ਼ਾਇਦ ਸਾਰਿਆਂ ਦੀ ਸਿਮਿਲਰ ਹੋਵੇ, ਹਾਂਜੀ, ਪਰ ਜਿਹੜੀ ਤੁਹਾਡੀ ਰੂਹ ਦੀ ਭੁੱਖ ਵਾ ਉਹ ਪਰਮਾਤਮਾ ਦੀ ਆ, ਉਹ ਹਾਂਜੀ ਖੁਰਾਕ ਦਾ ਸੋਰਸ ਸਿਰਫ ਪਰਮਾਤਮਾ ਹੀ ਆ। ਹਾਂਜੀ ਤੇ ਜਿੱਥੇ ਪਰਮਾਤਮਾ ਦੀ ਗੱਲ ਹੋਵੇ, ਜਿੱਥੇ ਤੁਹਾਡਾ ਇਰਦ ਗਿਰਦ ਓਦਾਂ ਦਾ ਹੋਵੇ, ਤੁਹਾਨੂੰ ਉਹ ਚੀਜ਼ ਤੋਂ ਪੋਜ਼ਿਟਿਵ એનર્ਜੀ ਮਿਲਦੀ ਰਹੂਗੀ। ਹਾਂਜੀ ਮੈਂ ਆਪਣੀ ਗੱਲ ਦੱਸ ਦਿੰਦਾ, ਮੈਂ ਇੱਥੇ ਗੱਲ ਮੁਕਾਊਂਗਾ, ਆਪਣੇ 2 ਮਿੰਟ ਰਹਿ ਜਾਣੇ ਬਸ, ਤੁਹਾਨੂੰ ਮੈਂ ਰੈਪ ਅਪ ਕਰਨੀ ਦਊਂਗਾ। ਬਲਕੀਰਤ ਸਿੰਘ ਜਸਕੀਰਤ, ਅਸੀਂ ਸਾਰੇ ਪੰਜਾਬ ਤੋਂ ਆਏ ਰੀਸੈਂਟਲੀ, ਸਾਡਾ ਟਿਕਾ ਹੀ ਨਹੀਂ ਬਣਦਾ ਕਿ ਯਾਰ ਕੀ ਕਰਨੇ ਇੱਥੇ ਬਹਿ ਕੇ ਜਾਂ ਕੁਝ ਵੀ ਆ, ਤੇ ਮੈਂ ਉਹ ਚੀਜ਼ ਨੂੰ ਬੜਾ ਸੋਚਿਆ। ਮੈਂ ਕਿਹਾ ਕਿ ਯਾਰ ਅੱਛਾ ਠੀਕ ਆ, ਮੰਨ ਲਿਆ ਕਿ ਅਸੀਂ ਢੰਡੀ ਕਲਾਂ ਦੇ ਵਿੱਚ ਉਹ ਇੱਕ ਡਾਊਨਫਾਲ ਆਇਆ ਹੈ ਨਾ, ਕਿ ਯਾਰ ਕੀ ਕਰਨੇ ਇੱਥੇ ਵਾਪਸ ਚੱਲੀਏ, ਪਰ ਮੈਂ ਕਿਹਾ ਕਿ ਜਿੱਥੇ ਮਾਰਾਂਗੇ ਤੁਹਾਨੂੰ ਆਪਣੇ ਹੁਕਮ ਦੇ ਵਿੱਚ ਰੱਖਿਆ ਨਾ, ਜੇਕਰ ਉਹ ਹੁਕਮ ਨੂੰ ਮੰਨਣਾ ਸ਼ੁਰੂ ਕਰਦੇ ਹੋ, ਉਹਦੀ ਰਜ਼ਾ 'ਚ ਰਹਿਣਾ ਸ਼ੁਰੂ ਹੋ ਗਈ ਨਾ, ਫਿਰ ਤੁਹਾਡੀ ਗਾਂਹ ਫਿਊਚਰ ਦੀਆਂ ਪਲੈਨਿੰਗਸ ਵੀ ਨਾ ਉਹਦੇ ਅਕੋਰਡਿੰਗਲੀ ਚੱਲਣਗੀਆਂ, ਨਾ ਕਿ ਤੁਹਾਡੇ ਅਕੋਰਡਿੰਗਲੀ। ਹਾਂਜੀ ਰੌਲਾ ਫਿਰ ਉਹ ਐਕਸਪੈਕਟੇਸ਼ਨਸ ਦਾ ਪੈ ਜਾਂਦਾ ਕਿ ਯਾਰ ਜਦੋਂ ਐਕਸਪੈਕਟਿੰਗ ਬਹੁਤਾ ਜ਼ਿਆਦਾ ਕਰ ਲੈਣਾ ਹੈ ਨਾ, ਤੇ ਕੰਮ ਕਰਨਾ ਨਾ। ਹੁਣ ਮੈਂ ਜਸਕੀਰਤ ਨੂੰ ਕਿਹਾ, ਮੈਂ ਕਿਹਾ ਯਾਰ ਬੜੀਆਂ ਗੱਲਾਂ ਹੋ ਗਈਆਂ, ਠੀਕ ਆ, ਮੈਂ ਕਿਹਾ 2 ਸਾਲਾਂ ਤੋਂ ਆਪਾਂ ਹੀ ਗੱਲਾਂ ਕਰੀ ਜਾਂਦੇ ਕਿ ਕੁੱਝ ਕਰਨਾ ਕੁੱਝ ਕਰਨਾ ਹੈ ਨਾ, ਕਿ ਆਪਾਂ ਯੂਥ 'ਚ ਅਵੇਅਰਨੈਸ ਲਿਆਈਏ। ਚਲੋ ਸਿੱਖੀ ਪ੍ਰਤੀ ਤੇ ਵੱਖਰਾ ਟੌਪਿਕ ਆ ਇੱਕ, ਹਾਂਜੀ ਸਿੱਖੀ ਉਹ ਆ ਜਿਹਨੇ ਪ੍ਰੇਮ ਕਿਉ ਤੇ ਨਹੀਂ ਪ੍ਰਾਪਾਇਓ, ਇਹ ਪ੍ਰੇਮ ਦੀ ਖੇਡ ਆ, ਇਹ ਸਾਡੇ ਕਹਿਣ ਦਾ ਕਿਸੇ ਨੇ ਕੁੱਝ ਨਹੀਂ ਹੋਣਾ, ਪਰ ਹਾਂ ਹਾਂਜੀ ਜੇਕਰ ਅਸੀਂ ਕਿਸੇ ਚੀਜ਼ ਬਾਰੇ ਅਵੇਅਰਨੈਸ ਲਿਆ ਸਕਦੇ ਹਾਂ ਹਨਾ, ਉਹ ਡਿਪਰੈਸ਼ਨ ਬਾਰੇ ਆ ਜਾਂ ਕਿਤੇ ਹੋਰ ਚੀਜ਼ਾਂ ਬਾਰੇ ਵੀ ਆ, ਤੇ ਮੈਨੂੰ ਵੀ ਕਿ ਇਹੋ ਜਿਹਾ ਹੀ ਮੋਟਿਵ ਸ਼ੁਰੂ ਕਰੀਏ, ਤੇ ਆਪਣੇ ਕੋਲ ਸਹੀ ਸਾਹਿਬ 1 ਮਿੰਟ ਹੀ ਬਚਿਆ ਵਾ, ਆਪ ਜੀ ਨੇ ਕੁੱਝ ਰੈਪ ਅਪ ਕਰਨਾ ਤੇ ਆਪ ਜੀ ਨੂੰ, ਬਾਕੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਧੰਨਵਾਦ ਜਸਕੀਰਤ ਸਿੰਘ ਹੋਣਾ ਦਾ, ਮਨਕੀਰਤ ਸਿੰਘ ਹੋਣਾ ਦਾ ਵੀ ਜਿਹੜੇ ਨਾਲ ਜੁੜੇ ਸੀ, ਤੇ ਖਾਸ ਕਰਕੇ ਆਪ ਜੀ ਦਾ, ਆਪਣੀ ਸ਼ੁਰੂਆਤ ਕਰਾਈ ਆ ਪੋਡਕਾਸਟ ਦੀ, ਤੇ ਹੁਣ ਗਾਹ ਵੇਖੋ ਕਿਹੜੇ ਕਿਹੜੇ ਨਾਲ ਸਿੰਘ ਜੁੜਦੇ ਆ, ਤੇ ਜਿਹੜਾ ਵੀ ਕੋਈ ਪੋਡਕਾਸਟ ਹੋਇਆ ਕਰੂ ਆਪ ਜੀ ਨੂੰ ਜੀ ਆਇਆਂ ਨੂੰ, ਜਿੱਥੇ ਤੁਹਾਡਾ ਸਮਾਂ ਲੱਗੇ ਤੁਸੀਂ ਜ਼ਰੂਰ ਜੁਆਇਨ ਕਰਿਆ ਕਰਿਓ। ਨਹੀਂ ਦੱਸ ਦਿਓ ਰੰਗ ਜੁਆਇਨ ਮੈਂ, ਤੇ ਬਾਕੀ ਥੈਂਕ ਯੂ ਸੋ ਮਚ ਤੁਹਾਡਾ ਵੀ, ਤੇ ਬਾਕੀ ਹਾਂਜੀ ਜਿੰਨੇ ਵੀ ਆਣੇ ਪੋਡਕਾਸਟ ਵੇਖਣ ਡਏ ਆ, ਸੋ ਆਪਾਂ ਕਿਸੇ ਹੋਰ ਨੂੰ ਜਾਂ ਕਿਸੇ ਹੋਰ ਤੋਂ ਸਿੰਪਤੀ ਤੇ ਭੁੱਖੇ ਨਾ ਹੋਈਏ ਵੀ ਮੈਨੂੰ ਉਹ ਮੇਰੀ ਬਾਹ ਫੜ ਕੇ ਮੈਨੂੰ ਗਾਂਹ ਲੈ ਕੇ ਜਾਵੇ, ਆਪਣੇ ਆਪ ਲਈ ਸਭ ਤੋਂ ਪਹਿਲਾਂ ਆਪ ਖੜਨਾ ਵਾ, ਜਿੱਦਣ ਅਸੀਂ ਆਪਣੇ ਆਪ ਲਈ ਆਪ ਖਲੋਣਾ ਸਟਾਰਟ ਕਰਤਾ, ਉਦਣ ਫਿਰ ਕਿਸੇ ਦੀ ਲੋੜ ਨਹੀਂ ਪੈਣੀ, ਤੇ ਬਸ ਆਪਣੇ ਆਪ ਨੂੰ ਕੋਈ ਵੀ ਗਲਤ ਕੰਮ ਵੀ ਕਰਨ ਡਿਆ ਵੀ ਆਪਣੇ ਆਪ ਨੂੰ ਕੁਐਸਚਨ ਕਰਨਾ ਵੀ ਮੈਂ ਹਨਾ ਕਿਉਂ ਕਰਨ ਡਿਆ, ਅੰਦਰੋਂ ਅੰਦਰ ਹੀ ਸਾਰਿਆਂ ਨੂੰ ਪਤਾ ਹੁੰਦਾ ਮੈਂ ਗਲਤ ਕਰਨ ਡਿਆ ਮੈਂ ਸਹੀ ਕਰਨ ਡਿਆ ਵਾ, ਤੇ ਬਾਕੀ ਕੋਈ ਨਾ ਇਹ ਬਥੇਰੇ ਜਾਣਿਆਂ ਨੇ ਆਉਣਾ ਵਾ ਜਦੋਂ ਆਪਾਂ ਪ੍ਰੋਸੈਸ ਦੇ ਵਿੱਚ ਐਂਟਰ ਕਰਦੇ ਹਾਂ ਵੀ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ ਵਾ, ਤੇ ਪਰ ਜਿਹੜੇ ਸਾਨੂੰ 100 ਵਿੱਚੋਂ ਜਿਹੜੇ 99 ਬੰਦੇ ਆਪਾਂ ਨੂੰ ਸਹੀ ਕਹਿਣ ਡਏ ਆ, ਜੋ ਉਹਨਾਂ ਦੀ ਲਾਈਫ 'ਚ ਕੋਈ ਇੰਪਰੂਵਮੈਂਟ ਹੋਣ ਰਹੀ ਆ, ਆਪਣਾ ਧਿਆਨ ਉਹਨਾਂ ਵੱਲ ਹੋਣਾ ਚਾਹੀਦਾ ਵਾ। ਮੋਸਟਲੀ ਆਪਾਂ ਵੇਖਣਾ ਵੀ ਹਨਾ ਕਿਸੇ ਬੰਦੇ ਨੂੰ 100 ਵਧੀਆ ਕਮੈਂਟ ਆ, ਜਿਹੜਾ ਇੱਕ ਮਾੜਾ ਆ ਉਹ ਮਾੜੇ ਦਾ ਕਮੈਂਟ ਦਾ ਰਿਪਲਾਈ ਕਰਦਾ, ਪਰ ਨਹੀਂ 99 ਦਾ ਰਿਪਲਾਈ ਕਰੋ, 99 ਬੰਦੇ ਤੁਹਾਡੇ ਨਾਲ ਆ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।